ਅਸੀਂ ਉਮੀਦ ਤੇ ਨਹੀਂ ਆਪਣੀ ਜਿੱਤ ਤੇ ਚਾਹੁੰਦੇ ਹਾਂ। ਵਾਈ ਡਰੱਗਸ ਆਰ ਇਨਕਰੀਜ਼ਿੰਗ ਇਨ ਪੰਜਾਬ। ਚਮਕੀਲਾ ਚੱਲਦਾ ਸੀ ਜੀ। ਸਾਇਲੈਂਸ ਯਾਰ, ਤੂੰ ਬੜਾ ਢੀਠ ਹੈ। ਮੈਂ ਤੇਰੇ ਨਾਲ ਪੜ੍ਹਦਾ ਹੋਇਆ ਇਸ ਯੂਨੀਵਰਸਿਟੀ ਚੋਂ ਪ੍ਰੋਫੈਸਰ ਬਣ ਗਿਆ ਤੇ ਤੂੰ ਇੱਥੇ ਦਾ ਇੱਥੇ ਫਿਰਦਾ। ਓ ਬਾਈ ਜੀ, ਬਾਈ ਜੀ, ਸੋਰੀ ਸਰ, ਸਰ ਉਹ ਵੈਸੇ ਮੇਰੀ ਪਲੈਨਿੰਗ ਤਾਂ ਬਹੁਤ ਲੰਬੀ ਹੈ ਜੀ। ਹੋ ਸਕਦਾ ਕੱਲ ਨੂੰ ਤੁਹਾਡਾ ਮੁੰਡਾ ਇੱਥੇ ਪੜ੍ਹਾਉਂਦਾ ਹੋਵੇ ਤੇ ਮੈਂ ਇਸ ਬੈਂਚ ਤੇ ਬਹਿ ਕੇ ਫੇਰ ਚਮਕੀਲਾ ਸੁਣਦਾ ਹੋਵਾਂ। ਸਰ ਜੀ, ਗੁੱਸੇ ਕੀ ਹੁੰਦੇ ਹੋ? ਤੂੰ ਨਹੀਂ ਸੁਧਰਨਾ। ਇੱਕ ਦਾ ਗੀਤ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ, ਦੂਜੇ ਲਲਕਾਰੇ ਨਾਲ ਅੰਦਰ ਵੜ ਗਈ, ਤੀਜੇ ਲਲਕਾਰੇ ਨਾਲ ਨਾ ਮੇਰਾ ਲੈ ਕੇ ਪੱਟੂ ਆਣ ਕੇ ਦਰਾਂ ਦੇ ਵਿੱਚ ਵੱਜਿਆ। ਹਾਂ ਨਹੀਂ ਪੱਟੂ ਫਿਰਦਾ ਦੁਆ ਫਿਰਦਾ ਸ਼ਰਾਬ ਨਾਲ ਰੱਜਿਆ। ਹਾਂ ਨਹੀਂ ਪੱਟੂ ਫਿਰਦਾ। ਉਹ ਤੂੰ ਕਿਉਂ ਹੱਸੀ ਜਾਂਦਾ ਓਏ? ਐ ਤਾਂ ਬੰਦਾ ਤਾਂ ਹੀ ਹੱਸ ਸਕਦਾ ਜਾਂ ਤਾਂ ਉਹ ਨਵਜੋਤ ਸਿੱਧੂ ਹੋਵੇ ਜਾਂ ਫਿਰ ਸਾਹਮਣੇ ਵਾਲਾ ਬੰਦਾ ਫੁੱਦੂ ਹੋਵੇ। ਕਿਉਂ ਹੱਸਦੇ ਹੋ ਓਏ ਚੌਧਰੀ ਸਾਹਿਬ? ਤੇਰਾ ਕੱਪ ਚਾਹ ਭੇਜਿਓ, ਨਹੀਂ ਤਾਂ ਇਹਨਾਂ ਕੰਜਰਾਂ ਨੇ ਮੇਰਾ ਖੂਨ ਪੀ ਜਾਣਾ। ਤੇਰਾ ਕੱਪ ਕਿਹਦੇ ਲਈ? ਤਿੰਨ ਆਪਣੇ ਲਈ, ਦਸ ਆ ਇਕੱਲਾ ਪੀ ਲਾਓ। ਹੱਥ ਮਾਰ ਲਾ ਫਿਰ ਕਹਿੰਗਾ ਮੇਰੀ ਸਹੇਲੀ ਨੂੰ ਹੱਥ ਲਾ ਲਿਆ। ਤੂੰ ਵਿੱਚ ਵਿਚੋਲਾ ਰੱਖਿਆ? ਓ ਤੇਰਾ ਨਹੀਂ, ਬਾਰਾ ਕਰੋ, ਆਈ ਗੋਟ ਟੂ ਗੋ, ਯੂ ਗਾਈਜ਼ ਕੈਰੀ ਔਨ। ਤੂੰ ਕਿੱਥੇ ਚੱਲੀ? ਓ ਮੇਰੀ ਫਰੈਂਡ ਆ ਰਹੀ ਕੈਨੇਡਾ ਤੋਂ, ਮੈਂ ਉਹਨੂੰ ਪਿਕ ਕਰਨ ਜਾਣਾ। ਕਿੱਥੋਂ ਆ ਰਹੀ ਹੈ? ਕੈਨੇਡਾ ਤੋਂ। ਕਿਹੋ ਜੀ ਹੈ? ਹਾਏ, ਐਨੀ ਸੋਹਣੀ, ਐਨੀ ਬਿਊਟੀਫੁਲ, ਇੱਕ ਤਾਂ ਪਰੀ ਵਰਗੀ ਹੂਰ। ਜਦ ਤੂੰ ਉਹਨੂੰ ਵੇਖੇਗਾ ਨਾ ਤਾਂ ਬਸ ਵੇਖਦਾ ਹੀ ਰਹਿ ਜਾਏਗਾ। ਯਾਰ ਐਡੀ ਗੱਲ ਹੋ ਗਈ, ਸਾਨੂੰ ਅੱਜ ਪਤਾ ਲੱਗਾ। ਹਰ ਕੁੜੀ ਆਪਣੀ ਇੱਜ਼ਤ ਬਾਰੇ ਸੋਚਦੀ ਹੈ ਯਾਰ, ਹੋ ਸਕਦਾ ਤਾਂ ਨਾ ਦੱਸਿਆ ਹੋਵੇ। ਉਹ ਸ਼ੱਕ ਤਾਂ ਜਿੰਦਲ ਤੇ ਪਹਿਲਾਂ ਹੀ ਸੀ, ਪਰ ਅਸਲੀ ਗੱਲ ਸਾਹਮਣੇ ਅੱਜ ਆਈ ਆ। ਜਿੰਦਲ ਨੂੰ ਇੱਥੇ ਰਹਿਣ ਦਾ ਕੋਈ ਹੱਕ ਨਹੀਂ। ਸ਼ਾਂਤ ਹੋ ਜਾਓ, ਇਹ ਯੂਨੀਵਰਸਿਟੀ ਹੈ, ਇਹ ਕੋਈ ਰਾਜਨੀਤੀ ਦਾ ਅਖਾੜਾ ਨਹੀਂ। ਇਹ ਤੁਸੀਂ ਆਪਣੀ ਪ੍ਰਧਾਨਗੀ, ਇਹ ਲੀਡਰਸ਼ਿਪ ਛੱਡ ਕੇ ਆਪਣੀ ਪੜ੍ਹਾਈ ਵੱਲ ਧਿਆਨ ਕਿਉਂ ਨਹੀਂ ਦਿੰਦੇ? ਸਰ, ਅਸੀਂ ਇੱਥੇ ਕੋਈ ਪ੍ਰਧਾਨਗੀ ਲਈ ਨਹੀਂ ਆਏ, ਸਿਰਫ ਇਨਸਾਫ ਮੰਗਣ ਲਈ ਆਏ ਹਾਂ। ਤੇਰੇ ਨਾਲ ਕੀ ਨਾਇਨਸਾਫੀ ਹੋਈ ਹੈ ਪੂਨਮ?
ਸਰ ਦਰਦ ਤਾਂ ਇਸ ਕੁੜੀ ਦਾ, ਅਸੀਂ ਤਾਂ ਸਾਰੇ ਇਹਦੀ ਆਵਾਜ਼ ਆ। ਹਾਂ ਬੀਬਾ, ਕੀ ਹੋਇਆ ਤੁਹਾਡੇ ਨਾਲ? ਸਰ ਮੈਂ BSc 3rd ਈਅਰ ਦੀ ਸਟੂਡੈਂਟ ਹਾਂ। ਨੈਕਸਟ ਵੀਕ ਸਾਡੇ ਐਗਜ਼ਾਮ ਸ਼ੁਰੂ ਹੋਣ ਵਾਲੇ ਨੇ। ਪਿਛਲੇ ਹਫ਼ਤੇ ਮੈਨੂੰ ਜਿੰਦਲ ਸਰ ਨੇ ਆਪਣੇ ਆਫਿਸ ਵਿੱਚ ਬੁਲਾਇਆ ਤੇ ਉਹਨਾਂ ਨੇ ਮੈਨੂੰ ਕਿਹਾ ਜੇ ਤੂੰ ਪਾਸ ਹੋਣਾ ਚਾਹੁੰਦੀ ਹੈ ਤਾਂ ਤੈਨੂੰ ਮੇਰੇ ਨਾਲ। ਬਕਵਾਸ ਕਰਦੀ ਹੈ ਸਰ, ਝੂਠ ਬੋਲਦੀ ਹੈ, ਇਹੋ ਜਿਹੀ ਕੋਈ ਗੱਲ ਨਹੀਂ। ਬਲਕਿ ਇਹ ਮੇਰੇ ਕੋਲ ਆਈ ਤੇ ਮੈਨੂੰ ਕਹਿੰਦੀ ਸਰ ਇਸ ਵਾਰ ਮੇਰੇ ਪੇਪਰਾਂ ਦੀ ਤਿਆਰੀ ਨਹੀਂ ਤੇ ਤੁਸੀਂ ਮੈਨੂੰ ਪਾਸ ਕਰ ਦਿਓ ਤੇ ਤੁਸੀਂ ਜੋ ਮਰਜ਼ੀ ਕਰ ਲਿਓ। ਨਹੀਂ ਸਰ, ਇਹ ਝੂਠ ਬੋਲ ਰਹੇ ਨੇ। ਮੈਂ ਇਹਨਾਂ ਨੂੰ ਕੁਝ ਵੀ ਨਹੀਂ ਕਿਹਾ, ਬਲਕਿ ਇਹਨਾਂ ਨੇ ਮੇਰੇ ਨਾਲ ਜ਼ਬਰਦਸਤੀ। ਜਿੰਦਲ, ਤੁਹਾਡਾ ਤਾਂ ਸਰ ਸਾਨੂੰ ਪਤਾ ਨਹੀਂ, ਪਰ ਪੂਨਮ ਦੀ ਸੱਚਾਈ ਤੇ ਸਾਨੂੰ ਸਾਰਿਆਂ ਨੂੰ ਯਕੀਨ ਹੈ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਮੇਰੇ ਤੋਂ ਕੀ ਚਾਹੁੰਦੇ ਹੋ? ਇਨਸਾਫ਼! ਨਾਲੇ ਸਾਰਾ ਜਿੰਦਲ ਜੀ ਨੂੰ ਬਾਹਰ ਕੱਢੋ, ਨਹੀਂ ਤਾਂ ਸਾਨੂੰ ਲੜ ਕੇ ਹੱਕ ਲੈਣਾ ਆਉਂਦਾ ਹੈ। ਉਹ ਛੱਡ, ਕਿਉਂ ਲੜਾਈ ਦੀਆਂ ਗੱਲਾਂ ਕਰੀ ਜਾਣਾ? ਹਾਲੇ ਤੱਕ ਪਿਛਲੀ ਲੜਾਈ ਤਾਂ ਪਿੱਠ ਤੇ ਬੋਲੀ ਜਾਂਦੀ ਆ। ਸਾਰੇ ਮੁੰਡੇ ਐਵੇਂ ਹੀਰੋ ਬਣਨ ਦੀ ਕੋਸ਼ਿਸ਼ ਕਰ ਰਹੇ ਨੇ। ਨਾ ਜਿੰਦਲ ਸਾਹਿਬ, ਤੁਸੀਂ ਫਿਕਰ ਕਿਉਂ ਕਰਦੇ ਹੋ? ਟੈਨਸ਼ਨ ਲੈਣ ਦੀ ਲੋੜ ਨਹੀਂ, ਮੈਂ ਤੁਹਾਡੇ ਨਾਲ ਆ ਨਾ। ਨਾ ਗੱਲ ਸੁਣ ਕੁੜੀਏ, ਤੇਰੇ ਕੋਲ ਕੀ ਸਬੂਤ ਹੈ ਕਿ ਇਹਨਾਂ ਨੇ ਤੇਰੇ ਨਾਲ ਕੁਝ ਗਲਤ ਕੀਤਾ? ਹਾਂ ਸਰ, ਕਿਸੇ ਵੀ ਕੁੜੀ ਨੂੰ ਪੁੱਛ ਲਓ ਅੱਜ ਤੱਕ ਜੇ ਮੈਂ ਕਿਸੇ ਨੂੰ ਕੁਝ ਕਿਹਾ ਹੋਵੇ। ਨਾ ਜੇ ਕਿਸੇ ਹੋਰ ਕੁੜੀ ਨੂੰ ਕੋਈ ਸ਼ਿਕਾਇਤ ਆ ਤੇ ਇੱਥੇ ਆਏ। ਹੀ ਇਜ਼ ਰਾਈਟ ਸਰ, ਮਿਸਟਰ ਜਿੰਦਲ ਸੱਚ ਕਹਿ ਰਹੇ ਨੇ। ਬੇਵਕੂਫ ਲੜਕੀ ਦੀ ਗੱਲ ਸੁਣ ਕੇ ਇਹਨਾਂ ਨੂੰ ਕਿਵੇਂ ਕਸੂਰਵਾਰ ਠਹਿਰਾਇਆ ਜਾ ਸਕਦਾ ਹੈ ਜੋ ਆਪਣੀ ਬਦਨਾਮੀ ਦੀ ਪਰਵਾਹ ਕੀਤੇ ਬਿਨਾਂ ਆਵਾਜ਼ ਉਠਾ ਰਹੀ ਹੈ? ਇਹਨੂੰ ਚੁੱਪ ਰਹਿਣਾ ਚਾਹੀਦਾ ਹੈ, ਜਿਵੇਂ ਤੁਸੀਂ ਸਾਰੇ ਚੁੱਪ ਤੇ ਤੁਹਾਡੇ ਤੋਂ ਪਹਿਲਾਂ ਵਾਲੀਆਂ ਕੁੜੀਆਂ ਚੁੱਪ ਸੀ। ਆਪਾਂ ਵੀ ਚੁੱਪ ਕਰਕੇ ਇੱਥੋਂ ਚੱਲਦੇ ਹਾਂ। ਆਈ ਐਮ ਸੌਰੀ ਸਰ, ਮੈਂ ਇਹਨਾਂ ਸਾਰਿਆਂ ਵੱਲੋਂ ਤੁਹਾਡੇ ਤੋਂ ਮਾਫ਼ੀ ਮੰਗਦੀ ਹਾਂ। ਜਿੰਦਲ ਸਰ ਨੇ ਮੇਰੇ ਨਾਲ ਵੀ ਏਦਾਂ ਹੀ ਕੀਤਾ ਸੀ। ਇਸ ਕਮੀਨੀ ਨੇ ਮੇਰੇ ਨਾਲ ਵੀ ਏਦਾਂ ਹੀ ਕੀਤਾ ਸੀ। ਤੂੰ ਵੀਡੀਓ ਕਾਹਤੋਂ ਬਣਾਈ ਜਾਨਾ? ਜਿੰਦਲ ਦਾ ਜਲੂਸ ਵੀ ਤਾਂ ਕੱਢਣਾ ਹੈ, ਫੇਸਬੁੱਕ ਤੇ ਪਾਵਾਂਗੇ। 2200 ਲਾਈਕ ਤਾਂ ਪੱਟਦੇ ਪਿਆ। ਜਿੰਦਲ ਲੈ ਵੀ, ਜਿੰਦਲ ਦਾ ਮੱਕੂ ਤਾਂ ਟੱਪਿਆ ਗਿਆ। ਬਈ ਆਹ ਬੀਬੀ ਕੌਣ ਸੀ? ਪਤਾ ਕਰਨਾ ਪਊ ਕੌਣ ਸੀ, ਪਰ ਜੋ ਵੀ ਸੀ ਇੰਟਰਸਟਿੰਗ ਸੀ। ਨਾ ਗੱਲ ਸੁਣ, ਇਹੋ ਜਿਹੇ ਚਾਰ ਲੰਗੀੜਾ ਮਗਰ ਲਾ ਕੇ ਸ਼ਰਮਾ ਹਾਏ ਹਾਏ ਵਰਮਾ ਹਾਏ ਹਾਏ ਇਹੋ ਜਿਹੇ ਨਾਰਿਆਂ ਦੇ ਨਾਲ ਲੀਡਰੀ ਨਹੀਂ ਮਿਲਦੀ। ਲੀਡਰੀ ਤੇ ਪ੍ਰਧਾਨਗੀ ਇੱਥੋਂ ਮਿਲਦੀ, ਇੱਥੋਂ ਦਿਮਾਗ ਤੋਂ, ਤੇ ਮੈਨੂੰ ਨਹੀਂ ਲੱਗਦਾ ਉਹ ਤੇਰੇ ਕੋਲ ਹੈਗਾ। ਚੱਲ ਛੱਡ ਬਾਈ, ਇਹਨਾਂ ਜਵਾਕਾਂ ਦੀਆਂ ਖੇਡਾਂ ਤੋਂ ਅਸੀਂ ਕੀ ਲੈਣਾ? ਜਿਸ ਦਿਨ ਸਾਡੀ ਖੇਡ ਤੇ ਲਿਆਏ ਨਾ, ਫੇਰ ਦੇਖਾਂਗੇ। ਇੱਕ ਤਾਂ ਜਿੰਦਲ ਬਾਜ਼ਾਰ ਦੇ ਥੱਪੜ ਪੈਂਦੇ ਸੀ, ਦੂਜਾ ਜਨਤਾ ਵੀ ਦੰਦੀਆਂ ਕੱਢੀ ਜਾਂਦੀ ਸੀ। ਤੈਨੂੰ ਬੜੀ ਹਮਦਰਦੀ ਹੈ ਜਿੰਦਲ ਨਾਲ, ਲੱਗਦਾ ਪ੍ਰੀਤੀ ਵਾਲਾ ਕਿਸੇ ਯਾਦ ਆ ਗਿਆ। ਓਏ ਪ੍ਰੀਤੀ ਦਾ ਬਾਲੀ ਚੰਗੀ ਸੀ, ਉਹਨੇ ਤਾਂ ਕੱਲੇ ਦੇ ਬੁਲਾ ਕੇ ਥੱਪੜ ਮਾਰਿਆ ਸੀ। ਕਮੀਨੀ ਤਾਂ ਨੇਹਾ ਸੀ, ਉਹਨੇ ਸਾਰਿਆਂ 'ਚ ਬੁਲਾ ਕੇ ਧਲਾਈ ਕੀਤੀ ਸੀ। ਹਸਲਾ ਹਸਲਾ, ਇੱਕ ਦਿਨ ਮੈਂ ਹੱਸੂ ਤੂੰ ਰੋਏਗਾ। ਓਏ ਚੱਲ ਚੱਲ ਛੱਡ, ਚਾਹ ਪੀਨੇ ਆ। ਥੈਂਕਸ ਦੀ ਕੋਈ ਗੱਲ ਨਹੀਂ, ਇਹ ਆਪਣੀ ਸਭ ਦੀ ਲੜਾਈ ਸੀ। ਪਰ ਇੱਕ ਗੱਲ ਯਾਦ ਰੱਖਿਓ, ਅਗਰ ਅੱਗੇ ਤੋਂ ਕੁਝ ਐਜਾ ਹੋਵੇ ਨਾ, ਚੁੱਪ ਨਾ ਰਹੋ, ਮਿਲ ਕੇ ਲੜਿਓ, ਕਿਉਂਕਿ ਚੁੱਪ ਰਹਿਣ ਨਾਲ ਸਾਹਮਣੇ ਵਾਲੇ ਨੂੰ ਹੌਸਲਾ ਮਿਲਦਾ ਹੈ। ਸਿੱਧੂ ਸੁਣਾ ਯਾਰ ਕੋਈ ਗੱਲਬਾਤ। ਬਾਈ ਮੈਂ ਤਾਂ ਯੋਗਰਾਜ ਦੀ ਐਕਟਿੰਗ ਕਰਕੇ ਦਿਖਾ ਸਕਦਾ। ਤੂੰ ਕੀ ਯੋਗਰਾਜ ਦੀ ਐਕਟਿੰਗ ਕਰੇਗਾ?
ਯੋਗਰਾਜ ਦੀ ਐਕਟਿੰਗ ਤਾਂ ਆਪਣੇ ਕੈਂਪਸ 'ਚ ਕਰਦਾ ਬੰਦਾ। ਆਪਣੇ ਕੈਂਪਸ 'ਚ? ਹਾਂ। ਕੌਣ ਹੈ ਬਾਈ? ਉਹ ਰਾਣਾ ਯਾਰ। ਰਾਣਾ? ਦਿਖਾਵਾਂ ਕਰਕੇ ਲੈਫਟ। ਓਏ ਚਾਰ ਲਘੀੜਾਂ ਪਿੱਛੇ ਲਾ ਕੇ ਕੋਈ ਲੀਡਰ ਨਹੀਂ ਬਣ ਜਾਂਦਾ। ਓਏ ਸ਼ਰਮਾ ਹਾਏ ਹਾਏ, ਵਰਮਾ ਹਾਏ ਹਾਏ, ਸ਼ਰਮਾ ਹਾਏ ਹਾਏ। ਨਾ ਤੂੰ ਮੇਰੇ ਬਾਈ ਦੀ ਨਕਲ ਨਾ ਹੋਏ ਸਾਲਿਆ। ਗੱਲ ਨੂੰ ਤੇਰੀ ਤੂੰ ਧਿਆਨ ਦੀ ਖੜਾ ਕਾ ਕਰਤਾ। ਚਲੋ ਠੀਕ ਹੈ ਦੀਦੀ, ਅਸੀਂ ਚੱਲਦੇ ਹਾਂ। ਓਕੇ। ਲੈਫਟ ਕੈਮਰਾ ਆਪਣਾ, ਗੱਡੀ 'ਚ ਭੁੱਲ ਗਈ ਤੇ ਤੂੰ ਚੱਲ, ਮੈਂ ਤੈਨੂੰ ਆਪਣੇ ਫਰੈਂਡਸ ਨਾਲ ਮਿਲਾਵਾਂ। ਬਾਈ ਬੰਦੇ ਆਪਾਂ ਬਹੁਤ ਵਾਰੀ ਕੁੱਟੇ ਆ, ਕਹਿਣਾ ਸਰ ਪਹਿਲੀ ਵਾਰੀ ਕੁੱਟਣਾ, ਇੱਕ ਤਾਂ ਬਣਦਾ ਯਾਰ ਮੇਰਾ। ਕਰੋ ਇਹ ਗੁੰਡਾ ਕਰਦੀ। ਚਲੋ ਏ, ਤੁਹਾਡੀਆਂ ਬਹੁਤ ਸ਼ਿਕਾਇਤਾਂ ਆ ਰਹੀਆਂ, ਸੁਧਰ ਜਾਓ, ਸੁਧਰ ਨਹੀਂ ਤਾਂ। ਸੌਰੀ ਸਰ। ਇਹ ਕੌਣ ਨੇ? ਇਹ ਹੀ ਮੇਰੇ ਫਰੈਂਡਸ ਨੇ। ਹਾਏ। ਹੋ ਹਾਏ, ਉਹ ਆ ਤਾਂ ਉਹੀ ਹੈ। ਇੰਟਰਸਟਿੰਗ ਗੱਲ। ਓਏ ਹੋ ਗਿਆ ਸ਼ੁਰੂ, ਹੁਣ ਇਹ ਤੇ ਨਾ ਟਰਾਈ ਮਾਰ ਲੱਗ ਜੀ। ਬਾਕੀ ਦੀਆਂ ਗੱਲਾਂ ਛੱਡੋ, ਦਿਲ ਸਾਫ਼ ਹੋਣਾ ਚਾਹੀਦਾ। ਓਏ ਅੱਜ ਕੱਲ ਮੁੰਡੇ ਕੁੜੀਆਂ ਨੂੰ ਸਭ ਮਾਫ਼ ਹੋ ਗਿਆ ਜੀ। ਮੈਨੂੰ ਇੱਕ ਗੱਲ ਸਮਝ ਨਹੀਂ ਆਈ, ਇੱਕ ਪਾਸੇ ਤੁਸੀਂ ਪੂਨਮ ਦੇ ਹੱਕ ਵਾਸਤੇ ਲੜ ਰਹੇ ਸੀ ਤੇ ਦੂਜੇ ਪਾਸੇ ਤੁਸੀਂ ਗੁੰਡਾਗਰਦੀ ਕਰ ਰਹੇ ਹੋ। ਆਖਿਰ ਤੁਸੀਂ ਆਪਣੀ ਲਾਈਫ ਤੋਂ ਚਾਹੁੰਦੇ ਕੀ ਹੋ? ਹਮੇਸ਼ਾ ਅੱਖੀ ਦੇਖੀ ਗੱਲ ਸੱਚ ਨਹੀਂ ਹੁੰਦੀ ਮੈਡਮ। ਬੜਾ ਐਟੀਟਿਊਡ ਹੈ ਇਹਦੇ ਵਿੱਚ। ਹੈ ਕੌਣ ਹੈ? ਹੀ ਇਜ਼ ਜੀਡੀ, ਆ ਯੂਥ ਲੀਡਰ। ਥੋੜਾ ਗੁੱਸੇ ਵਾਲਾ ਹੈ ਪਰ ਦਿਲ ਦਾ ਅੱਛਾ ਹੈ। ਆ ਤੁਹਾਨੂੰ ਕਦੇ ਪਹਿਲਾਂ ਨਹੀਂ ਦੇਖਿਆ ਕੈਂਪਸ 'ਚ ਜੀ? ਅਰੇ ਵੇਖੋਗੇ ਵੀ ਕਿਵੇਂ, ਜੀ ਸਿਮਰਨ ਮਾਈ ਫੇਸਬੁੱਕ ਫਰੈਂਡ ਫਰਮ ਕੈਨੇਡਾ, ਆਈ ਟੋਲਡ ਯੂ ਰਾਈਟ। ਓ ਤਾਹੀ ਤਾਹੀ, ਹੋ ਗਿਆ ਸ਼ੁਰੂ। ਮੈਂ ਵੀ ਸੋਚਿਆ ਕਿ ਹਾਲੇ ਮੇਰੀ ਨਜ਼ਰ ਇੰਨੀ ਕਮਜ਼ੋਰ ਤਾਂ ਹੋਈ ਨਹੀਂ ਕਿ ਇੰਨੀ ਸੋਹਣੀ ਕੁੜੀ ਨਜ਼ਰ ਹੀ ਨਾ ਆਵੇ। ਮਾਈ ਸੈਲਫ ਜੋਲੀ ਜੀ। ਤੇਰਾ ਢਿੱਡ ਦੁਖਦਾ? ਐਂਡ ਹੀ ਇਜ਼ ਦੀਪ ਮੇਰਾ। ਸਤਿ ਸ਼੍ਰੀ ਅਕਾਲ। ਰਾਂਝਾ ਕਹਿ, ਉਹ ਛੱਡ ਦੇ ਘਰੇ ਲੈ ਕੇ ਜਾਏਗਾ ਹੁਣ, ਇਹ ਦੀਪ ਹੈ ਜੀ। ਹਾਏ। ਓਏ ਆਪਣੀ ਰਾਂਝੇ ਵਾਲੀ ਪ੍ਰੋਬਲਮ ਤਾਂ ਸੋਲਵ ਕਰ ਲਓ। ਓਏ ਹਾਂ ਯਾਰ ਕੀਰਤ, ਚੰਗਾ ਹੋ ਗਿਆ ਤੂੰ ਆ ਗਈ, ਨਹੀਂ ਤਾਂ ਐਵੇਂ ਪ੍ਰੋਬਲਮ ਹੋ ਜਾਣੀ ਸੀ। ਕਿਉਂ, ਇਹੋ ਜਿਹਾ ਕੀ ਹੋ ਗਿਆ ਮੇਰੇ ਨਾਨ ਕਰਕੇ? ਆਪਣੇ ਡਿਪਾਰਟਮੈਂਟ ਵਾਲੇ ਡਰਾਮਾ ਕਰਾ ਰਹੇ ਨੇ। ਡਰਾਮਾ ਯਾਨੀ ਪਲੇ? ਦੈਟ ਵਿਲ ਬੀ ਫਨ। ਫਨ ਤੇ ਆਪੇ ਹੀ ਹੋਣਾ ਹੈ। ਰਾਂਝੇ ਬਣਨ ਦਾ ਪਲਾਨ ਹੋਣਾ ਹੈ ਤੇਰਾ, ਤੇ ਹੀਰ ਬਣੇ ਕੀ ਹੋਈ? ਮੈਨੂੰ ਹੀ ਹੈ, ਹੋਰ ਤੈਨੂੰ ਥੋੜੀ ਹੀਰ ਬਣਾਉਂਦਾ ਇਹ। ਤਾਂ ਹੀ ਇੰਨੀ ਖੁਸ਼ੀ ਚੜੀ ਹੈ? ਤੂੰ ਯਾਰ ਐਵੇਂ ਸ਼ੱਕ ਕਰਦੀ ਰਹਿਣੀ ਹੈ, ਮੈਨੂੰ ਕਿੱਥੇ ਖੁਸ਼ੀ ਚੜੀ ਹੈ? ਆਹ ਹੱਸੀ ਜਾਂਦਾ ਦੇਖ, ਮੈਂ ਕਿੱਥੇ ਹੱਸੀ ਜਾਂਦਾ ਯਾਰ, ਲੱਗਦਾ ਹੈ ਹੱਸਦਾ ਯਾਰ। ਆ ਫੇਰ ਹੱਸਦਾ, ਆ ਦੇਖ ਹੱਸਦਾ ਹੱਸਦਾ। ਹੂੰ, ਵੇਖ ਰਹੀ ਹਾਂ ਮੈਂ। ਫੇਰ ਮੈਨੂੰ ਭੁਲੇਖਾ ਲੱਗ ਗਿਆ ਹੁਣ। ਤੂੰ ਹੀਰ ਮੇਰੀ, ਮੈਂ ਰਾਂਝਣ ਤੇਰਾ, ਕਿਉਂ ਛੱਡ ਕੇ ਤੁਰ ਗਈ ਖੇੜਿਆਂ ਨੂੰ, ਦੱਸ ਕੀ ਕਸੂਰ ਸੀ ਮੇਰਾ? ਹੀਰ ਨਹੀਂ ਸੀ ਤਕਦੀਰ ਤੇਰੀ, ਵਿੱਚ ਖੇੜਿਆਂ ਦੇ ਰੋਂਦੀ ਰੂਹ ਮੇਰੀ, ਤੂੰ ਰਾਂਝਣ ਮੇਰਾ, ਮੈਂ ਹੀਰ। 12 ਸਾਲ ਚਰਾਈਆਂ ਮੱਝੀਆਂ ਮੈਂ ਤੇਰੇ ਪਿੱਛੇ, ਦੱਸ ਕੀ ਕਦਰ ਤੂੰ ਜਾਣੀ ਮੇਰੀ। ਕੀ ਹੋਇਆ? How unrealistic is this? 12 ਸਾਲ ਮੱਝੀਆਂ? ਕਿਉਂ, ਤੈਨੂੰ ਕੀ ਲੱਗਦਾ? I can't believe this. 12 ਸਾਲ, it's too much. What do you think, Deep? ਹੋ ਵੀ ਸਕਦਾ ਜੀ, ਨਹੀਂ ਵੀ ਹੋ ਸਕਦਾ, ਪਰ ਮੈਨੂੰ ਪਤਾ ਬਈ ਮੈਂ ਕੀਰਤ ਨੂੰ ਬਹੁਤ ਪਿਆਰ ਕਰਦਾ, ਇਹ ਵੱਖਰੀ ਗੱਲ ਹੈ ਵੀ ਇਹਦੇ ਡੈਡੀ ਕੋਲ ਮੱਝਾਂ ਹੈ ਨਹੀਂ। Stop it. It means ਤੁਸੀਂ ਟਰੂ ਲਵ ਤੇ ਯਕੀਨ ਨਹੀਂ ਕਰਦੇ। ਟਰੂ ਲਵ ਇੰਨਾ ਵੀ ਨਹੀਂ ਹੁੰਦਾ ਕਿ ਕੋਈ ਮੁੰਡਾ ਇੱਕ ਕੁੜੀ ਮਗਰ 12 ਸਾਲ ਖਰਾਬ ਕਰਦੇ। ਮੈਂ ਦੱਸਦਾ ਯਾਰ, ਤੂੰ ਸਿਰਫ ਰਾਂਝੇ ਦੀ ਗੱਲ ਕਰਦਾ, ਤੂੰ ਮੈਨੂੰ ਦੇਖ ਯਾਰ, 10-11 ਸਾਲ ਹੋ ਗਏ ਕੁੜੀਆਂ ਪਿੱਛੇ ਛਿੱਤਰ ਖਾਂਦੇ ਨੂੰ। ਆਹ ਲੋ ਜੀ, ਅੱਜ ਦਾ ਰਾਂਝਾ, ਇਹਨੂੰ 12 ਸਾਲ ਹੋ ਗਏ ਵਿਚਾਰੇ ਨੂੰ, ਨਾ ਹੀਰ ਮਿਲੀ ਨਾ ਹੀ ਡਿਗਰੀ। ਮੇਰੀ ਗੱਲ ਸੁਣੋ, ਤੈਨੂੰ ਕਿੰਨੀ ਵਾਰ ਕਹਿ ਕੇ ਬੰਦੇ ਦੇ ਹੌਸਲੇ ਦੀ ਕਦਰ ਕਰੀ ਨਹੀਂ ਹੁੰਦੀ ਹੈ? ਛੱਡੋ ਜੀ ਇਹਦੀ ਗੱਲ, ਤੁਸੀਂ ਆ ਸ਼ਾਹਰੁਖ ਖਾਨ ਪਹੁੰਚ ਮੇਰੀ ਫੋਟੋ ਖਿੱਚੋ। ਇੱਕ ਮਿੰਟ ਰੁਕੋ ਜੀ, ਭਗਤ ਸਿੰਘ ਵਾਲੇ ਪਹੁੰਚ ਖਿੱਚੋ ਜੀ।
ਕੀ ਹੋਇਆ, ਕੀ ਸੋਚ ਰਹੀ ਹੈ ਸਿਮਰਨ? ਕਿਰਤ, ਮੈਂ ਇੱਥੇ ਹਰ ਦੂਜੀ ਤੀਜੀ ਗੱਡੀ ਦੇ ਪਿੱਛੇ ਤੇ ਬਹੁਤ ਸਾਰੀ ਜਗ੍ਹਾਵਾਂ ਤੇ ਭਗਤ ਸਿੰਘ ਦੀ ਫੋਟੋ ਟੰਗੀ ਹੋਈ ਵੇਖੀ ਹੈ। ਕਿਸੇ ਵਿੱਚ ਹੱਥ ਮੁੱਛ ਤੇ ਕਿਸੇ ਵਿੱਚ ਗਨ ਫੜੀ ਹੋਈ ਹੈ, ਪਰ ਜੋ ਦਾਰਜੀ ਨੇ ਮੈਨੂੰ ਦੱਸਿਆ ਸੀ ਕਿ ਉਹੀ ਭਗਤ ਸਿੰਘ ਹੈ। ਦੇਖੋ ਮੈਡਮ, ਇੱਕ ਸਸਤੀ ਜੀ ਤੁਕਬੰਦੀ ਹੈ ਜੋ ਲੋਕਾਂ ਨੇ ਬਣਾਈ ਹੈ ਭਗਤ ਸਿੰਘ ਬਾਰੇ। ਗੋਰੇ ਖੰਗੇ ਸੀ ਤਾਂ ਹੀ ਉਹ ਟੰਗੇ ਸੀ। ਪਰ ਇੱਥੇ ਦੇ ਲੋਕ ਬਸ ਭਗਤ ਸਿੰਘ ਨੂੰ ਵਾਇਲੈਂਟ ਯੰਗ ਮੈਨ ਮੰਨਦੇ ਸੀ। ਫਿਰ ਕੌਣ ਹੈ ਅੱਜ ਦੇ ਯੂਥ ਆਈਕਨ? ਲਓ ਜੀ, ਆ ਗਿਆ ਅੱਜ ਦੇ ਯੂਥ ਆਈਕਨ। ਦੋ ਮਿੰਟ ਲਵਾਂਗਾ, ਦੋ ਮਿੰਟ। ਮੈਂ ਸੁਣਿਆ ਤੁਸੀਂ ਵੀ ਇਸ ਵਾਰੀ ਇਲੈਕਸ਼ਨ ਲੜ ਰਹੇ ਹੋ। ਵਧਾਈਆਂ, ਵਧਾਈਆਂ, ਵਧਾਈਆਂ। ਲੈ, ਮੈਂ ਵੀ ਵਧਾਈ ਦਾ ਪਾਤਰ ਬਣ ਗਿਆ। ਕੋਈ ਨਾ ਕੋਈ ਤੇ ਸਾਹਮਣੇ ਖੜਾ ਲੜਨ ਲਈ। ਸਵਾਦ ਉਹ ਸਵਾਦ ਇਲੈਕਸ਼ਨ ਲੜਨ ਦਾ ਤੇ ਜਿੱਤਣ ਦਾ। ਪਰ ਇੱਕ ਸਲਾਹ ਦੇਣਾ ਚਾਹੁੰਦਾ, ਕੰਟਰੋਲ ਰੱਖਣਾ, ਜ਼ੁਬਾਨ ਤੇ ਹੱਥਾਂ ਤੇ। ਮਹਿਮਾਨ ਹੁਰੀ ਆਏ ਹੋਏ ਨੇ, ਲੱਗਦਾ ਮਾਹੌਲ ਖਰਾਬ ਕਰਤਾ। ਸੋਰੀ, ਮਾਫ ਕਰਨਾ। ਮਾਈ ਸੈਲਫ ਕਵਰ ਸਿੰਘ ਰਾਣਾ, ਥੈਂਕ ਯੂ। ਤੇ ਤੁਹਾਡਾ ਨਾਮ? ਤੁਸੀਂ ਤੇ ਆਪਣਾ ਨਾਮ ਦੱਸੋਗੇ ਨਹੀਂ, ਪਰ ਚੰਗੀ ਚੀਜ਼ਾਂ ਕਿੱਥੇ ਲੁਕੀ ਰਹਿੰਦੀਆਂ ਨੇ, ਪਤਾ ਤੇ ਲੱਗ ਹੀ ਜਾਣ। ਹਾਏ ਹਾਏ, ਹਾਏ ਹਾਏ, ਹਾਏ ਹਾਏ, ਹਾਏ ਹਾਏ, ਹਾਏ ਹਾਏ। ਮੈਂਟਲ ਕੇਸ ਆ ਸਾਲਾ, ਮਿਨਿਸਟਰ ਦਾ ਮੁੰਡਾ ਹੋਣ ਕਰਕੇ ਗੁੰਡਾਗਰਦੀ ਦਾ ਲਾਇਸੈਂਸ ਮਿਲਿਆ ਨੂੰ। ਇਹ ਸੀ ਅੱਜ ਦੇ ਯੁਵਾ ਨੇਤਾ, ਆਉਣ ਵਾਲੇ ਕੱਲ੍ਹ ਦੇ ਨੇਤਾ। ਇਹ ਨੇਤਾ ਹੈ, ਇਹ ਤਾਂ ਗੁੰਡਾ ਲੱਗਦਾ ਹੈ। ਛੱਡੋ ਨਾ ਯਾਰ, ਆਪਾਂ ਕੀ ਲੈਣਾ ਹੈ, ਕੱਲ੍ਹ ਤੋਂ ਯੂਥ ਫੈਸਟ ਸਟਾਰਟ ਹੋ ਰਿਹਾ ਹੈ, ਉਹਦੀਆਂ ਮੌਜਾਂ ਲੈਣ ਦੀ ਤਿਆਰੀਆਂ ਕਰੀਏ ਬਸ। ਕਿਸੇ ਨੀ ਆਉਣੀ ਸਾਰੇ ਕਹਿੰਦੇ ਮੇਰੀ ਮੇਰੀ ਰੱਤੀ ਤੇਰੀ ਰੱਤੀ ਤੇਰੀ ਤੇ
24 ਨੂੰ ਤਾਂ ਕੁਝ ਗਾਲਦੇ ਵੀ ਨਹੀਂ, ਮਾਰਿਆਂ ਤੇ ਖੂਨ ਸਾਡੇ ਖੋਲਦੇ ਵੀ ਨਹੀਂ। ਉਹ ਜਿੱਥੋਂ ਲੰਘੀਏ ਇਲਾਕਾ ਸੀਲ ਹੋ ਜਾਵੇ, ਲੰਘੀਏ ਇਲਾਕਾ ਸੀਲ ਹੋ ਜਾਵੇ, ਹੋ ਚੰਡੀਗੜ੍ਹ ਤੱਕ ਚਰਚੇ। ਨਾਰਮਲ ਗੱਲ ਸਾਡੇ ਵਾਸਤੇ ਆ ਛੁੱਪੀ ਛੁੱਪੀ ਵਾਲੇ ਪਰਚੇ। ਟੈਂਸ਼ਨ ਸਾਡਾ ਹੀ ਕਿਉਂ, ਯੂਐਸਓ ਵਾਲੇ ਇਹਨਾਂ ਦੇ ਜਵਾਈ ਲੱਗਦੇ ਆ। ਤੁਸੀਂ ਇਹ ਸਭ ਕਿਉਂ ਕਰਦੇ ਹੋ, ਕੀ ਰੱਖਿਆ ਇਸ ਲੜਾਈ ਵਿੱਚ? ਮੈਡਮ, ਹੱਕ ਲਈ ਸਭ ਕੁਝ ਕਰਨਾ ਪੈਂਦਾ। ਜੇ ਤੁਸੀਂ ਕੱਲ ਦੇ ਨੇਤਾ ਹੋ, ਸੋ ਆਈ ਐਮ ਵਰਿਡ ਕਿ ਇੰਡੀਆ ਦਾ ਫਿਊਚਰ ਕਿਹੋ ਜਿਹੇ ਹੱਥਾਂ ਵਿੱਚ ਹੈ। ਉਹ ਤੁਸੀਂ ਫਿਊਚਰ ਦੀ ਟੈਨਸ਼ਨ ਨਾ ਲਓ ਜੀ, ਫਿਊਚਰ ਤਾਂ ਬਹੁਤ ਹੀ ਸਟਰੋਂਗ ਹੱਥਾਂ 'ਚ ਹੈ। ਚੱਲ ਛੱਡ ਓਏ, ਉਹ ਮੈਂ ਸੋਚਦਾ ਜੀ 2 ਹਫ਼ਤੇ ਲਈ ਫ੍ਰੀ ਹਾਂ ਤਾਂ ਆਊਟਿੰਗ ਲਈ ਸ਼ਿਮਲੇ ਚੱਲਦੇ ਹਾਂ। ਓਏ ਸ਼ਿਮਲੇ ਨਹੀਂ ਜਾਣਾ ਓਏ, ਸਾਲੇ ਉੱਥੇ ਤਾਂ ਬਾਂਦਰ ਵੀ ਜੋੜੀਆਂ 'ਚ ਫਿਰਦੇ ਆ ਯਾਰ। ਬਈ ਸਿਮਰਨ ਜੀ ਸਾਡੇ ਮਹਿਮਾਨ ਨੇ, ਇਹਨਾਂ ਨੂੰ ਪੁੱਛੋ ਕਿੱਥੇ ਜਾਣਾ। ਕਿਰਤ, ਤੂੰ ਮੈਨੂੰ ਉਹ ਬਾਬਾ ਪ੍ਰੇਮਾਨੰਦ ਜੀ ਦੇ ਬਾਰੇ ਦੱਸਿਆ ਸੀ ਨਾ, ਆਪਾਂ ਉਹਨਾਂ ਦੇ ਆਸ਼ਰਮ ਚੱਲੀਏ। ਆਸ਼ਰਮ ਓਮ ਹਰਿੰਗ ਸ਼ਰਿੰਗ ਪੁਰਸ਼ੋਤਮਾਏ ਨਮਾ, ਓਮ ਹਰਿੰਗ ਸ਼ਰਿੰਗ ਪੁਰਸ਼ੋਤਮਾਏ ਨਮਾ। ਲੱਗਦਾ ਡੈਡੀ ਆਇਆ ਕੀਰਤ ਦਾ, ਤਾਂ ਪੁਲਸਾਈ ਹੋਈ ਆ। ਲੈ ਵੀ ਆ ਜਾਓ ਕਿਰਾ ਭੱਜ ਕੇ। ਉਹ ਐਡਾ ਤਾਂ ਯਾਰ ਕਿਸੇ ਮਿਨਿਸਟਰ ਦਾ ਘਰ ਨਹੀਂ ਹੁੰਦਾ। ਆਪਾਂ ਤਾਂ 10 ਸਾਲ ਯੂਨੀਵਰਸਿਟੀ 'ਚ ਐਵੇਂ ਖਰਾਬ ਕਰਤੇ, ਇਹਦੇ ਨਾਲ ਚੰਗਾ ਸੀ ਕਿਸੇ ਡੇਰੇ 'ਚ ਬਾਬੇ ਬਣ ਜਾਂਦੇ। ਹੁਣ ਰਖਾ ਦਿੰਦੇ ਆਪਾਂ, ਕੁੜੀ ਦੇ ਡੈਡੀ ਦੀ ਇੱਥੇ ਬਹੁਤ ਚੱਲਦੀ ਆ। ਉਹ ਬਾਬੇ ਹੋ, ਆਪਣੀ ਸੁਪੀਆਂ 'ਚੋਂ ਬਾਹਰ ਨਿਕਲੋ। ਇਹਨੇ ਮੇਰੇ ਪਾਪਾ ਦੇ ਗੁਰੂ ਬਾਬਾ ਪ੍ਰੇਮਾਨੰਦ ਜੀ, ਇੰਨੇ ਵੱਡੇ ਵੱਡੇ ਆਫਿਸਰ ਇਹਨਾਂ ਦੇ ਭਗਤ ਨੇ। ਇਹ ਤੇ ਕੁਛ ਵੀ ਨਹੀਂ, ਉਹ ਦੇਖੋ ਮਿਨਿਸਟਰ ਸਾਹਿਬ ਵੀ ਆਏ ਹੋਏ ਨੇ। ਇਹੋ ਜਿਹੀ ਚਮਤਕਾਰੀ ਹਸਤੀਆਂ ਸਦੀਆਂ 'ਚ ਵਿਰਲੇ ਹੀ ਪੈਦਾ ਹੁੰਦੀਆਂ ਨੇ। ਬਾਬਾ ਜੀ ਨੇ ਲੋਕਾਂ ਦੇ ਦੁੱਖ ਹਰ ਕੇ ਉਹਨਾਂ ਨੂੰ ਸੁੱਖ ਦਾ ਦਾਨ ਦਿੱਤਾ ਹੈ। ਜਿਨ੍ਹਾਂ ਦੇ ਘਰ ਬੱਚੇ ਨਹੀਂ ਸੀ ਹੋਏ 20-20 ਵਰ੍ਹਿਆਂ ਤੋਂ, ਉਹਨਾਂ ਨੂੰ ਬੱਚਿਆਂ ਦਾ ਦਾਨ ਦਿੱਤਾ ਹੈ। ਬੋਲੋ ਮਹਾਰਾਜ ਬਾਬਾ ਪ੍ਰੇਮਾਨੰਦ ਜੀ ਦੀ ਜੈ। ਮਹਾਰਾਜ ਬਾਬਾ ਪ੍ਰੇਮਾਨੰਦ ਜੀ ਦੀ ਜੈ। ਵਾਈ ਇਸ ਕ੍ਰਾਈਮ? ਐਕਚੁਅਲੀ ਇੱਥੇ ਦੇ ਸਾਰੇ ਲੋਕੀ ਬਾਬਾ ਜੀ ਨੂੰ ਅਵਤਾਰ ਮੰਨਦੇ ਨੇ। ਸੋ ਅਵਤਾਰ ਯਾਨੀ ਗੋਡ, ਯੈਸ। ਪਰ ਕੋਈ ਇਨਸਾਨ ਰੱਬ ਕਿਵੇਂ ਹੋ ਸਕਦਾ ਹੈ? ਆ ਲੋਕ ਬਣਾਉਂਦੇ ਹਨ ਨਾ ਰੱਬ। ਇੱਥੇ ਆਉਣ ਵਾਲੇ ਕਈ ਸ਼ਰਧਾਲੂ ਆਪਣੇ ਹੱਥ ਨਾਲ ਆਸ਼ਰਮ ਦੀ ਜ਼ਮੀਨ ਤੇ ਕੰਮ ਕਰਦੇ ਨੇ ਤੇ ਫਲ ਅਨਾਜ ਤੇ ਸਬਜ਼ੀਆਂ ਉਗਾਉਂਦੇ ਨੇ। ਤੇ ਸਭ ਕਿੱਥੇ ਜਾਂਦਾ ਹੈ? ਆਸ਼ਰਮ ਦੇ ਵਿੱਚ ਹੀ ਕਈ ਮੈਨੂਫੈਕਚਰਿੰਗ ਪਲਾਂਟਸ ਨੇ ਜਿੱਥੇ ਇਹਨਾਂ ਦੇ ਕਈ ਪ੍ਰੋਡਕਟਸ ਬਣਦੇ ਨੇ। ਉਹ ਹੋਣਾ ਕੀ ਹੈ, ਜਿਹੜੇ ਜੱਟਾਂ ਦੀ ਸਬਜ਼ੀਆਂ ਮੰਡੀਆਂ 'ਚ ਰੁਲੀਆਂ ਫਿਰਦੀਆਂ, ਇਹਨਾਂ ਦੇ ਜਿਹੜੇ ਪਿੱਠੇ 100-100 ਰੁਪਏ ਕਿਲੋ ਵਿਕਦੇ, ਆਹ ਹੁੰਦਾ। ਯੈਸ, ਆਹ ਯਾਰ ਵਧੀਆ ਬਿਜ਼ਨਸ ਆ, ਨਾਲੇ ਸੇਵਾ ਨਾਲੇ ਮੇਵਾ। ਆਓ ਜੀ, ਇੱਧਰ ਨੂੰ ਬਾਬਾ ਜੀ। ਇਹ ਤੁਹਾਡੇ ਕਾਲਜ ਦਾ ਰਾਣਾ ਨੀ, ਇਹ ਇੱਥੇ ਕੀ ਕਰ ਰਿਹਾ? ਰਾਣੀ ਦੇ ਡੈਡੀ ਯਾਨੀ ਕਿ ਮੰਤਰੀ ਸਾਹਿਬ ਬਾਬਾ ਜੀ ਦੇ ਪੱਕੇ ਭਗਤ ਨੇ। ਆਸ਼ਰਮ ਦੀਆਂ ਕਈ ਗੱਡੀਆਂ ਉਹਨਾਂ ਦੇ ਇਲਾਕੇ ਵਿੱਚੋਂ ਦੀ ਸ਼ਰਧਾਲੂ ਨੂੰ ਲੈ ਕੇ ਆਉਂਦੀਆਂ ਨੇ। ਇਹ ਕੋਈ ਭਗਤੀ ਹੈ, ਵੋਟ ਬੈਂਕ ਦੀ ਰਾਜਨੀਤੀ ਹੈ ਯਾਰ। ਪਲੀਜ਼ ਹੁਣ ਰਾਜਨੀਤੀ ਦੀ ਗੱਲਾਂ ਨਾ ਕਰਨਾ, ਮੈਂ ਬੋਰ ਹੋ ਜਾਂਦੀ ਹਾਂ। ਓ ਸਿਮਰਨ ਜੀ, ਆਹ ਸ਼ਕਲ ਦੇਖ ਲਓ, ਭੁੱਖ ਨਾਲ ਨਾ 12 ਵਜ ਗਏ, ਢਿੱਡ ਚੂਹੇ ਡਾਂਸ ਕਰ ਰਹੇ ਨੇ। ਯਾਰ ਕੁਝ ਖਵਾ ਦਿਓ, ਚੱਲੀਏ ਆਪਾਂ ਇੱਥੋਂ। ਚੱਲੀਏ, ਬਹੁਤ ਹੋ ਗਿਆ ਬਾਬਾ। ਚੱਲ ਲਈ ਜਿਹੜਾ ਤੂੰ ਚੱਲੇ 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 ਚੱਲੇ
ਤੈਨੂੰ ਕਿੰਨੀ ਵਾਰੀ ਸਮਝਾਇਆ ਇਹੋ ਜਿਹੇ ਵਿਹਲੇ ਦੋਸਤਾਂ ਤੋਂ ਦੂਰ ਰਿਹਾ ਕਰ, ਸਮਝ ਨਹੀਂ ਆਉਂਦੀ? ਉਹ ਪਾਪਾ ਮੇਰੀ ਫਰੈਂਡ ਆਈ ਕੈਨੇਡਾ ਤੋਂ। ਸ਼ੁਕਰ ਕਰ ਤੈਨੂੰ ਥਾਣੇਦਾਰ ਨੇ ਪਹਿਚਾਣ ਲਿਆ ਕਿ ਤੂੰ ਐਸ ਐਸ ਪੀ ਬਰਾੜ ਦੀ ਧੀ ਹੈ। ਪਾਪਾ ਆਮ ਰੀਅਲੀ ਸੋਰੀ, ਪਲੀਜ਼ 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 ਮੈਨੂੰ ਮਾਫ਼ ਕਰ ਦਿਓ, ਮੈਨੂੰ ਪਤਾ ਮੇਰੇ ਕੋਲੋਂ ਗਲਤੀ ਹੋ ਗਈ, ਆਈ ਪ੍ਰੋਮਿਸ ਅੱਗੇ ਤੋਂ ਕੋਈ ਕੰਪਲੇਂਟ ਨਹੀਂ ਆਏਗੀ, ਪਲੀਜ਼ ਪਾਪਾ ਪਾਪਾ ਅਗਰ ਹੋ ਸਕੇ ਤਾਂ ਪਲੀਜ਼ ਉਹਨਾਂ ਨੂੰ ਵੀ ਮਾਫ਼ ਕਰ ਦਿਓ ਪਲੀਜ਼। ਨਹੀਂ, ਉਹਨਾਂ ਨੂੰ ਮਾਫ਼ੀ ਨਹੀਂ ਮਿਲ ਸਕਦੀ ਬਈ। ਝਾੜੂ ਤਾਂ ਮਾਮਿਆਂ ਨੇ ਹੈਰੀ ਪੋਟਰ ਵਾਲਾ ਦਿੱਤਾ। ਓਏ ਉਹ ਛੇਤੀ ਕਰੋ ਛੇਤੀ, ਹਾਲੇ ਤਾਂ ਗੇਟ ਤੱਕ ਝਾੜੂ ਮਾਰਨਾ ਤੁਸੀਂ। ਤੇਰੀ ਮੈਂ ਮੰਮੀ ਤੂੰ ਪਟਵਾਏਗਾ ਸਾਲੇ, ਅੱਗੇ ਥੋੜੀ ਹੋਈ ਹੈ। ਫੇਸਬੁੱਕ ਲਈ ਚੰਗੀ ਫੋਟੋ ਮਿਲ ਗਈ ਆ। ਇਧਰੋਂ ਫੋਟੋ ਖਿੱਚੋ ਜੀ, ਮੇਰੀ ਪ੍ਰੋਫਾਈਲ ਬਹੁਤ ਵਧੀਆ ਹੋਊਗੀ। ਫੋਟੋ ਖਿਚਾਈ ਨਾ ਯਾਰ, ਉਹ ਪਿਛਲੀ ਵਾਰ ਲੜਾਈ ਵਾਲੀਆਂ ਫੋਟੋਆਂ ਦੇ 2000 ਲਾਈਕਸ ਆਏ ਸੀ, ਇਹਨਾਂ ਫੋਟੋ ਨਾਲ ਤਾਂ ਆਪਾਂ ਫੇਸਬੁੱਕ ਤੇ ਫੇਮਸ ਹੋ ਜਾਣਾ। ਫੇਸਬੁੱਕ ਤੇ ਤਾਂ ਫੇਰ ਫੇਮਸ ਹੋਵਾਂਗੇ ਜੀ, ਅੱਧਾ ਘੰਟਾ ਹੋਰ ਝਾੜੂ ਲਾਉਂਦੇ ਰਹੇ ਨਾ, ਕਲਾਸਾਂ ਲੱਗ ਜਾਣੀਆਂ ਤੇ ਯੂਨੀਵਰਸਿਟੀ 'ਚ ਹੁਣੇ ਫੇਮਸ ਹੋ ਜੂਗੇ। ਓਏ ਕੁੜੀਆਂ ਲੈ ਵੀ ਬਣ ਗਏ ਹਰੀ ਫੋਟੋ। ਮਾੜੀ ਸੰਗਤ ਦਾ ਨਤੀਜਾ ਹੁੰਦਾ ਫਸ। ਮੈਂ ਗਿਆ ਕੁੜੀ ਦੀ ਗੱਲ ਉਹ ਕਰ ਰਿਹਾ। ਆ ਕੀ ਆ ਇਹ ਗੁਹਾਰਾ? ਗੁਹਾਰਾ ਆ ਕੀ ਹੁੰਦਾ? ਓ ਛਿਟਕੇ ਲੈ ਦੱਸੋ ਇਹਨਾਂ ਨੂੰ ਇਹ ਕੀ ਹੁੰਦਾ? ਜਿਵੇਂ ਤੁਹਾਡੇ ਕੈਨੇਡਾ 'ਚ ਸਬਜ਼ੀਆਂ ਦਾ ਸਟੋਰ ਹੁੰਦਾ ਨਾ, ਸਾਡੇ ਇੱਥੇ ਪਿੰਡਾਂ 'ਚ ਹੁੰਦਾ ਪਾਥੀਆਂ ਦਾ ਸਟੋਰ। ਪਾਥੀਆਂ? ਪਾਥੀਆਂ ਮੀਨ ਛਿਟਕੇ। ਯੂ ਮੀਨ ਬੁਲਸ਼ਿਟ? ਓ ਬੁਲਸ਼ਿਟ ਨਹੀਂ, ਬਫੈਲੋ ਸ਼ਿਟ। ਖਿੱਚ ਲਓ ਜਿਹੜੀ ਫੋਟੋਆਂ ਖਿੱਚਣੀਆਂ ਛੇਤੀ। ਚਲੀਏ ਹੁਣ, ਚਲੀਏ ਹੁਣ ਇਹਨੂੰ ਛਿੱਟ ਦੀ ਫੈਕਟਰੀ ਵੀ ਦਿਖਾ ਦਿਓ, ਜਾਨੀ ਕਿ ਮੱਝ। ਲਓ ਜੀ ਮੈਡਮ ਆ ਗਿਆ ਤੁਹਾਡਾ ਪਿੰਡ, ਹੁਣ ਦੱਸੋ ਕਿੱਥੇ ਜਾਣਾ? ਘਰ ਦਾ ਤਾਂ ਨਹੀਂ ਪਤਾ ਪਰ ਦਾਦਾ ਜੀ ਦਾ ਨਾਮ ਪਤਾ ਹੈ। ਆਪਾਂ ਇੱਕ ਕੰਮ ਕਰਦੇ ਹਾਂ ਮੈਡਮ ਜੀ, ਆਪਾਂ ਸਰਪੰਚ ਦੇ ਘਰ ਚੱਲਦੇ ਹਾਂ, ਉੱਥੋਂ ਸਾਰਾ ਕੁਝ ਪਤਾ ਚੱਲ ਜਾਣਾ। ਚਲੋ ਪਹਿਲਾਂ ਜਾ ਕੇ ਪੈਰਾਂ ਚ ਡਿੱਗਦੇ ਆ, ਹੋ ਸਕਦਾ ਪਤੇ ਦੇ ਨਾਲ ਨਾਲ ਚਾਹ ਤੇ ਲੱਸੀ ਦਾ ਜਗਾੜ ਵੀ ਹੋ ਜਾਏ। ਤੁਸੀਂ ਕੀ ਕਰਦੇ ਹੈਗੇ? ਕੌਣ ਚਾਹੀਦਾ ਤੁਹਾਨੂੰ? ਤੁਸੀਂ ਸਰਪੰਚ ਹੋ? ਹਾਂ ਹਾਂ, ਮੈਂ ਹੀ ਮਦਨ ਸਿੰਘ ਮੱਦੀ ਸਰਪੰਚ। ਕਿਆ ਬਾਤ ਹੈ ਭਈਏ ਦੀ ਸਰਪੰਚ ਬਣ ਲੱਗ ਗਏ ਯਾਰ। ਓਏ ਆ ਮੇਰਾ ਮਤਲਬ ਬਿਹਾਰ ਸੇ ਹੋ? ਪੂਰਾ 200 ਘਰ ਹੈਗੀ ਇਸ ਪਿੰਡ ਵਿੱਚ ਬਿਹਾਰੀਆਂ ਦਾ। ਤੇ ਫਿਰ ਤੁਸੀਂ ਪੱਗ ਕਿਉਂ ਬੰਨੀ ਹੈ? ਪੱਗ 10-12 ਘਰ ਇਸਮੇ ਸਰਦਾਰੋਂ ਕੇ ਵੀ ਹੈਗੀ, ਉਨਕੇ ਵੀ ਤਾਂ ਵੋਟ ਚਾਹੀਏ, ਸਰਦਾਰੋਂ ਨੇ ਤਾਂ ਪੱਗ ਬੰਨ ਨਹੀਂ ਛੋੜ ਦੀ। ਔਰ ਜੈਲ ਲਗਾ ਕੇ ਚਲੇ ਗਏ ਬਾਹਰ ਕੈਨੇਡਾ, ਕਿਸੇ ਨੇ ਤਾਂ ਸਰਦਾਰੀ ਕਾਇਮ ਰੱਖਣੀ ਹੈ ਨਾ, ਹਮਨੇ ਪੱਗ ਆਪਣੇ ਸਰ ਪੇ ਰੱਖ ਲਈ ਔਰ ਬਣ ਗਏ ਸਰਪੰਚ। ਅਬ ਆਪ ਬਤਾਓ ਆਪਕੋ ਕਿਆ ਚਾਹੀਏ?
ਚਾਹ ਜਾਂ ਲੱਸੀ? ਕਿਉਂ ਪਤੰਦਰੋ, ਪੀ ਲਈ ਲੱਸੀ ਹੁਣ? ਉਹ ਯਾਰ ਮੰਨਦਿਆਂ ਕਲੋਲ ਹੋ ਗਈ, ਉਹਦੀ ਕਿਹੜਾ ਪਿੱਠ ਤੇ ਲਿਖਿਆ ਹੋਇਆ ਸੀ ਵੀ ਉਹ ਭਈਆ ਯਾਰ? ਉਹ ਬਾਈ ਬਾਕੀ ਗੱਲਾਂ ਛੱਡੋ, ਪਰ ਸਰਪੰਚ ਐਡਮ ਘੈਂਟ ਸੀ। ਇਸ ਪਿੰਡ ਦੇ ਸਾਰੇ ਪੰਜਾਬੀ ਲੋਕ ਕਿੱਥੇ ਗਏ? ਪਿੰਡ ਦੇ ਵਸਨੀਕ ਮੈਡਮ ਹੁਣ ਆਪਣੀਆਂ ਜੜਾਂ ਲੱਭ ਰਹੇ ਨੇ। ਤੇ ਬਿਹਾਰੀ ਇੱਥੇ ਕੀ ਕਰ ਰਹੇ ਨੇ? ਇਹ ਬਿਹਾਰੀ ਪੰਜਾਬ 'ਚ ਉਹੀ ਕਰ ਰਹੇ ਨੇ ਜਿਹੜੇ ਆਪਣੇ ਕੁਝ ਪੰਜਾਬੀ ਭਰਾ ਅਮਰੀਕਾ ਤੇ ਕੈਨੇਡਾ ਵਿੱਚ ਕਰ ਰਹੇ ਨੇ। ਵਾਟ ਯੂ ਮੀਨ? ਮਤਲਬ ਇਹ ਹੈ ਜੀ, ਭਈਏ ਇੱਥੇ ਆਲੂ ਪੱਟੀ ਜਾਂਦੇ ਨੇ, ਪੰਜਾਬੀ ਕੈਨੇਡਾ 'ਚ ਆਲੂ ਪੱਟੀ ਜਾਂਦੇ ਨੇ, ਭਈਏ ਇੱਥੇ ਪੰਪਾਂ 'ਤੇ ਤੇਲ ਪਾਈ ਜਾਂਦੇ ਨੇ, ਤੇ ਪੰਜਾਬੀ ਕੈਨੇਡਾ 'ਚ ਪੰਪਾਂ 'ਤੇ ਤੇਲ ਪਾਈ ਜਾਂਦੇ ਨੇ। ਚਲੋ ਆਪਾਂ ਇੱਥੋਂ ਚੱਲਦੇ ਹਾਂ। ਕੀ ਗੱਲ, ਤੁਸੀਂ ਆਪਣੇ ਦਾਦਾ ਜੀ ਦਾ ਘਰ ਨਹੀਂ ਲੱਭਣਾ? ਸ਼ਾਇਦ ਇਹ ਉਹ ਪਿੰਡ, ਉਹ ਪੰਜਾਬ ਹੈ ਹੀ ਨਹੀਂ ਜਿਸ ਦੀ ਕਹਾਣੀਆਂ ਬਚਪਨ ਤੋਂ ਮੈਂ ਆਪਣੇ ਦਾਦ ਜੀ ਦੇ ਮੂੰਹ ਤੋਂ ਸੁਣਦੀ ਆਈ ਹਾਂ। ਉਹ ਚਰਖੇ, ਉਹ ਪੀਂਘਾਂ ਝੂੜਦੀਆਂ ਮੁਟਿਆਰਾਂ, ਉਹ ਖੂਹ, ਉਹ ਸੱਥਾਂ। ਉਹ ਸਿਮਰਨ, ਜਿਹੜੇ ਪੰਜਾਬ ਦੀ ਤੂੰ ਗੱਲ ਕਰਦੀ ਆ ਨਾ, ਉਹ ਚਰਖੇ, ਉਹ ਮਧਾਣੀਆਂ, ਉਹ ਕੱਚੇ ਪਿੰਡ, ਉਹ ਅੱਜ ਕੱਲ੍ਹ ਹੁਣ ਪੰਜਾਬੀ ਗੀਤਾਂ ਦੇ ਵੀਡੀਓ 'ਚ ਹੀ ਦੇਖਣ ਨੂੰ ਮਿਲਦੇ ਨੇ। ਉਹ ਸਹੀ ਕਿਹਾ ਯਾਰ, ਤਾਂ ਹੀ ਸਾਡੇ ਪਿੰਡ ਇੰਨੀਆਂ ਸ਼ੂਟਿੰਗਾਂ ਹੁੰਦੀਆਂ ਨੇ, ਕੋਈ ਨਾ ਕੋਈ ਕੈਮਰਾ ਜਿਹਾ ਚੱਕ ਕੇ ਵੜਿਆ ਹੀ ਰਹਿੰਦਾ। ਹੁਣ ਪਿੰਡ ਜਾਣ ਵਾਸਤੇ ਨਾ ਕਹਿ ਦਿਓ। ਓਏ ਚੁੱਪ 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 ਚੁੱਪ, ਘਰ ਆ ਗਿਆ ਘਰ ਆ ਗਿਆ। ਜਿਹੜੀ ਇੱਧਰ ਅੰਦਰ ਅੰਦਰ ਹੁਣ ਫਾਲਤੂ ਨੂੰ ਬੋਲਣਾ ਕਿਸੇ ਨੇ। ਚੁੱਪ ਹੋਏ ਭਾਬੀ ਜੀ ਖੜੇ ਨੇ। ਭਾਬੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਟਾਈਮ ਲੱਗਿਆ ਤੈਨੂੰ ਵੇਖਣ ਦਾ? ਉਹ ਭਾਬੀ ਪੜਾਈ ਤੋਂ ਵੇਲੇ ਨਹੀਂ ਮਿਲਦੀ, ਹੁਣ ਕੀ ਦੱਸਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭਾਬੀ ਇਹ ਮੇਰਾ ਦੋਸਤ ਦੀਪ ਹੈ। ਅੱਛਾ। ਭਾਬੀ ਉਹ ਜੀਡੀ। ਸਤਿ ਸ਼੍ਰੀ ਅਕਾਲ। ਭਾਬੀ ਇਹ ਕੀਰਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਕੁੜੀ ਸਿਮਰਨ ਆ, ਕੈਨੇਡਾ ਤੋਂ ਆਈ ਹੈ ਸਪੈਸ਼ਲੀ ਪੰਜਾਬ ਦੇਖਣ। ਸਤਿ ਸ਼੍ਰੀ ਅਕਾਲ। ਚਲੋ ਆ ਜਾਓ, ਹੁਣ ਅੰਦਰ ਲੰਘ ਜਾਓ। ਆ ਲੈ ਰੋਟੀ ਖਾਓ। ਅਰੇ ਖਾ ਲਓ, ਮੋਟੇ ਨਹੀਂ ਹੋਗੇ? ਉਹ ਤੂੰ ਹਿੰਦੀ ਕਿੱਥੋਂ ਬੋਲਣ ਲੱਗ ਗਈ? ਲੱਗਦਾ ਸਰਪੰਚ ਦਾ ਅਸਰ ਹੋ ਗਿਆ ਇਹਦੇ ਤੇ ਵੀ। ਉਹ ਸਾਰੀਆਂ ਹੀ ਰੱਖ ਜਾ ਯਾਰ, ਨਹੀਂ ਤਾਂ ਚੱਕਰ ਲਾਉਂਦੀ ਗਸ਼ ਖਾ ਕੇ ਡਿੱਗ ਜਾਏਗੀ। ਭਾਬੀ ਜੀ ਇੱਕ ਗੱਲ ਦੱਸੋ, ਇਹ ਹੁਣੇ ਤੋਂ ਇੰਨੀ ਮਸਤੀਆਂ ਕਰਦਾ ਹੈ ਜਾਂ ਬਚਪਨ ਤੋਂ ਸ਼ਰਾਰਤੀ ਸੀ? ਤੂੰ ਇਹਦੀਆਂ ਸ਼ਰਾਰਤਾਂ ਵੇਖੀਆਂ ਕਿੱਥੇ ਹੈ? ਇਹ ਤਾਂ ਨਿੱਤ ਘਰੇ ਲਾਂਬੇ ਲੈ ਕੇ ਆਉਂਦਾ ਸੀ। ਉਹ ਭਾਬੀ ਪਿੰਡ ਵਾਲੇ ਮੈਨੂੰ ਪਿਆਰ ਹੀ ਇੰਨਾ ਕਰਦੇ ਆ, ਜੇ ਹੁਣ ਵੀ ਪਤਾ ਲੱਗ ਜਾਣਾ ਮੈਂ ਸਾਰਾ ਪਿੰਡ ਮਿਲਣ ਆਜੂ। ਭਾਬੀ ਕੋਈ ਪਿੰਡ ਵਾਲਾ ਫਿਰ ਤਾਂ ਨਹੀਂ ਆ ਗਿਆ ਮਿਲਣ? ਤੈਨੂੰ ਖੇਤੀ ਨਾਲ ਨਫ਼ਰਤ ਹੈ ਪਰ ਸਾਡੀ ਖੈਰ ਖ਼ਬਰ ਲੈਣ ਤਾਂ ਆ ਜਾ ਕਰ। ਇਹ ਸਭ ਤੇਰੇ ਦੋਸਤ ਨੇ? ਹਾਂ ਬਾਈ, ਇਹ ਸਾਰੇ ਮੇਰੇ ਦੋਸਤ ਨੇ ਬਾਈ, ਅਸੀਂ ਸਾਰੇ ਅੱਜ ਇੱਥੇ ਹੀ ਰੁਕਾਂਗੇ। ਕਿਉਂ ਨੀ, ਕਿਉਂ ਨੀ, ਚਲੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੋਰ ਵੀ ਸਭ ਠੀਕ ਠਾਕ ਹੋ? ਚਲੋ, ਤੁਹਾਡੇ ਕਾਰਨ ਸਹੀ ਅੱਜ ਇਸ ਕਮਰੇ ਨੂੰ ਆਪਣੇ ਘਰ ਦੀ ਯਾਦ ਆਈ। ਜੇ ਪੰਜਾਬ ਆਏ ਗਏ ਤੇ ਪਿੰਡ ਦਾ ਵਿਆਹ ਵੇਖ ਕੇ ਜਾਇਓ। ਵਿਆਹ ਕੱਲ ਜੋਲੀ ਦੇ ਚਾਚੇ ਦੀ ਕੁੜੀ ਦਾ ਵਿਆਹ ਹੈ ਤੇ ਤੁਹਾਡੇ ਬੰਨੇ ਜੋਲੀ ਵੀ ਵਿਆਹ ਵੇਖ ਲੂ। ਕਿਉਂ ਮੈਂ ਵਿਸਕੀ ਦੀ ਬੋਤਲੇ ਲੈ ਆਇਆ? ਹਾਏ ਹਾਏ, ਆ ਕੇ ਗਾਉਂਦਾ ਹੁੰਦਾ ਉਹਦੀ ਹਲਾਇਆ ਕੁੰਡਾ ਖੋਲੇ ਪਰ ਤੂੰ ਚਾੜ ਜਟੀ ਹੋਰ ਲੈ ਕੁਛ। ਬਹੁਤ ਖੁਸ਼, ਰੂਹ ਖੁਸ਼ ਹੋ ਜੂ ਤੇਰੀ, ਆ ਦੇਖ। ਓਏ ਤੇਰੀ ਨੂੰ ਇੰਨੀ
ਸੜਿਆ ਦੇ ਨਾ ਤਾਂ ਮੂੰਹ ਨਹੀਂ ਗਿੱਲਾ ਹੋਣਾ। ਸੜਿਆ ਹੋਰ ਮੈਂ ਤੇਰੇ ਵਾਸਤੇ ਇੱਥੇ ਭੱਠੀ ਲਈ ਆ, ਇਹ ਵੀ ਸਿਰੀ ਦੀਆਂ ਮਿੰਨਤਾਂ ਕਰ ਕਰਕੇ ਮੰਗ ਕੇ ਲੈ ਕੇ ਆਇਆ। ਉਹ ਤਿੰਨ ਹਿੱਸੇ ਬਣਾਏਗਾ, ਮੈਨੂੰ ਤਾਂ ਫਿਕਰ ਹੈ। ਤਿੰਨ ਹਿੱਸੇ ਕਿਹਦੇ ਲਈ ਕਰਨੇ? ਇਹ ਤਾਂ ਪਕੌੜੀਆਂ ਵਾਲਾ, ਇਹਨੇ ਥੋੜ੍ਹੀ ਦਾਰੂ ਪੀਣੀ ਆ ਯਾਰ। ਪਕੌੜੀਆਂ ਖਾ ਵੀ ਓਏ। ਆਪਾਂ ਦੇ ਪਾਣੀ ਪਾ ਦਿਆਂ? ਮੈਨੂੰ ਨਾ ਪਾਣੀ ਪਾ, ਮਾੜੀ ਜੀ ਹੈਗੀ, ਉਹਦਾ ਵੀ ਸਵਾਦ ਖਰਾਬ ਕਰੇਗਾ। ਪਤਾ ਹੀ ਹੈ ਮੈਨੂੰ, ਚੱਕ ਫਿਰ ਲਾ। ਆ ਲੈ ਇੱਕ ਸਾਥ ਖਿੱਚ ਜਾ। ਜਾਂਦੀ ਆ ਨਾ ਚੀਰ ਦੀ, ਬਣੀ ਨਾ ਗੱਲ ਪਹਿਲੇ ਤੋੜਦੀ ਨਾਲ। ਬਈ ਗੱਲ ਤਾਂ ਨਹੀਂ ਬਣੀ, ਫੀਲਿੰਗ ਜੀ ਲੈਣ ਦੀ ਕੋਸ਼ਿਸ਼ ਕਰ ਰਿਹਾ ਵੀ ਜੌਲੀ ਦੇ ਪਿੰਡ ਗਏ ਸੀ ਬੜੀ ਦਾਰੂ ਪੀਤੀ। ਹਸਤਾ ਜੀ ਆਏ ਆਏ। ਆ ਲਓ ਜੀ। ਓਏ ਤੂੰ ਤਾਂ ਕਹਿੰਦਾ ਸੀ ਹੋਰ ਹੈ ਨਹੀਂ, ਫਿਰ ਆਹ ਕਿਤੋਂ ਲੈ ਕੇ ਆਇਆ? ਉੱਥੋਂ ਕਿਸੇ ਕੋਲ ਮੰਗ ਕੇ ਲਿਆਂਦੀ ਆ ਜੀ। ਚੰਗਾ ਜਾ ਇਹਦੇ ਵਾਸਤੇ 10-15 ਕੱਪ ਚਾਹ ਦੇ ਲੈ ਕੇ। ਠੀਕ ਹੈ ਜੀ, ਛੇਤੀ ਆਈ। ਆ ਜਾ ਫਿਰ। ਤੈਨੂੰ ਪਤਾ ਇਹ ਦਾਰੂ ਕਿੱਥੋਂ ਆਈ ਹੈ? ਨਾ, ਇਹ ਦਾਰੂ ਵੱਡੇ ਭਾਈ ਨੇ ਭੇਜੀ ਹੈ। ਉਹਨੂੰ ਪਤਾ ਕਿ ਮੈਂ ਉਹਦੇ ਸਾਹਮਣੇ ਪੀਂਦਾ ਨਹੀਂ, ਉਸ ਤੋਂ ਮੰਗਦਾ ਨਹੀਂ, ਇਸ ਕਰਕੇ ਉਹਨੇ ਸਿਰੀ ਦੇ ਹੱਥ ਆਪਣੇ ਲਈ ਭੇਜੀ ਹੈ। ਵਾਹ ਬਾਈ ਯਾਰ, ਤੇਰੇ ਭਾਬੀ ਤੇ ਬਾਈ ਤੈਨੂੰ ਇੰਨਾ ਪਿਆਰ ਕਰਦੇ ਨੇ, ਤੂੰ ਪਿੰਡ ਕਿਉਂ ਨਹੀਂ ਆਉਂਦਾ? ਕਿਹੜੀਆਂ ਗੱਲਾਂ 'ਚ ਪੈ ਗਿਆ ਯਾਰ, ਚੱਲ ਖਿੱਚ ਇਹਨੂੰ। ਸਾਲਾ ਨਿਕੰਮਾ, ਖੇਤੀਬਾੜੀ ਤੋਂ ਬਚਦਾ ਦੇਖੀ ਯੂਨੀਵਰਸਿਟੀ ਲੁਕਦਾ ਫਿਰਦਾ। ਹਾਂ ਹਾਂ, ਲੁਕਿਆ ਬੈਠਾ ਮੈਂ। ਮੇਰੇ ਬਾਪ ਨੇ ਸਾਰੀ ਜ਼ਿੰਦਗੀ ਜੱਟ ਪੁਣ 'ਚ ਆਪਣੇ ਆਪ ਨੂੰ ਇਹਨਾਂ ਜ਼ਮੀਨਾਂ ਦਾ ਰਾਜਾ ਸਮਝਿਆ, ਪਰ ਹਾਸਲ ਕੀ ਹੋਇਆ ਉਹਨੂੰ? ਕਰਜ਼ੇ ਦੇ ਬੋਝ ਥੱਲੇ ਦੱਬੀ ਹੋਈ ਜ਼ਿਲਤ ਦੀ ਮੌਤ। ਇਸ ਕਰਕੇ ਨਫ਼ਰਤ ਆ ਮੈਨੂੰ ਇਸ ਪਿੰਡ ਤੇ, ਇਹਨਾਂ ਜ਼ਮੀਨਾਂ ਤੋਂ। ਤੂੰ ਸਾਲਿਆ ਕਦੇ ਸਾਹਸ ਨਹੀਂ ਹੋਣ ਦਿੱਤਾ ਆਪਣੇ ਹਾਸਿਆਂ ਪਿੱਛੇ, ਇੰਨਾ ਦਰਦ ਛਪਾਈ ਫਿਰਦਾ। ਨਾਲੇ ਯਾਰ ਤੂੰ ਜੁਆਲੀ ਹੱਸਦਾ ਹੀ ਚੰਗਾ ਲੱਗਦਾ, ਤੇਰਾ ਹੱਸ ਕੇ ਦਿਖਾ। ਹਾਂ ਸਾਲਾ ਗੱਲਾਂ ਮਾਰਦਾ ਹੱਸਦਾ ਸਾਲੇ। ਵਾਹ ਵਾਹ, ਤੁਸੀਂ ਸਾਰੇ ਇੱਥੇ ਬੈਠੇ ਹੋ, ਅਸੀਂ ਇੰਨੀ ਦੇਰ ਦੇ ਤੁਹਾਨੂੰ ਥੱਲੇ ਲੱਭੀ ਜਾ ਰਹੇ। ਉਹ ਬਸ ਕੁਛ ਨਹੀਂ, ਮਾੜਾ ਜਿਹਾ ਸ਼ੁਗਲ ਮੇਲਾ ਜਿਹਾ ਕਰਦੇ ਸੀ। ਕਿਹੜਾ ਮੇਲਾ? ਸ਼ੁਗਲ ਮੇਲਾ ਜਿਹਾ ਕਰਦੇ ਸੀ। ਜੇ ਤੈਨੂੰ ਸਮਝਾਉਣ ਲੱਗੇ ਨਾ ਉਹ ਤਾਂ ਸਵੇਰ ਜੀ ਹੋ ਜਾਣੀ ਹੈ। ਹੈਲੋ, ਡੈਡ ਕੀ ਕਹਿੰਦੇ ਨੇ ਡਾਕਟਰ, ਕੋਈ ਖਤਰੇ ਵਾਲੀ ਗੱਲ ਤਾਂ ਨਹੀਂ? ਜੇ ਹੋਵੇ ਵੀ ਤੈਨੂੰ ਕੀ ਫਰਕ ਪੈਂਦਾ, ਸਾਨੂੰ ਤੇਰੇ ਤੋਂ ਕੋਈ ਆਸ ਨਹੀਂ ਹੈ। ਬਸ ਸਾਨੂੰ ਸਾਡੇ ਹਾਲ ਤੇ ਛੱਡ ਦੇ ਪਲੀਜ਼। ਫਾਦਰ ਦੀਪ ਤੋਂ ਗੁੱਸਾ ਕਿਉਂ ਨੇ? ਇਹੋ ਜਿਹਾ ਕੀ ਗੁਨਾਹ ਕੀਤਾ ਉਸਨੇ? ਗੁਨਾਹ ਤਾਂ ਸਿਰਫ ਦੀਪ ਦਾ ਇੰਨਾ ਕੀ ਹੈ, ਉਹਨੇ ਉਹ ਨਹੀਂ ਕੀਤਾ ਜੋ ਉਸਦੇ ਫਾਦਰ ਉਸ ਤੋਂ ਕਰਵਾਉਣਾ ਚਾਹੁੰਦੇ ਸੀ। ਦੀਪ ਦੇ ਫਾਦਰ ਉਹਨੂੰ ਮੈਡੀਕਲ ਕਰਵਾਉਣਾ ਚਾਹੁੰਦੇ ਸੀ, ਪਰ ਉਹਨੇ ਆਪਣੇ ਫਾਦਰ ਦੇ ਖਿਲਾਫ ਜਾ ਕੇ ਆਈ ਟੀ 'ਚ ਦਾਖਲਾ ਲੈ ਲਿਆ। ਮੈਨੂੰ ਸਾਰਿਆਂ ਬਾਰੇ ਬਹੁਤ ਕੁਛ ਪਤਾ ਚੱਲ ਗਿਆ, ਪਰ ਤੁਹਾਡੇ ਬਾਰੇ, ਮੇਰਾ ਮਤਲਬ ਤੁਸੀਂ ਇੰਨਾ ਘੱਟ ਕਿਉਂ ਬੋਲਦੇ ਹੋ? ਬੋਲਣ ਨੂੰ ਕੁਛ ਇੰਟਰਸਟਿੰਗ ਹੈ ਹੀ ਨਹੀਂ ਮੇਰੇ ਬਾਰੇ।
ਜੋ ਤੁਹਾਨੂੰ ਇੰਟਰਸਟਿੰਗ ਨਾ ਲੱਗੇ ਸ਼ਾਇਦ ਸਾਨੂੰ ਇੰਟਰਸਟਿੰਗ ਲੱਗ ਜਾਵੇ। ਉਹ ਤੈਨੂੰ ਦਿਖਦਾ ਨਹੀਂ ਓਏ। ਸੌਰੀ ਯਾਰ ਬ੍ਰਦਰ, ਮਾਈ ਮਿਸਟੇਕ। ਕੀ ਮਾਈ ਮਿਸਟੇਕ ਓਏ, ਜੇ ਤੇਰਾ ਸਿਰ ਪਾੜ ਕੇ ਕਹਾਂ ਮਾਈ ਮਿਸਟੇਕ ਫਿਰ। ਹੈਲੋ, ਗਲਤੀ ਤੁਹਾਡੀ ਹੈ, ਤੁਸੀਂ ਇੱਕਦਮ ਬ੍ਰੇਕ ਨਾ ਲਾਉਂਦੇ ਤਾਂ ਐਸਾ ਕੁਝ ਨਾ ਹੁੰਦਾ। ਉਹ ਤੁਸੀਂ ਅੰਦਰ ਬੈਠੋ, ਮੈਂ ਗੱਲ ਕਰ ਰਿਹਾ। ਉਹ ਕੀ ਗੱਲ ਕਰੇਗਾ ਓਏ, ਉਧਰੋਂ ਹੀਰੋ ਸਮਝਦਾ। ਤੈਨੂੰ ਇੱਕ ਵਾਰੀ ਕਹਿਤਾ ਨਾ, ਗਲਤੀ ਹੋ ਗਈ ਤੇ ਪਹਿਲਾਂ ਗੱਡੀ ਦੇਖ ਕੇ ਨਹੀਂ ਚਲਾ ਸਕਿਆ। ਕੀ ਹੋ ਰਿਹਾ ਓਏ, ਕਿਉਂ ਰੌਲਾ ਪਾ ਰਹੇ ਹੋ? ਕੁਛ ਨਹੀਂ ਭਾਜੀ, ਗੱਡੀ ਠੋਕਤੀ ਪਿੱਛੋਂ। ਤੂੰ ਤੁਸੀਂ ਡਰ ਨਹੀਂ ਸਕਦਾ, ਚੱਲ ਬੈਠ ਗੱਡੀ 'ਚ। ਹੈਲੋ ਆਫੀਸਰ, ਪਹਿਲਾਂ ਪੂਰੀ ਗੱਲ ਤਾਂ ਸੁਣੋ, ਕਿਸ ਦਾ ਕਸੂਰ ਹੈ? ਬਿਨਾਂ ਕੁਝ ਜਾਣੇ ਤੁਸੀਂ ਇੱਦਾਂ ਦਾ ਫੈਸਲਾ ਕਿਵੇਂ ਲੈ ਸਕਦੇ ਹੋ? ਬਹੁਤ ਚੰਗੀ ਤਰ੍ਹਾਂ ਜਾਣਦਾ ਮੈਂ ਇਸਨੂੰ, ਹਾਫ ਮਰਡਰ ਦਾ ਕੇਸ ਚੱਲ ਰਿਹਾ ਇਸ ਤੇ। ਚੱਲ ਬੈਠ ਗੱਡੀ 'ਚ, ਕੱਢਦਾ ਤੇਰੀ ਚਿਰੜ ਭੁੰਡੀਆਂ ਮੈਂ। ਐਕਸਕਿਊਜ਼ ਮੀ ਆਫੀਸਰ, ਗਲਤੀ ਇਹਨਾਂ ਦੀ ਨਹੀਂ ਹੈ, ਮੈਂ ਸਭ ਕੁਝ ਆਪਣੀ ਅੱਖੀ ਵੇਖਿਆ ਹੈ। ਮੈਂ SSP ਜੈ ਸਿੰਘ ਬਰਾੜ ਦੀ ਬੇਟੀ ਹਾਂ। ਸੌਰੀ ਮੈਡਮ, ਗਲਤੀ ਹੋ ਗਈ, ਤੁਹਾਨੂੰ ਕਿਤੇ ਸੱਟ ਤਾਂ ਨਹੀਂ ਲੱਗੀ? ਜੀ ਨਹੀਂ। ਬਾਈ ਜੀ, ਤੁਸੀਂ ਗੱਡੀ 'ਚ ਬੈਠੋ, ਠੀਕ ਠਾਕ ਹੋ ਤੁਸੀਂ? ਚਲੋ ਦੋਗੇ, ਗੁੱਡ ਨਾਈਟ, ਬਾਏ ਬਾਏ। ਧਿਆਨ ਰੱਖਿਓ ਫਿਰ, ਠੀਕ ਹੈ? ਠੀਕ ਹੈ, ਟੇਕ ਕੇਅਰ, ਗੁੱਡ ਨਾਈਟ। ਸਿਮਰਨ ਜੀ, ਤੁਹਾਨੂੰ ਹੁਣ ਤਾਂ ਪਤਾ ਲੱਗ ਗਿਆ ਹੋਣਾ ਕਿ ਮੇਰਾ ਪਾਸਟ ਕਿੰਨਾ ਇੰਟਰਸਟਿੰਗ ਹੈ, ਪਰ ਮੈਨੂੰ ਤੁਸੀਂ ਹਾਲੇ ਵੀ ਕੁਝ ਨਹੀਂ ਦੱਸਿਆ। ਤੁਸੀਂ ਸੁਣਨਾ ਚਾਹੋਗੇ? ਚਾਰ ਚਾਰ ਕੱਲੇ ਨੂੰ ਕੁੱਟੀ ਜਾਂਦੇ ਹੋ, ਤੂੰ ਵੀ ਆ ਜਾ। ਤੇਰੀਆਂ ਇਹਨਾਂ ਹਰਕਤਾਂ ਨੇ ਮੇਰਾ ਸਿਰ ਚੁਕਾ ਦਿੱਤਾ ਹੈ। ਮੈਨੂੰ ਮਾਣ ਹੁੰਦਾ ਜੇ ਤੂੰ ਇਸ ਦੇਸ਼ ਲਈ ਬਾਰਡਰ ਤੇ ਲੜਦਿਆਂ ਸ਼ਹੀਦ ਹੋ ਜਾਂਦਾ। ਬਾਰਡਰ ਤੇ ਲੜਾਈਆਂ ਤੋਂ ਬਿਨਾਂ ਇਸ ਦੇਸ਼ ਵਿੱਚ ਹੋਰ ਵੀ ਕਈ ਲੜਾਈਆਂ ਨੇ ਜਿਨ੍ਹਾਂ ਨਾਲ ਲੜਨਾ ਬਹੁਤ ਜ਼ਰੂਰੀ ਹੈ। ਗੱਲ ਰਹੀ ਸਿਰ ਚੁਕਾਉਣ ਦੀ, ਤਾਂ ਤੁਹਾਡੇ ਨਾਲ ਮੈਂ ਵਾਅਦਾ ਕਰਦਾ ਕਿ ਜ਼ਿੰਦਗੀ 'ਚ ਇੱਕ ਦਿਨ ਇਹੋ ਜਿਹਾ ਕੰਮ ਜ਼ਰੂਰ ਕਰੂੰਗਾ ਕਿ ਤੁਸੀਂ ਸਿਰ ਉਠਾ ਕੇ ਫਖਰ ਨਾਲ ਕਹਿ ਸਕਦੇ ਹੋ ਕਿ ਗੈਰੀ ਤੁਹਾਡਾ ਪੁੱਤਰ ਹੈ। ਗੈਰੀ, ਇੱਕ ਗੱਲ ਕਹਾਂ? ਹੋਰ। ਇਹ ਤੂੰ ਲੜਾਈਆਂ ਕਰਨੀਆਂ, ਗੁੱਸਾ ਕਰਨਾ ਛੱਡ ਦੇ। ਮੈਨੂੰ ਤਾਂ ਕਈ ਵਾਰ ਡਰ ਲੱਗਦਾ ਕਿ ਇਹਨਾਂ ਕਰਕੇ ਆਪਾਂ ਅੱਡਣਾ ਹੋ ਜਾਈਏ। ਮੈਨੂੰ ਨਫ਼ਰਤ ਹੋ ਗਈ ਤੇਰੇ ਤੋਂ, ਅੱਜ ਤੋਂ ਬਾਅਦ ਤੈਨੂੰ ਮੈਂ ਆਪਣੀ ਸ਼ਕਲ ਵੀ ਨਹੀਂ ਵਿਖਾਣੀ। ਕਾਨੂੰਨ ਦੀ ਲੜਾਈ ਤਾਂ ਮੈਂ ਲੜ ਹੀ ਰਿਹਾ, ਪਰ ਇੱਕ ਲੜਾਈ ਮੈਂ ਆਪਣੇ ਆਪ ਨਾਲ ਵੀ ਲੜ ਰਿਹਾ। ਸਜ਼ਾ ਨਹੀਂ, ਇਨਸਾਨ ਦਾ ਪਛਤਾਵਾ ਹੀ ਇਨਸਾਨ ਦਾ ਦਿਲ ਸਾਫ਼ ਕਰ ਸਕਦਾ ਹੈ, ਤੇ ਮੈਨੂੰ ਤੁਹਾਡੀਆਂ ਅੱਖਾਂ ਵਿੱਚੋਂ ਸੱਚ ਦਿਸਦਾ ਹੈ।
ਗੁੱਡ ਨਾਈਟ। ਸਿਮਰਨ। ਹਾਂ। ਥੈਂਕ ਯੂ। ਆਪਣਿਆਂ ਨੂੰ ਥੈਂਕ ਯੂ ਨਹੀਂ ਕਹੀਦਾ ਹੁੰਦਾ। ਉਹ 10 ਮਿੰਟ ਰਹਿ ਗਏ, ਜੇ ਕੁਝ ਹੋਰ ਆਰਡਰ ਕਰਨਾ ਕਰ ਲਓ ਯਾਰ। ਓਏ ਖੜ ਜਾ, ਇੱਡਾ ਕਾਲਾ ਨਾ ਹੋ, ਅਜੇ ਜੋਤੀ ਮੈਡਮ ਦੇ ਪੀਰੀਅਡ 'ਚ ਟਾਈਮ ਹੈਗਾ। ਉਹ ਪੁੱਠੀ ਸੋਚ, ਜਿਹੜੇ ਪ੍ਰੋਫੈਸਰਾਂ ਦੀਆਂ ਕਲਾਸਾਂ ਮਿਸ ਕੀਤੀਆਂ ਨੇ ਉਹਨਾਂ ਦਾ ਉਧਾਰ ਚੁਕਾਉਣਾ। ਫਰਾਈਡੇ ਪਿੰਡ ਜਾਣਾ ਯਾਰ। ਤੇ ਵੈਸੇ ਮੈਂ ਵੀ ਹੁਣ ਜਾ ਰਹੀ ਹਾਂ। ਕਿੱਥੇ? ਮੈਂ ਕੈਨੇਡਾ ਜਾ ਰਹੀ ਹਾਂ ਨੈਕਸਟ ਸੰਡੇ। ਕਿਉਂ? ਮੇਰਾ ਮਤਲਬ ਇੱਕਦਮ ਇੰਨੀ ਛੇਤੀ ਕਿਉਂ ਤੁਸੀਂ ਕੈਨੇਡਾ ਜਾ ਰਹੇ ਹੋ? ਜਿੰਨਾ ਵਕਤ ਸੋਚ ਕੇ ਆਈ ਸੀ ਉਸ ਤੋਂ ਵੱਧ ਟਾਈਮ ਗੁਜ਼ਰ ਗਿਆ, ਹੁਣ ਇੱਕ ਦਿਨ ਜਾਣਾ ਤਾਂ ਹੈ ਹੀ ਨਾ। ਠੀਕ ਆ ਫਿਰ, ਸਿਮਰਨ ਨੂੰ ਦੇਵਾਂਗੇ ਆਪਾਂ ਇੱਕ ਫੇਅਰਵੈਲ ਪਾਰਟੀ ਤੇ ਲਾਵਾਂਗੇ ਰੌਣਕਾਂ। ਪਾਰਟੀ ਤਾਂ ਬਣਦੀ ਆ ਯਾਰ, ਪਰ ਡਰਾਈ ਡੇ ਦੇਖ ਲਿਓ। ਫੇਅਰਵੈਲ ਪਾਰਟੀ? ਇਹ ਤਾਂ ਫੇਰ ਝਾੜੂ ਲਾਉਣਾ ਪੈ ਜੇ। ਮੈਂ ਇੱਕ ਮਿੰਟ ਹੁਣੇ ਆਇਆ, ਗੱਲ ਕਰਨੀ ਸੀ। ਸਾਨੂੰ ਬੋਲਣਾ ਚਾਹੀ। ਮੈਂ ਕਿਉਂ ਭੁੱਲਾਂਗੀ ਤੁਹਾਨੂੰ? ਮੈਂ ਬੀਅਰ ਬੂਰ ਨਹੀਂ ਪੀਣੀ, ਹੋਏ ਵਿਸਕੀ ਪੀਣੀ ਹੈ। ਹਮੇਸ਼ਾ ਪੀਣ ਦੀ ਗੱਲ ਕਰੀ ਜਾ। ਪਿਛਲੀ ਵਾਰ ਵੀ ਯਾਰ ਡਰਾਈ ਡੇ ਵਾਲੇ ਦਿਨ ਬੀਅਰ ਪਿਆਤੀ ਸੀ, ਉਹ ਵੀ ਸਕੌਚ ਦੇ ਰੇਟ ਤੇ। ਝਾੜੂ ਮਾਰਨਾ ਪਿਆ ਬੀਅਰ ਪੀ ਕੇ, ਮੈਂ ਨਹੀਂ ਪੀਂਦਾ। ਮੈਨੂੰ ਦੱਸੋ ਜੀ, ਤੁਸੀਂ ਕਾਲ ਕਰਨ ਆਏ ਸੀ ਨਾ ਬਾਹਰ? ਮਿਲੇ ਨਹੀਂ। ਕੋਸ਼ਿਸ਼ ਕਰਕੇ ਤਾਂ ਦੇਖੋ, ਸ਼ਾਇਦ ਮਿਲ ਜਾਵੇ। ਮੇਰੀ ਕਿਸਮਤ ਅਕਸਰ ਢਿੱਲੀ ਹੈ, ਸਾਥ ਨਹੀਂ ਦਿੰਦੀ। ਜੋ ਕਰਨਾ ਚਾਹੁੰਦਾ ਉਹ ਹੁੰਦਾ ਨਹੀਂ, ਪਰ ਜੋ ਮੈਂ ਚਾਹੁੰਦਾ ਉਹ ਮੇਰੇ ਤੋਂ ਦੂਰ ਹੋ ਜਾਂਦਾ ਹੈ। ਕੋਈ ਵੀ ਦੂਰੀ ਐਸੀ ਨਹੀਂ ਜੋ ਤੈਅ ਨਾ ਕੀਤੀ ਜਾ ਸਕੇ। ਮੈਂ ਵੀ ਤਾਂ ਸਾਥ ਸੰਬੰਧ ਤੈਅ ਕਰਕੇ ਇੱਥੇ ਆਈ ਸੀ। ਹੁਣ ਵਾਪਸ ਵੀ ਤਾਂ ਜਾ ਰਹੇ ਹੋ? ਮੈਂ ਕੋਈ ਗੁਜ਼ਰਿਆ ਵਕਤ ਨਹੀਂ ਜੋ ਵਾਪਸ ਨਾ ਸਕਾਂ। ਵੈਸੇ ਮੈਂ ਤੁਹਾਨੂੰ, ਮੇਰਾ ਮਤਲਬ ਤੁਹਾਨੂੰ ਸਾਰਿਆਂ ਨੂੰ ਬਹੁਤ ਯਾਦ ਕਰਾਂਗੀ। ਫਿਰ ਤੁਸੀਂ ਵਾਪਸ ਆਓਗੇ? ਪੱਕਾ। ਤੁਸੀਂ ਮੈਨੂੰ ਆਪਣੀ ਈਮੇਲ ਆਈ ਡੀ ਦੇ ਦਿਓ, ਵਿਲ ਕੀਪ ਇਨ ਟੱਚ। ਮੈਂ ਅਕਸਰ ਦੇਖਿਆ ਡਾਇਰੀ 'ਚ ਤੁਸੀਂ ਕੁਝ ਲਿਖਦੇ ਰਹਿੰਦੇ ਹੋ, ਕੀ ਲਿਖਦੇ ਰਹਿੰਦੇ ਹੋ? ਮੈਂ ਆਪਣੀ ਡਾਇਰੀ 'ਚੋਂ ਸਾਰੀਆਂ ਚੀਜ਼ਾਂ ਲਿਖਦੀ ਹਾਂ ਜੋ ਮੇਰੇ ਦਿਲ ਨੂੰ ਛੂਹ ਜਾਂਦੀਆਂ ਨੇ। ਤੁਸੀਂ ਇੱਦਾਂ ਵੀ ਕਹਿ ਸਕਦੇ ਹੋ ਕਿ ਉਹ ਡਾਇਰੀ ਮੇਰਾ ਹਾਲੇ ਦਿਲ ਹੈ। ਐ ਨਾ ਕਹੋ ਜੀ, ਜੇ ਪਤਾ ਲੱਗ ਗਿਆ ਨਾ ਕਿ ਇਸ ਡਾਇਰੀ ਤੁਹਾਡਾ ਦਿਲ ਹੈ ਤਾਂ ਕਿਸੇ ਨੇ ਜ਼ਰੂਰ ਚੋਰੀ ਕਰ ਲੈਣੀ ਹੈ। ਤੂੰ ਵੀ ਨਾ, ਓਏ ਇੱਕ ਤਾਂ ਮੈਂ ਤੇਰੀ ਗੱਲ ਕਰੀ ਜਾਣਾ, ਤੂੰ ਜਗਾ ਕੁੱਤੇ ਜਾਣਾ ਯਾਰ, ਹੱਦ ਹੈ ਯਾਰ। ਚੀਅਰਸ! ਆਹਾ ਕੀ ਯਾਰ, ਕੋਲਡ ਡਰਿੰਕ ਨਾਲ ਚੀਅਰਸ ਕਰੀ ਜਾਂਦੇ ਹੋ, ਆ ਪੱਕੀ ਤਾਂ ਲੱਗ ਦੇਖੋ ਨਾ ਕਿ ਘੁੱਟ ਯਾਰ। ਆ ਯਾਰ ਸਿਮਰਨ, ਅੱਜ ਤੈਨੂੰ ਸਾਡਾ ਸਾਥ ਦੇਣਾ ਚਾਹੀਦਾ, ਮੁੜ ਕੇ ਪਤਾ ਨਹੀਂ ਜ਼ਿੰਦਗੀ 'ਚ ਕਦੋਂ ਮਿਲਣਾ। ਨੋ ਥੈਂਕ ਯੂ, ਤੁਹਾਡੀ ਪੱਕੀ, ਤੁਹਾਨੂੰ ਮੁਬਾਰਕ, ਵੀ ਆਰ ਹੈਪੀ ਵਿਦ ਆ ਸੌਫਟ ਡਰਿੰਕਸ, ਰਾਈਟ? ਇੱਕ ਘੁੱਟ ਯਾਰ, ਇੱਕ ਮੇਰੇ ਕਰਕੇ। ਅਰੇ ਅਰੇ, ਦੇਖੋ ਤਾਂ ਸਰਕਾਰ ਕਿਉਂ ਤੱਕ ਕਰੀ ਰਹੇ ਹੋ ਯਾਰ, ਨਹੀਂ ਪੀਂਦੀਆਂ ਤਾਂ ਪੀਣ ਦਿਓ, ਰਾਈਟ? ਉਹ ਚੱਲ ਯਾਰ, ਕਾਹਨੂੰ ਮੱਥਾ ਮਾਰੀ ਜਾਂਦੇ, ਤੂੰ ਚੱਕ, ਤੂੰ ਵੀ ਖਿੱਚ ਚਾਹ। ਓ ਇੱਕ ਮਿੰਟ, ਇੱਕ ਮਿੰਟ, ਸ਼ਰਤ ਇਹ ਹੈ ਕਿ ਤੈਨੂੰ ਵੀ ਚਾਹ ਦਾ ਬੌਟਮ ਅਪ ਕਰਨਾ ਪੈਣਾ। ਬਹੁਤ ਟਾਈਮ ਦਾ ਹੋਰ ਕੋਈ ਕੰਮ ਨਹੀਂ ਰਹਿ ਗਿਆ ਮੈਨੂੰ। ਨਾ ਮੁੰਨਾ ਹੀ ਤੂੰ ਵੀ, ਓਏ ਆ ਕਿੱਥੇ ਚੱਲੀ? ਪਤਾ ਨਹੀਂ। ਕਮਨ, ਤੂੰ ਇੱਥੇ ਕਿੱਦਾਂ? ਓ ਮਾਈ ਗੋਡ, ਆਈ ਐਮ ਸੋ ਹੈਪੀ। ਭਈਆ ਕੌਣ ਸੀ? ਮੈਨੂੰ ਕੀ ਪਤਾ, ਹੋਊਗਾ ਕੋਈ ਵੀਰੇ। ਇਸੇ ਕਰਕੇ ਨਾ ਮੌਕਾ ਦੇਖ ਕੇ ਦਿਲ ਦੀ ਗੱਲ ਕਰ ਦੇਣੀ ਚਾਹੀਦੀ ਆ, ਟਪਾ ਲਿਆ ਨਾ ਵੇਲਾ ਹੱਥੋਂ। ਇਸੇ ਕਰਕੇ ਕਹਿਣਾ ਵੀਰ, ਬਜ਼ੁਰਗਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਟਾਈਮ ਸਿਰ। ਓਏ ਮੈਂ ਨਾ ਤੈਨੂੰ ਜੀਡੀ ਜੀਡੀ ਰੁਕ ਜਾ,
ਇਹਨੂੰ ਕੀ ਹੋ ਗਿਆ ਹੁਣ? ਤੁਸੀਂ ਲੋਕਾਂ ਦੀ ਸੁਧਰ ਨਹੀਂ ਸਕਦੇ ਨਾ, ਜਲੇ ਤੇ ਨਮਕ ਛਿੜਕਣਾ ਜ਼ਰੂਰੀ ਹੈ, ਜਾ ਕੇ ਮਨਾ ਕੇ ਲੈ ਕੇ ਆਉ ਨੂੰ। ਯਾਰ ਅਸੀਂ ਕੀ ਕਿਹਾ ਯਾਰ? ਉਠੋ ਔਰ ਜਾਓ ਯਾਰ, ਆਪਣੀ ਇੰਜੋਇਮੈਂਟ ਖਰਾਬ ਕਰਨੀ ਹੁੰਦੀ ਹੈ, ਚਲ ਆ ਜਾ ਯਾਰ। ਬੱਤਰੀ ਹੋਈ ਇੱਕ ਨੰਬਰ ਦੀ ਅਸੀਂ ਤੇ ਅਸੀਂ ਹੱਦ ਹੈ ਯਾਰ। ਜਨਾਨੀ ਮਗਰ ਉਸ ਕੇ ਤਾਂ ਚਲ ਗਿਆ। ਐਗੋਨ ਸੀ, ਹੀ ਇਜ਼ ਮਾਈ ਫਰੈਂਡ ਫਰੋਮ ਕੈਨੇਡਾ। ਓ ਸੈਟਰਡੇ ਨਾਈਟ, ਹੀ ਇਜ਼ ਮਾਈ ਫੈਮਿਲੀ ਫਰੈਂਡ ਜਸਟ ਲਾਈਕ ਮਾਈ ਬ੍ਰਦਰ। ਬ੍ਰਦਰ? ਯਾ ਬ੍ਰਦਰ। ਓ ਨੋ, ਪਰ ਇਹ ਕਿੱਧਰ ਗਏ ਯਾਰ? ਇਹ ਨਾ ਤੁਹਾਡੇ ਸਾਰਿਆਂ ਦੀ ਬੜੀ ਗਲਤ ਮੈਂਟੈਲਿਟੀ ਆ। ਜੇ ਤੁਸੀਂ ਕਿਸੇ ਅਣਜਾਣ ਬੰਦੇ ਦੇ ਗੱਲ ਲੱਗੋਗੇ, ਉਹ ਵੀ ਉਹਦੇ ਸਾਹਮਣੇ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਲਾਈਕ ਕਰਦਾ, ਤਾਂ ਮੈਡਮ ਜੀ ਗੜਬੜ ਤਾਂ ਹੋਣੀ ਹੈ। ਤੇ ਤੁਸੀਂ ਆਪਣੇ ਦੋਸਤ ਨੂੰ ਸਮਝਾਓ, ਵਾਈ ਆਰ ਟੈਲਿੰਗ ਮੀ? ਇਹ ਤੁਹਾਡੀ ਮੁੰਡਿਆਂ ਦੀ ਗਲਤ ਆਦਤ ਆ। ਜੋ ਤੁਹਾਨੂੰ ਸਮਝਣਾ ਚਾਹੀਦਾ ਉਹ ਤੁਸੀਂ ਸਮਝਦੇ ਨਹੀਂ, ਹੋਰ ਜੋ ਤੁਹਾਨੂੰ ਨਹੀਂ ਸਮਝਣਾ ਚਾਹੀਦਾ ਉਹਨੂੰ ਕੁਝ ਹੋਰ ਹੀ ਸਮਝ ਕੇ ਪਰੇਸ਼ਾਨ ਹੋ ਜਾਂਦੇ ਨੇ। ਕੀ ਹੋਇਆ ਹੁਣ? ਬਾਈਕ ਕਿਉਂ ਰੋਕਤੀ? ਲਓ ਜੀ, ਤੁਹਾਡੀਆਂ ਲਾਣਤਾਂ ਸੁਣ ਕੇ ਮੇਰੇ ਬੋਲਟ ਨੂੰ ਵੀ ਸ਼ਰਮ ਆ ਗਈ। ਪਰ ਹੋਇਆ ਕੀ? ਹੋਣਾ ਕੀ ਹੈ ਜੀ, ਪੈਂਚਰ ਹੋ ਗਿਆ। ਹੁਣ ਫਿਰ ਕੀ, 11 ਨੰਬਰ ਦੀ ਬੱਸ ਤੇ ਚੱਲਾਂਗੇ? 11 ਨੰਬਰ ਦੀ ਬੱਸ ਕੀ ਮਤਲਬ? ਉਹ 11 ਨੰਬਰ ਦੀ ਬੱਸ ਦਾ ਮਤਲਬ ਹੈ ਜੀ ਲੈਫਟ ਰਾਈਟ ਕਰਦੇ ਪੈਦਲ ਮਾਰਚ। ਚਲੋ ਚਲੋ, ਇਸ ਬਹਾਨੇ ਈਵਨਿੰਗ ਵਾਕ ਵੀ ਹੋ ਜੂ। ਈਵਨਿੰਗ ਵਾਕ ਨਹੀਂ ਜੀ, ਮਿਡਨਾਈਟ ਵਾਕ। ਸਿਮਰਨ ਜੀ, ਹਾਂਜੀ, ਪਲੀਜ਼ ਮੇਰੀ ਇੱਕ ਰਿਕੁਐਸਟ ਮੰਨੋਗੇ? ਉਹ ਕਿਹੜੀ? ਮੇਰੀ ਕਿਸੇ ਗੋਰੀ ਗਾਰੀ ਨਾਲ ਹੀ ਗੱਲ ਕਰਵਾ ਦਿਓ ਜੀ। ਗੋਰੀ ਕਿਉਂ? ਪੰਜਾਬਣ ਮਿਲਦੀਆਂ ਨੇ? ਪੰਜਾਬਣਾਂ ਨੂੰ ਰਹਿਣ ਦਿਓ ਜੀ, ਨਾਲੇ ਨਾ ਸਾਰੇ ਪੰਜਾਬ ਦੀਆਂ ਕੁੜੀਆਂ ਮੇਰੇ ਕਰੈਕਟਰ ਬਾਰੇ ਜਾਣਦੀਆਂ ਨੇ। ਕੁਛ ਵੀ, ਜੇ ਕੋਈ ਗੋਰੀ ਨਹੀਂ ਤਾਂ ਉਹ ਕਾਲੀ ਜੀ ਫਰੀਕਣ ਹੁੰਦੀ ਹੈ ਨਾ, ਉਹਨੇ ਨਾ ਨਹੀਂ ਕਰਨੀ, ਉਸੇ ਨਾਲ ਹੀ ਗੱਲ ਕਰਾ ਦਿਓ। ਜੋਲੀ ਜੀ, ਪਹਿਲਾਂ ਤੁਸੀਂ ਆਪਣਾ ਕਰੈਕਟਰ ਠੀਕ ਕਰੋ, ਫਿਰ ਇੱਕ ਸੋਹਣੀ ਜੀ ਪੰਜਾਬੀ ਕੁੜੀ ਆਪ ਹੀ ਤੁਹਾਨੂੰ ਹਾਂ ਕਰ ਦੂਗੀ। ਵੈਸੇ ਕਮੀ ਤਾਂ ਕੋਈ ਨਹੀਂ ਤੁਹਾਡੇ ਵਿੱਚ। ਉਹ ਜੀ ਬਸ ਕੁੜੀ ਨੇ ਤਾਂ ਹਾਂ ਕਰ ਹੀ ਦੇਣੀ ਸੀ, ਉਹ ਤਾਂ ਮੈਂ ਹੀ ਕੁਰਬਾਨੀ ਦੇ ਗਿਆ ਜੀ। ਕੁਰਬਾਨੀ? ਤੁਹਾਡੇ ਤੇ ਜੀਡੀ ਦੇ ਵਿਚਾਲੋਂ ਨਿਕਲ ਗਿਆ, ਨਹੀਂ ਤੁਹਾਡੀ ਤੇ ਮੇਰੀ ਗੱਲ ਤਾਂ। ਸੌਰੀ ਜੀ, ਸੌਰੀ 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 ਸੌਰੀ। ਇਹ ਆਸ਼ਰਮ ਦੀ ਬੱਸ ਨਹੀਂ ਲੱਗਦੀ? ਲੱਗਦੀ ਤਾਂ ਆਸ਼ਰਮ ਦੀ ਹੈ ਜੀ। ਲੈ ਤਾਂ ਰੁਕੀ, ਮੈਨੂੰ ਲੱਗਦਾ ਜੀ ਰੱਬ ਨੇ ਆਪਣੀ ਸੁਣ ਲਈ। ਲੈ ਤਾਂ ਬੈਕ ਆ ਗਈ, ਮੈਂ ਤੁਹਾਨੂੰ ਕਿਹਾ ਸੀ ਨਾ ਆਪਾਂ 11 ਨੰਬਰ ਦੀ ਬੱਸ ਤੇ ਚੱਲਾਂਗੇ। ਲਹੋ ਆ ਗਈ। ਭੈਣ ਜੀ ਜੈ ਗੁਰਾਂ ਦੀ, ਕੀ ਗੱਲ, ਕੋਈ ਸਮੱਸਿਆ? ਮੋਟਰਸਾਈਕਲ ਪੈਂਚਰ ਹੋ ਗਿਆ ਜੀ। ਕਿੱਥੇ ਜਾਣਾ? ਆਓ ਤੁਹਾਨੂੰ ਅਸੀਂ ਛੱਡ ਦਿੰਦੇ ਹਾਂ। ਨਹੀਂ, ਅਸੀਂ ਆਪ ਹੀ ਮੈਨੇਜ ਕਰ ਲਾਂਗੇ। ਇਹ 'ਚ ਘਬਰਾਉਣ ਵਾਲੀ ਕੀ ਗੱਲ ਹੈ, ਸਾਡਾ ਤਾਂ ਕੰਮ ਹੀ ਸਮਾਜ ਸੇਵਾ ਦਾ, ਬਾਬਾ ਜੀ ਦੀ ਬੱਸ ਹੈ, ਜਿੱਥੇ ਵੀ ਜਾਣਾ ਤੁਹਾਨੂੰ ਅਸੀਂ ਛੱਡ ਦਿੰਦੇ ਹਾਂ। ਹਾਏ ਹਾਏ, ਦੁਆਰੇ ਸੰਤਾਂ ਦੇ, ਨਜ਼ਾਰੇ ਅੰਤਾਂ ਦੇ। ਆਖਿਰਕਾਰ ਮਹਿਮਾਨ ਉਹਨਾਂ ਨੇ ਸਾਡੀ ਮਹਿਮਾਨ ਨਵਾਜ਼ੀ ਕਬੂਲ ਤਾਂ ਕੀਤੀ। ਥੈਂਕ ਯੂ, ਸ਼ੁਕਰੀਆ, ਸ਼ੁਕਰੀਆ। ਆ ਜਾਓ ਜਲਦੀ, ਬਾਹ ਛੱਡ, ਤੈਨੂੰ ਕਿਹਾ ਨਾ ਬਾਹ ਛੱਡ। ਦੇਖ ਤੇਰੀ ਦੁਸ਼ਮਣੀ ਮੇਰੇ ਨਾਲ, ਕੁੜੀ ਨੂੰ ਕੋਈ ਵਿੱਚ ਲੈ ਕੇ ਆਉਣਾ, ਮੇਰੇ ਨਾਲ ਗੱਲ ਕਰ। ਦੁਸ਼ਮਣੀ ਵੀ ਸਾਡੀ, ਤੂੰ ਵੀ ਸਾਡਾ, ਤੇ ਮਹਿਮਾਨ ਹੋਣੀ ਵੀ ਸਾਡੀ। ਰੌਲਾ ਕਾਹਤੋਂ ਪਾਉਣਾ, ਤੈਨੂੰ ਪਤਾ ਨੀ ਭਾਜੀ ਬੀਜੀ ਨੇ
ਪਾਗਲ ਹੋ ਗਿਆ ਬੜਾ ਸੋਹਣਾ ਭਜਦੀ ਆ ਓਏ ਜ਼ਰਾ ਹੌਲੇ ਹੌਲੇ ਚੱਲੋ ਮੇਰੇ ਸਾਜਨਾ ਹਮ ਵੀ ਪਿੱਛੇ ਹੈ ਤੁਮਾਰੇ ਹੌਲੇ ਹਾਲੇ ਮੌਕਾ ਨਹੀਂ ਹਿੰਮਤ ਕਰ ਉੱਠਣਾ ਨਿਕਲਣਾ ਇੱਥੋਂ ਪਲੀਜ਼ ਸਾਥ ਦੇ ਮੇਰਾ ਕੁਛ ਨਹੀਂ ਹੁੰਦਾ ਮੈਂ ਨਾਲ ਆ ਤੇਰੇ ਹੌਸਲਾ ਰੱਖ ਸਿਮਰਨ ਹੌਸਲਾ ਰੱਖ ਹਿੰਮਤ ਕਰ ਉੱਠ ਸਿਮਰਨ ਸਿਮਰਨ ਇੱਥੋਂ ਨਿਕਲਣਾ ਪੈਣਾ ਹਿੰਮਤ ਕਰ ਉੱਠਣ ਦੀ ਕੋਸ਼ਿਸ਼ ਕਰ ਪਲੀਜ਼ ਸਿਮਰਨ ਉੱਠਣ ਦੀ ਕੋਸ਼ਿਸ਼ ਕਰ ਪਲੀਜ਼ ਪਲੀਜ਼ ਚੁੱਪ ਚੁੱਪ ਉੱਠ ਤੁਸੀਂ ਇਹਦੀ ਸੇਵਾ ਕਰੋ ਇਹਦੀ ਹਾਏ 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 ਹਾਏ
ਗੱਲ ਚ ਪਾਇਆ ਸੋਲ ਚੰਗਾ ਨੀ ਲੱਗਦਾ, ਕੱਢਦੀ ਆਪਾਂ ਤੇਰੀ ਦੁਸ਼ਮਣੀ ਮੇਰੇ ਨਾਲ, ਮੈਨੂੰ ਜਾਨੋ ਮਾਰਦੇ, ਮੇਰੇ ਟੁਕੜੇ ਟੁਕੜੇ ਕਰਦੇ, ਪਰ ਛੱਡਦੇ ਇਹਨੂੰ, ਇਹਦਾ ਕੋਈ ਕਸੂਰ ਨਹੀਂ, ਛੱਡਦੇ ਸਾਲਿਆ। ਚੜਦੇ ਸਿਮਰਨ ਨੂੰ ਪਛਤਾਏਗਾ ਸਾਲਿਆ, ਪਛਤਾਏਗਾ ਸਾਲਿਆ, ਪਛਤਾਏਗਾ। ਰਾਣੇ ਚੜਦੇ ਆਇਆ, ਇਹਨੂੰ ਚੁੱਪ ਕਰਾਓ, ਏ ਮੂੜੇ ਨਹੀਂ ਬਣਨ ਦਿੰਦਾ, ਮਾਰ ਸਾਲੇ ਦੇ ਸਿਰ ਚ। ਲੈ ਬਾਈ ਕਰਾ ਦਾ ਚੁੱਪ। ਗੰਦ ਬਾਹਰ ਸੁੱਟੋ ਓਏ, ਹਾਏ 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 ਹਾਏ, ਚਲੋ ਮਾਨਣਾ।
Simran, Simran. ਕੀ ਹੋਇਆ ਸਿਮਰਨ ਕਿੱਥੇ ਕਹਿੰਦੀ ਸੀ ਐਕਸੀਡੈਂਟ ਹੋਇਆ ਪਰ ਹੋਇਆ ਕੀ ਹੈ
ਜੋ ਹੋਇਆ ਉਹ ਦੱਸਣ ਦੀ ਹਿੰਮਤ ਮੇਰੇ 'ਚ ਨਹੀਂ ਹੈ। ਜੋਲੀ ਕਿੱਥੇ? ਚੀਮਾ, ਇੰਸਪੈਕਟਰ ਸਰਬਜੀਤ ਚੀਮਾ ਮੇਰਾ ਨਾਂ। ਇਸ ਕੇਸ ਦੀ ਇਨਵੈਸਟੀਗੇਸ਼ਨ ਮੇਰੇ ਕੋਲ ਹੈ। ਤੂੰ ਬਿਨਾਂ ਕਿਸੇ ਘਬਰਾਹਟ ਦੇ ਮੈਨੂੰ ਸਾਰੀ ਵਾਰਦਾਤ ਬਾਰੇ ਦੱਸ। ਚਾਹ ਫੜਾ ਹੋਏ। ਮੈਂ ਉਹਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬਚਾਉਣ ਦੀ ਕੋਸ਼ਿਸ਼ ਕੀਤੀ? ਨਹੀਂ ਨਹੀਂ, ਤੂੰ ਕਾਕਾ ਸਾਰੀ ਵਾਰਦਾਤ ਦੱਸ ਵੀ ਇਹ ਬਲਾਤਕਾਰ ਹੋਇਆ ਕਿੱਥੇ ਹੈ, ਕਿਵੇਂ ਹੋਇਆ, ਕਦੋਂ ਹੋਇਆ, ਕੀਤਾ ਕਿਹਨੇ। ਬੋਲ ਬੋਲ, ਬਿਨਾਂ ਝਿਜਕ ਬੋਲ। ਮਿਨਿਸਟਰ ਰਾਣਾ ਦਾ ਬੇਟਾ ਕੁੰਵਰ ਰਾਣਾ। ਤੈਨੂੰ ਪਤਾ ਤੂੰ ਕਿਹਦਾ ਨਾਂ ਲੈ ਰਿਹਾ ਹੈ? ਮਿਨਿਸਟਰ ਰਾਣਾ ਦਾ ਬੇਟਾ ਕੁੰਵਰ ਰਾਣਾ। ਤੇਰੇ ਵਰਗੇ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਹੁੰਦੀਆਂ। ਓਏ ਤੂੰ ਕਿਸੇ ਹੈਰੇ ਘਰੇ ਦਾ ਨਾਂ ਲੈ, ਆਪਾਂ ਕੇਸ ਬੰਨੀਏ ਤੇ ਅੱਗੇ ਤੋਰੀਏ। ਮਿਨਿਸਟਰ ਰਾਣਾ ਦਾ ਬੇਟਾ ਕੁੰਵਰ ਰਾਣਾ। ਤੇਰਾ ਦਿਮਾਗ ਖਰਾਬ ਹੋ ਗਿਆ? ਪਿੱਛੇ ਪ੍ਰੈਸ ਰਿਪੋਰਟਰ ਖੜੇ ਨੇ ਸਰ। ਇਹਨੂੰ ਸਪੈਸ਼ਲ ਵਾਰਡ 'ਚ ਸ਼ਿਫਟ ਕਰੋ। ਜੀ ਜਨਾਬ। ਕੋਈ ਬਿਆਨ ਨਹੀਂ ਹਲੇ ਕਿੱਥੇ ਬਿਆਨ ਦੇਣ ਦੀ ਉਹ ਹਾਲਤ ਦੇ ਵਿੱਚ ਨਹੀਂ ਹੈ। ਮੇਰਾ ਖਿਆਲ ਉਹ ਸ਼ਾਕਡ, ਦਿਮਾਗੀ ਤੌਰ 'ਤੇ ਉਹ ਬਹੁਤ ਪਰੇਸ਼ਾਨ ਹੈ। ਔਰ ਸਾਡੇ ਮੁਲਾਜ਼ਮ ਪਹਿਰਾ ਦੇ ਰਹੇ ਨੇ, ਦੋ ਤਿੰਨ ਦਿਨ ਆਰਾਮ ਕਰਨ ਤੋਂ ਬਾਅਦ ਜਦੋਂ ਉਹ ਇਹ ਸਲਾਹ 'ਚ ਹੋਏਗਾ ਕਿ ਉਹ ਬਿਆਨ ਦੇ ਸਕੇ, ਜ਼ਰੂਰ ਦਰਜ ਕਰਾਂਗੇ ਔਰ ਜਦੋਂ ਬਿਆਨ ਦੇਗਾ ਤੁਹਾਨੂੰ ਦੱਸ ਦਿਆਂਗੇ। ਮੇਰਾ ਬਸ ਚਰਿਤ ਬਿਨ ਗੋਲੀ ਮਾਰ ਗਿਆ। ਪ੍ਰੇਮ ਚੋਪੜਾ ਤੋਂ ਬਾਬਾ ਪ੍ਰੇਮਾਨੰਦ ਬਣਨ ਲਈ ਮੈਨੂੰ 40 ਸਾਲ ਲੱਗ ਗਏ ਅਤੇ ਅੱਜ ਇਸੀ ਆਸ਼ਰਮ ਦੀ ਤਾਕਤ ਔਰ ਇਸੀ ਆਸ਼ਰਮ ਦੀ ਵਜ੍ਹਾ ਨਾਲ ਮੈਂ ਤੁਹਾਡੇ ਵਰਗਿਆਂ ਨੂੰ ਕੁਰਸੀ 'ਤੇ ਬਿਠਾ ਸਕਿਆ। ਅੱਜ ਇਹਨਾਂ ਨਲਾਇਕਾਂ ਨੇ ਸਾਰਾ ਕੁਛ ਦਾਅ 'ਤੇ ਲਗਾ ਦਿੱਤਾ ਹੈ। ਬਾਬਾ ਜੀ ਤੁਸੀਂ ਬਿਲਕੁਲ ਫਿਕਰ ਨਾ ਕਰੋ, ਮੈਂ ਸਭ ਸੰਭਾਲ ਲਵਾਂਗਾ। ਕਿਉਂ ਫਿਕਰ ਕਰ ਰਹੇ ਹੋ? ਆਪਣੇ ਗੰਦੇ ਕੰਮਾਂ ਲਈ ਇਹਨਾਂ ਨੇ ਆਸ਼ਰਮ ਦੀ ਗੱਡੀ ਵਰਤ ਕੇ ਆਸ਼ਰਮ ਦਾ ਨਾਂ ਇਹ ਕੇਸ ਦੇ ਨਾਲ ਜੋੜ ਦਿੱਤਾ ਹੈ। ਕੇਸ ਬਹੁਤ ਦੂਰ ਤੱਕ ਜਾਏਗਾ, ਬਹੁਤ ਦੂਰ ਤੱਕ ਜਾਏਗਾ। ਤੈਨੂੰ ਜ਼ਰਾ ਵੀ ਅਹਿਸਾਸ ਹੈ ਕੀ ਬਿਆਨ ਦੇ ਰਿਹਾ? ਤੂੰ ਇਸ ਕੇਸ ਵਿੱਚ ਮਿਨਿਸਟਰ ਰਾਣਾ ਅਤੇ ਆਸ਼ਰਮ ਦਾ ਨਾਂ ਘੜੀਚ ਰਿਹਾ। ਸਰ ਇਹ ਕੇਸ ਹੋਊਗਾ ਤੁਹਾਡੇ ਲਈ, ਪਰ ਮੇਰੀ ਤਾਂ ਸਿਮਰਨ ਦੀ ਹੱਡ ਬੀਤੀ ਹੈ ਸਰ। ਮੈਂ ਕਿਸੇ ਮਿਨਿਸਟਰ ਜਾਂ ਆਸ਼ਰਮ ਦਾ ਨਾਂ ਨਹੀਂ ਲੈ ਰਿਹਾ, ਮੈਂ ਮੁਜਰਮ ਦਾ ਨਾਂ ਲੈ ਰਿਹਾ ਸਰ। ਉਹ ਕਿਸ ਦਾ ਬੇਟਾ, ਉਹਨੇ ਕਿਸ ਦੀ ਗੱਡੀ 'ਚ ਰੇਪ ਕੀਤਾ? ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਇਸ ਗੱਲ ਦਾ ਕੋਈ ਫਰਕ ਪੈਣਾ ਚਾਹੀਦਾ। ਸਿਸਟਮ ਤੇ ਕਾਨੂੰਨ 'ਚ ਬਹੁਤ ਫਰਕ ਹੁੰਦਾ ਹੈ, ਜੋ ਵੀ ਬੋਲੀ ਸੋਚ ਸਮਝ ਕੇ ਬੋਲੀ। ਤੁਸੀਂ ਧਮਕਾ ਰਹੇ ਹੋ ਸਰ? ਨਹੀਂ, ਮਸ਼ਵਰਾ ਹੈ ਤੇਰੇ ਲਈ, ਕਿਉਂਕਿ ਤੂੰ ਜੋ ਵੀ ਬੋਲੇਗਾ ਕੋਰਟ ਵਿੱਚ ਸਾਬਤ ਕਰਨਾ ਪੈਣਾ।
ਤੂੰ ਇੱਥੇ ਕੀ ਕਰ ਰਹੀ ਹੈ? ਜਿਨ੍ਹਾਂ ਦੇ ਨਾਲ ਆਹ ਸਭ ਹੋਇਆ ਹੈ ਉਦੋਂ ਨੂੰ ਮੇਰੇ ਦੋਸਤ ਨੇ ਡਾਡੀ, ਜੇ ਤੇਰੇ ਦੋਸਤ ਨੇ ਤਾਂ ਪਤਾ ਲੈ ਕੇ ਸਿੱਧੀ ਕਰੇ। ਐਕਸਕਿਊਜ਼ ਮੀ ਸਰ, ਤੁਸੀਂ ਬਿਆਨ ਕਿਉਂ ਨਹੀਂ ਦਰਜ ਕਰਦੇ? ਨਾਲੇ ਜੋਲੀ ਨੂੰ ਲਾਗੇ ਇੱਥੇ ਕਿਉਂ ਰੱਖਿਆ ਹੋਇਆ? ਪੁਲਿਸ ਆਪਣਾ ਕੰਮ ਕਰ ਰਹੀ ਹੈ, ਕੁਝ ਫਾਰਮੈਲਿਟੀਜ਼ ਨੇ, ਪੂਰੇ ਹੁੰਦੇ ਹੀ ਰਿਪੋਰਟ ਦਰਜ ਹੋ ਜਾਏਗੀ। ਕੀ ਹੋਇਆ? ਪੁਲਿਸ ਜੋਲੀ ਨੂੰ ਮੈਂਟਲੀ ਟੌਰਚਰ ਕਰ ਰਹੀ ਹੈ, ਉਸ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ। ਹੁਣ ਸਾਨੂੰ ਹੀ ਉਹਦੀ ਆਵਾਜ਼ ਬੰਨੋ। ਸਿਮਰਨ ਰੇਪ ਕੇਸ ਦੇ ਵਿੱਚ ਅੱਜ ਇਸ ਕੇਸ ਦੇ ਚਸ਼ਮਦੀਦ ਗਵਾਹ ਜਸਕਰਨ ਸਿੰਘ ਉਰਫ ਜੋਲੀ ਦੇ ਦੋਸਤਾਂ ਨੇ ਅੱਜ ਪਹਿਲੀ ਵਾਰ ਪ੍ਰੈਸ ਦੇ ਨਾਲ ਗੱਲਬਾਤ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਤੇ ਪ੍ਰਸ਼ਾਸਨ ਉਹਨਾਂ ਦਾ ਸਾਥ ਨਹੀਂ ਦੇ ਰਿਹਾ। ਅੱਜ ਪੂਰੇ 4 ਦਿਨ ਹੋ ਗਏ, ਕੋਈ FIR ਦਰਜ ਨਹੀਂ ਹੋਈ ਔਰ ਇਸ ਘਟਨਾ ਦੇ ਚਸ਼ਮਦੀਦ ਗਵਾਹ ਸਾਡੇ ਦੋਸਤ ਜੋਲੀ ਨੂੰ ਪੁਲਿਸ ਨੇ ਗੈਰ ਕਾਨੂੰਨੀ ਤੌਰ ਨਾਲ ਫੜਿਆ ਹੋਇਆ। ਇਸ ਕੇਸ ਵਿੱਚ ਜ਼ਰੂਰ ਕਿਸੇ ਵੱਡੇ ਬੰਦੇ ਦਾ ਹੱਥ ਹੈ ਜੋ ਸਿਰਫ ਜੋਲੀ ਹੀ ਦੱਸ ਸਕਦਾ। ਔਰ 2-4 ਦਿਨਾਂ ਤੱਕ ਜੇ ਜੋਲੀ ਨੂੰ ਪੁਲਿਸ ਦੇ ਸਾਹਮਣੇ ਨਾ ਲਿਆਂਦਾ, ਅਸੀਂ ਸੜਕਾਂ ਤੇ ਉਤਰਾਂਗੇ, ਧਰਨੇ ਲਾਵਾਂਗੇ, ਪ੍ਰਦਰਸ਼ਨ ਕਰਾਂਗੇ। ਕੇਸ ਵਿੱਚ ਤੇਜੋਲੀ ਦੇ ਹੱਕ ਵਿੱਚ ਮਾਤਾ ਜਲਕੌਰ ਯੂਨੀਵਰਸਿਟੀ ਸਟੂਡੈਂਟਸ ਦੇ ਰੋਸ ਅੱਗੇ ਆਖਿਰਕਾਰ ਪੰਜਾਬ ਪੁਲਿਸ ਨੂੰ ਝੁਕਣਾ ਹੀ ਪਿਆ। ਕਿਹਾ ਜਾ ਰਿਹਾ ਹੈ ਕਿ ਕੱਲ ਜੋਲੀ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਜਾਵੇਗਾ। ਜੋਲੀ ਜੀ, ਕੀ ਤੁਹਾਡਾ ਬਿਆਨ ਦਰਜ ਹੋਇਆ ਹੈ? ਹਾਂ, ਮੀਡੀਆ ਦੇ ਦਬਾਅ ਕਰਕੇ ਕੱਲ ਰਾਤ ਪੁਲਿਸ ਨੇ ਮੇਰਾ ਬਿਆਨ ਦਰਜ ਕੀਤਾ। ਤੇ ਜੋਲੀ ਜੀ, ਕੀ ਤੁਸੀਂ ਸਾਨੂੰ ਆਰੋਪੀਆਂ ਦੇ ਨਾਂ ਦੱਸ ਸਕਦੇ ਹੋ? ਹਾਂ, ਮੈਂ ਤੁਹਾਨੂੰ ਨੋ ਮੋਰ ਕੁਐਸਚਨਸ ਪਲੀਜ਼ ਲੈ ਜਾਓ ਇਹਨੂੰ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਪੁਲਿਸ ਇਹਨਾਂ ਦੋਸ਼ੀਆਂ ਨਾਲ ਮਿਲੀ ਹੋਈ ਹੈ, ਕਿਉਂਕਿ 100 ਵਾਰੀ ਮੰਗਣ ਤੇ ਵੀ ਸਾਨੂੰ FIR ਦੀ ਕਾਪੀ ਨਹੀਂ ਮਿਲੀ। ਚਾਹੁੰਦੇ ਕਿ ਇਸ ਕੇਸ ਵਿੱਚ ਜੋ ਦੋਸ਼ੀ ਹੈ ਲੋਕਾਂ ਦੇ ਸਾਹਮਣੇ ਨਾ ਆਉਣ। ਪਰ ਸਰ, ਜਿਹੜੀ ਜਲਦੀ ਚਲੋ, ਸਿਮਰਨ ਦੀ ਹਾਲਤ ਬਹੁਤ ਖਰਾਬ। ਸਰ, ਆਪਣੇ ਵੱਲੋਂ ਤਾਂ ਉਹਨਾਂ ਨੇ ਉਸੇ ਦਿਨ ਹੀ ਇਸ ਕੁੜੀ ਨੂੰ ਮਾਰਤਾ ਸੀ, ਪਰ ਇਹ ਸ਼ਾਇਦ ਇਸ ਕੁੜੀ ਦੀ ਵਿਲ ਪਾਵਰ ਹੀ ਹੈ ਜਿਸਦੇ ਸਾਰੇ ਉਹ ਹੁਣ ਤੱਕ ਜ਼ਿੰਦਾ। ਬਟ ਨਾਓ ਸ਼ੀ ਇਜ਼ ਇਨ ਕੋਮਾ। ਰੇਪ ਕੇਸ ਦੇ ਚਸ਼ਮਦੀਦ ਗਵਾਹ ਜਸਕਰਨ ਸਿੰਘ ਉਫ ਜੋਲੀ ਨੂੰ ਮੀਡੀਆ ਤੇ ਪਬਲਿਕ ਦੇ ਪ੍ਰੈਸ਼ਰ ਕਰਕੇ ਕੱਲ੍ਹ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਏਗਾ, ਤੇ ਦੂਜੇ ਪਾਸੇ ਸਿਮਰਨ ਹਾਲੇ ਵੀ ਜ਼ਿੰਦਗੀ ਤੇ ਮੌਤ ਦੇ ਨਾਲ ਲੜਦੇ ਹੋਏ ਕੋਮਾ ਵਿੱਚ ਹੀ ਹੈ। ਵਾਹਿਗੁਰੂ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਉਸ ਮੁਜਰਿਮ ਦਾ ਨਾਂ ਚੀਕ ਚੀਕ ਕੇ ਪੁਲਿਸ ਵਾਲਿਆਂ ਨੂੰ ਦੱਸਿਆ, ਪਰ ਕੋਈ ਅਸਰ ਨਹੀਂ ਹੋਇਆ ਇਹਨਾਂ ਤੇ। ਕਿਹੜਾ ਨਾਂ? ਮਨਿਸਟਰ ਰਾਣਾ ਦਾ ਮੁੰਡਾ, ਕੁੰਵਰ ਰਾਣਾ। ਉਸਨੇ ਸਿਮਰਨ ਨਾਲ ਜੋ ਕੀਤਾ ਉਹਨੂੰ ਬਿਆਨ ਕਰਦੇ ਹੋਏ ਵੀ ਮੇਰੀ ਰੂਹ ਕੰਬ ਜਾਂਦੀ ਹੈ ਜਾਨ ਸਾਹਿਬ। ਉਸਦੇ ਹੱਥ ਪੈਰ ਤੋੜੇ ਗਏ, ਉਹਨੂੰ ਲਵਲਾਨ ਕੀਤਾ, ਕੁੱਟਿਆ, ਮਾਰਿਆ।
ਉਹਦਾ ਬਲਾਤਕਾਰ ਕੀਤਾ ਗਿਆ। ਅਸੀਂ ਮੈਨੂੰ ਘੁੰਮ ਚ ਪਈ ਹੈ ਸਰ, ਤੇ ਉਹ ਹਵਾਨ ਬਾਰ ਸਰੇਆਮ ਘੁੰਮ ਰਿਹਾ। ਰਾਣੀ ਜਿਹਾ ਇਨਸਾਨ ਸਮਾਜ ਦੇ ਜ਼ਹਿਰੀਲੇ ਕੀੜੇ ਨੇ ਜੋ ਸਮਾਜ ਦੇ ਕਿਸੇ ਵੀ ਹਿੱਸੇ ਚ ਪੈਦਾ ਹੋ ਸਕਦੇ ਨੇ, ਕਿਉਂਕਿ ਚੋਪੜੀਆਂ ਚ, ਆਲੀਸ਼ਾਨ ਮਕਾਨਾਂ ਚ, ਸਾਡੀਆਂ ਰਿਸ਼ਤੇਦਾਰੀਆਂ ਚ, ਸਕੂਲਾਂ ਕਾਲਜਾਂ ਚ ਅਧਿਆਪਕਾਂ ਦੇ ਰੂਪ ਚ, ਜੋ ਸਾਲ, ਦੋ ਸਾਲ, ਤਿੰਨ ਸਾਲ, ਚਾਰ ਸਾਲ ਦੀਆਂ ਛੋਟੀਆਂ ਛੋਟੀਆਂ ਬੱਚੀਆਂ ਤੱਕ ਨੂੰ ਵੀ ਨਹੀਂ ਬਖਸ਼ਦੇ। ਜੇ ਕਾਨੂੰਨ ਨੇ ਇਹਨਾਂ ਕੀੜਿਆਂ ਨੂੰ ਮਾਰਨ ਲਈ ਸਖ਼ਤ ਦਵਾਈ ਦਾ ਪ੍ਰਬੰਧ ਨਾ ਕੀਤਾ ਤਾਂ ਲੋਕਾਂ ਨੂੰ ਮਜਬੂਰਨ ਕਾਨੂੰਨ ਆਪਣੇ ਹੱਥਾਂ 'ਚ ਲੈਣਾ ਪਏਗਾ। ਜੱਜ ਸਾਹਿਬ, ਮੇਰੀ ਤੁਹਾਡੇ ਅੱਗੇ ਇਹੀ ਬੇਨਤੀ ਹੈ ਕਿ ਇਹਨਾਂ ਲਈ ਸਖ਼ਤ ਕਾਨੂੰਨ ਬਣਾਓ, ਨਹੀਂ ਤਾਂ ਮੈਨੂੰ ਲੱਗਦਾ ਕਿ ਸਹੀ ਨੇ ਉਹ ਲੋਕ ਜਿਹੜੇ ਧੀਆਂ ਨੂੰ ਆਪਣੀਆਂ ਕੁੱਖਾਂ 'ਚ ਮਾਰ ਦਿੰਦੇ ਨੇ। ਸਹੀ ਨੇ ਉਹ ਲੋਕ, ਸਹੀ ਨੇ ਉਹ ਲੋਕ। ਸਿਮਰਨ ਰੇਪ ਕੇਸ ਵਿੱਚ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ। ਇਸ ਕੇਸ ਦੇ ਚਸ਼ਮਦੀਦ ਗਵਾਹ ਜਸਕਰਨ ਸਿੰਘ ਉਰਫ ਜੌਲੀ ਨੇ ਕੋਰਟ ਦੇ ਸਾਹਮਣੇ ਵੁਮੈਨ ਐਂਡ ਚਾਈਲਡ ਵੈਲਫੇਅਰ ਮਿਨਿਸਟਰ ਪ੍ਰਤਾਪ ਸਿੰਘ ਰਾਣਾ ਦੇ ਬੇਟੇ ਕੰਵਰ ਸਿੰਘ ਰਾਣਾ ਦਾ ਨਾਮ ਲੈ ਕੇ ਸਿਆਸੀ ਗਲਿਆਰੇ ਵਿੱਚ ਖਲਬਲੀ ਮਚਾ ਦਿੱਤੀ ਹੈ। ਮੀਡੀਆ ਨੇ ਕੰਵਰ ਸਿੰਘ ਰਾਣਾ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ। ਪਰ ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ ਪ੍ਰਤਾਪ ਸਿੰਘ ਰਾਣਾ। ਰਾਣਾ ਸਾਹਿਬ, ਤੁਸੀਂ ਸਾਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਉਸ ਲੜਕੀ ਨਾਲ ਜੋ ਕੁਝ ਵੀ ਹੋਇਆ ਉਸਦਾ ਮੈਨੂੰ ਅਤੇ ਮੇਰੀ ਪਾਰਟੀ ਨੂੰ ਬਹੁਤ ਦੁੱਖ ਹੈ, ਪਰ ਮੈਂ ਕਹਿਣਾ ਚਾਹੁੰਦਾ ਕਿ ਇਹ ਸਭ ਵਿੱਚ ਮੇਰੇ ਬੇਟੇ ਨੂੰ ਫਸਾਇਆ ਜਾ ਰਿਹਾ ਹੈ ਅਤੇ ਇਹ ਸਭ ਆਪੋਜੀਸ਼ਨ ਦੀ ਇੱਕ ਚਾਲ ਹੈ ਸਾਡੀ ਪਾਰਟੀ ਦੀ ਇੱਜ਼ਤ 'ਤੇ ਧੱਬਾ ਲਾਉਣ ਲਈ। ਹੁਣੇ ਤੁਸੀਂ ਸੁਣਿਆ ਮਿਨਿਸਟਰ ਪ੍ਰਤਾਪ ਸਿੰਘ ਰਾਣਾ ਨੂੰ। ਸਿਮਰਨ ਰੇਪ ਕੇਸ ਦੇ ਚਸ਼ਮਦੀਦ ਗਵਾਹ ਜਸਕਰਨ ਸਿੰਘ ਉਰਫ ਜੌਲੀ ਵੱਲੋਂ ਪੁਲਿਸ ਅਤੇ ਪ੍ਰਸ਼ਾਸਨ ਦੇ ਖਿਲਾਫ਼ ਲਗਾਏ ਗਏ ਇਲਜ਼ਾਮਾਂ ਨੇ ਸਰਕਾਰ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ। ਅਦਾਲਤ ਦੇ ਹੁਕਮਾਂ ਮਗਰੋਂ ਆਖਿਰਕਾਰ ਜੌਲੀ ਨੂੰ ਗੈਰ ਕਾਨੂੰਨੀ ਕਸਟਡੀ ਵਿੱਚੋਂ ਰਿਹਾਈ ਮਿਲ ਗਈ ਹੈ। ਸੀਐਮ ਸਾਹਿਬ ਨੂੰ ਕਹਿ ਕੇ ਸਮਝਾਓ ਨਾ ਯਾਰ, ਦੋ ਚਾਰ ਦਿਨ ਦੀ ਗੱਲ ਹੈ, ਟਾਈਮ ਨਾਲ ਸਾਰੀਆਂ ਗੱਲਾਂ ਠੰਡੀਆਂ ਹੋ ਜਾਂਦੀਆਂ ਨੇ। ਸੀਐਮ ਸਾਹਿਬ ਸਭ ਕੁਝ ਸਮਝਦੇ ਨੇ, ਬਾਕੀ ਤੁਸੀਂ ਆਪ ਸਿਆਣੇ ਹੋ। ਇਹ ਆਪੋਜੀਸ਼ਨ ਵਾਲੇ, ਮੀਡੀਆ ਵਾਲੇ ਤੇ ਪਬਲਿਕ ਨੂੰ ਕੌਣ ਸਮਝਾਵੇ? ਪ੍ਰੇਮਾਨੰਦ ਬੋਲ ਰਿਹਾ। ਬਾਬਾ ਜੀ ਪੈਰੀ ਪੈਨੇ ਆ ਜੀ, ਅੱਜ ਦਾਸ ਨੂੰ ਕਿਵੇਂ ਯਾਦ ਕਰ ਲਿਆ ਜੀ ਤੁਸੀਂ? ਯਾਦ ਤੇ ਮੈਂ ਤੁਹਾਨੂੰ ਕਰਵਾਉਣਾ ਸੀ ਸਰਕਾਰਾਂ ਵਾਲਿਓ। ਇਹ ਤੁਹਾਡੇ ਸਾਹਮਣੇ ਖੜੇ ਨੇ ਜਿਹੜੇ ਰਾਣਾ ਜੀ, ਤੇ ਤੁਹਾਡੀ ਕੈਬਨਿਟ ਦੇ ਪੰਜ ਹੋਰ ਮਿਨਿਸਟਰ ਉਹ ਕੁਰਸੀਆਂ ਤੇ ਬੈਠੇ ਨੇ ਸਿਰਫ ਆਸ਼ਰਮ ਦੀਆਂ ਵੋਟਾਂ ਕਰਕੇ। ਬਾਬਾ ਜੀ ਅਸੀਂ ਭਲਾ ਤੁਹਾਡੀ ਕਿਰਪਾ ਨੂੰ ਕਿਵੇਂ ਭੁੱਲ ਸਕਦੇ ਹਾਂ ਜੀ? ਜੇ ਭੁੱਲ ਵੀ ਗਏ ਤਾਂ ਇਹਨਾਂ ਯਾਦ ਰੱਖਣਾ, ਇਲੈਕਸ਼ਨ ਤੋਂ ਪਹਿਲਾਂ ਦੋਨੋਂ ਪਾਰਟੀਆਂ ਦੇ ਮੰਤਰੀ ਹੱਥ ਜੋੜ ਕੇ ਮੇਰੇ ਕੋਲ ਆਉਂਦੇ ਨੇ। ਹਾਂ, ਓਮ ਹਰਿੰਗ ਸ਼ਨਿਕ ਪਰਸ਼ੋਤਮਾਇ ਨਮਾ। ਅੱਛਾ ਬਾਬਾ ਜੀ ਪੈਰੀ ਪੈਨੇ ਜੀ। ਬਾਬਾ ਜੀ ਦਾ ਫੋਨ ਸੀ? ਦੁੱਖ ਨਾ ਠੀ ਸੁਖ ਸਹਿਜ ਸਮਾਏ, ਦੁੱਖ ਨਾ ਠੀ ਸੁਖ ਸਹਿਜ ਸਮਾਏ, ਆਨੰਦ ਆਨੰਦ ਗੁਣ ਗਾਇਆ ਠਾਕੁਰੇ ਤੁਮ ਸਰਨਾਈ ਆਇਆ। ਡਾਕਟਰ ਸਾਹਿਬ ਕੀ ਹਾਲਤ ਹੈ ਸਿਮਰਨ ਦੀ? ਇਹ ਵਾਕਈ ਚਮਤਕਾਰ ਹੋਇਆ। ਸ਼ੀ ਇਜ਼ ਆਊਟ ਆਫ ਕੋਮਾ ਨਾਊ। ਜੀ ਤੇ ਕਦ ਤੱਕ ਆਪਣਾ ਬਿਆਨ ਦਰਜ ਕਰਵਾ ਪਾਏਗੀ ਸਿਮਰਨ? ਫਿਲਹਾਲ ਅਸੀਂ ਅਗਲੇ 24 ਘੰਟੇ ਉਹਨੂੰ ਆਬਜ਼ਰਵੇਸ਼ਨ ਵਿੱਚ ਰੱਖਾਂਗੇ, ਉਸ ਤੋਂ ਬਾਅਦ ਕੁਝ ਪਤਾ ਚੱਲ ਸਕਦਾ। ਹੁਣੇ ਤੁਸੀਂ ਸਿਮਰਨ ਦੇ ਡਾਕਟਰ ਨੂੰ ਲਾਈਵ ਸੁਣਿਆ। ਆਉਣ ਵਾਲੇ 24 ਘੰਟੇ ਸਿਮਰਨ ਦੇ ਦੋਸਤਾਂ ਅਤੇ ਦੁਸ਼ਮਣਾਂ ਦੇ ਲਈ ਬਹੁਤ ਭਾਰੀ ਹੋਣਗੇ ਤੇ ਦੇਸ਼ ਦੇ ਕੋਨੇ ਕੋਨੇ ਦੇ ਵਿੱਚ ਸਿਮਰਨ ਰੇਪ ਕੇਸ ਦੇ ਮੁਜਰਿਮਾਂ ਨੂੰ ਸਜ਼ਾ ਦਿਵਾਉਣ ਲਈ ਪ੍ਰਦਰਸ਼ਨ ਤੇ ਕੈਂਡਲ ਮਾਰਚ ਹੋ ਰਹੇ ਨੇ।
ਪੂਰਾ ਦੇਸ਼ ਸਿਮਰਨ ਦੀ ਸਲਾਮਤੀ ਲਈ ਦੁਆਵਾਂ ਕਰ ਰਿਹਾ ਹੈ। ਵੈਸੇ ਫਿਕਰ ਕਰਨ ਦੀ ਲੋੜ ਨਹੀਂ ਹੈ ਬਾਬਾ ਜੀ, ਮੈਂ ਪਤਾ ਕਰਵਾਇਆ। ਉਸ ਕੁੜੀ ਦੇ ਬਚਪਨ 'ਚ ਹੀ ਮਾਤਾ ਪਿਤਾ ਦਾ ਐਕਸੀਡੈਂਟ ਹੋ ਗਿਆ ਸੀ, ਮਾਰੇ ਗਏ ਸੀ। ਹੋਰ ਕੋਈ ਉਹਦੇ ਅੱਗੇ ਪਿੱਛੇ ਹੈ ਹੀ ਨਹੀਂ ਤੇ ਰੌਲਾ ਪਾਉਣ ਵਾਲਾ ਕੋਈ ਹੈਗਾ ਹੀ ਨਹੀਂ। ਉਹ ਮੇਰੀ ਕੱਲ ਹੋਮ ਮਿਨਿਸਟਰ ਨਾਲ ਗੱਲ ਹੋਈ ਸੀ। ਅੱਛਾ, ਕੈਨੇਡਾ ਗਵਰਨਮੈਂਟ ਨੇ ਪ੍ਰੈਸ਼ਰ ਪਾ ਰੱਖਿਆ। ਓਹੋ, ਮੀਡੀਆ ਨੇ ਇਹ ਕੇਸ ਨੂੰ ਪਹੁੰਚ ਚੁੱਕਿਆ। ਡਰ ਜੀ, ਮੈਂ ਕਹਿੰਦਾ ਤੁਸੀਂ ਡਰਟ ਗੱਲ ਕਰੋ ਸੀਐਮ ਦੇ ਨਾਲ। ਓਏ ਚੁੱਪ ਕਰ ਓਏ, ਰੇਪ ਕਰਨ ਤੋਂ ਪਹਿਲਾਂ ਸੀਐਮ ਨਾਲ ਗੱਲ ਕੀਤੀ ਸੀ ਤੂੰ? ਤੂੰ ਚੁੱਪ ਰਹਿ, ਚੁੱਪ ਰਹਿ। ਹੁਣ ਤੇ ਮੈਨੂੰ ਕੁਝ ਕਰਨਾ ਪਏਗਾ। ਓਮ ਰਿੰ ਸ਼ਰਿੰ ਪਰਸ਼ੋਤਮਾਏ ਨਮਾ। ਮੈਨੂੰ ਹੁਣ ਤੱਕ ਵੀ ਯਕੀਨ ਨਹੀਂ ਆ ਰਿਹਾ। ਮੈਂ ਆਪਣੇ ਆਪ ਨੂੰ ਇੰਨਾ ਹੈਲਪਲੈਸ ਮਹਿਸੂਸ ਕਰ ਰਿਹਾ। ਤੁਸੀਂ ਘਬਰਾਓ ਨਾ, ਸਭ ਕੁਝ ਠੀਕ ਹੋ ਜਾਊ। ਉਹਨਾਂ ਮੁਜਰਿਮਾਂ ਨੂੰ ਸਜ਼ਾ ਜ਼ਰੂਰ ਮਿਲੂਗੀ। ਪਲੀਜ਼ ਤੁਸੀਂ ਬੋਲੋ ਨਾ, ਤੁਸੀਂ ਪਲੀਜ਼ ਬੋਲੋ ਨਾ। ਡੈਰੀ ਮੈਂ ਲਿਆ। ਤੁਸੀਂ ਪਲੀਜ਼ ਹੁਣ ਬਾਹਰ ਚੱਲੋ, ਇਹਨਾਂ ਦੀ ਦਵਾਈ ਦਾ ਸਮਾਂ ਹੋ ਗਿਆ। ਕਿੱਥੇ ਹੈ? 913। ਤੁਸੀਂ ਰੁਕੋ, ਮੈਂ ਨਾ ਸਿਮਰਨ ਦੇ ਗੈਸਟ ਹਾਊਸ ਜਾ ਕੇ ਡਾਇਰੀ ਲੈ ਆਵਾਂ। ਤੂੰ ਇੱਥੇ ਰੁਕ ਜਾ, ਅਸੀਂ ਦੋਨੋਂ ਚੱਲ ਜਾਂਦੇ ਹਾਂ। ਨਹੀਂ ਯਾਰ, ਮੈਂ ਆਪ ਲੈ ਕੇ ਆਉਣਾ, ਤੁਸੀਂ ਰੁਕੋ ਪਲੀਜ਼। ਸ਼ੁਕਰ ਹੈ ਯਾਰ, ਸਿਮਰਨ ਕੋਮਾ 'ਚੋਂ ਬਾਹਰ ਆ ਗਈ। ਬਸ ਹੁਣ ਇੱਕ ਵਾਰ ਉਹਦਾ ਬਿਆਨ ਦਰਜ ਹੋ ਜਾਵੇ। ਬੈੱਡ ਤੇ ਪਏ ਹੋਏ ਥੱਕ ਕੇ
ਬਾਹਰ ਬਹੁਤ ਠੰਡੀ ਹਵਾ ਚੱਲ ਰਹੀ ਹੈ, ਘੁੰਮਣ ਚੱਲਦੇ ਹਾਂ? ਕਿਉਂ ਬਾਬਾ ਜੀ? ਸਤਿ ਵਚਨ ਜੀ, ਆਰਾਮ ਨਾਲ ਬਾਬਾ ਜੀ, ਕੋਈ ਤਕਲੀਫ ਨਾ ਹੋਵੇ। ਸਾਹ ਲੈਣ ਤਕਲੀਫ ਹੋ ਰਹੀ ਹੈ, ਦਰਦ ਹੋ ਰਿਹਾ ਹੈ। ਆਪਾਂ ਬਾਹਰ ਚੱਲਦੇ ਹਾਂ, ਖੁੱਲੀ ਹਵਾ ਚ ਬਹੁਤ ਤਾਜ਼ੀ ਹਵਾ ਚੱਲ ਰਹੀ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿਲਾਨਾ ਕਿ ਇਸ ਤੋਂ ਬਾਅਦ ਤੁਹਾਨੂੰ ਕੋਈ ਤਕਲੀਫ ਨਹੀਂ ਹੋਏਗੀ। ਤੁਸੀਂ ਵੀ ਖੁਸ਼, ਤੁਹਾਡਾ ਪਰਿਵਾਰ ਵੀ ਖੁਸ਼, ਹੋਰ ਸਭ ਤੋਂ ਵੱਡੀ ਗੱਲ ਅਸੀਂ ਖੁਸ਼। ਚਲੋ ਬਾਬਾ ਜੀ, ਆਓ ਚੱਲੀਏ, ਆਓ, ਬਾਹਰ ਰੌਲਾ ਪਾਉਣ ਦੀ ਲੋੜ ਨਹੀਂ। ਚੱਲ ਯਾਰ ਉੱਪਰ ਆਈ ਸੀ ਯੂ ਦੇ ਬਾਹਰ ਬੈਠਦੇ ਹਾਂ। ਸੁਸਾਈਡ, ਕੰਪਲੀਟਲੀ ਸੁਸਾਈਡ। ਉਦੋਂ ਤੱਕ ਠੀਕ ਸੀ ਵਿਚਾਰੀ ਜਦੋਂ ਤੱਕ ਕੋਮਾ ਚ ਸੀ, ਬਸ ਹੋਸ਼ ਆਇਆ। ਬੇਇੱਜ਼ਤੀ ਤੇ ਦਰਦ ਦੀ ਮਾਰ ਨਹੀਂ ਚੱਲ ਸਕੀ, ਸੁਸਾਈਡ, ਕੰਪਲੀਟਲੀ ਸੁਸਾਈਡ।
ਅਜੀ ਖੁਸ਼ੀਆਂ ਮਨਾਉਣ ਵਾਲੀ ਕੋਈ ਗੱਲ ਨਹੀਂ ਹੈ। ਕਿਉਂ ਬਾਬਾ ਜੀ? ਫਿਲਹਾਲ ਉਹ ਲੜਕੀ ਮਰੀ ਹੈ। ਇਸ਼ਰੇਬ ਦਾ ਚਸ਼ਮੇ ਦੀ ਗਵਾਹ ਅਲੀ ਵੀ ਜ਼ਿੰਦਾ ਹੈ। ਉਹਦੀ ਜ਼ਬਾਨ ਬੜੀ ਲੰਬੀ ਹੈ। ਬਾਬਾ ਜੀ ਮੇਰੇ ਰਹਿੰਦੇ ਤੁਸੀਂ ਕਿਉਂ ਫਿਕਰ ਕਰਦੇ ਹੋ ਐਵੇਂ? ਹਾਂ ਕਿਉਂ ਫਿਕਰ ਕਰਦੇ ਹੋ? ਓਏ ਆ ਜਾ ਆ ਜਾ, ਓਏ ਆ ਠੰਡੀ ਚਿਤਾ ਦਾ ਇੱਕ ਸ਼ਾਟ ਤਾਂ ਲੈ। ਦੇਖ ਇਸ ਸਟੋਰੀ ਦੀ ਕਲੋਜ਼ਿੰਗ ਲਈ ਇਸ ਤੋਂ ਵਧੀਆ ਆਪਾਂ ਨੂੰ ਸ਼ਾਟ ਮਿਲ ਹੀ ਨਹੀਂ ਸਕਦਾ। ਆਪਣੀ ਤਾਂ ਬੱਲੇ ਬੱਲੇ ਹੋ ਜੂ, ਰਾਤੋ ਰਾਤ ਸਟਾਰ ਬਣ ਜਾਂਗੇ ਉਹ ਰਾਤੋ ਰਾਤ। ਓਏ ਓਏ ਛੱਡ ਇਹਨੂੰ, ਕੀ ਕਰ ਰਹੇ ਛੱਡ ਇਹਨੂੰ। ਕਹਾਣੀ ਲਈ ਤੁਸੀਂ ਰਿਪੋਰਟਰ ਲੋਕ ਕਿਸੇ ਦਾ ਵੀ ਸਿਵਾ ਪਰੋਲ ਦਿੰਦੇ ਹੋ। ਕਿਤੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਇਸ ਜਲਦੀ ਰਾਖ ਵਿੱਚ ਕਿੰਨੇ ਅਧੂਰੇ ਸੱਚ ਤੈਕ ਰਹੇ ਨੇ? ਦੇਖ ਲੂੰਗਾ ਤੈਨੂੰ, ਤੂੰ ਸਾਡੀ ਪੱਤਰਕਾਰਾਂ ਦੀ ਪਾਵਰ ਨਹੀਂ ਜਾਣਦਾ। ਇੱਕ ਸੱਚ ਦਾ ਅੱਜ ਅੰਤ ਹੋ ਗਿਆ। ਇੱਕ ਹੋਰ ਬੇਟੀ, ਇੱਕ ਹੋਰ ਭੈਣ ਅੱਜ ਬਲਾਤਕਾਰ ਦੀ ਬਲੀ ਚੜ ਗਈ। ਆਪਣੇ ਦਰਦ ਨੂੰ ਬਰਦਾਸ਼ਤ ਨਾ ਕਰਦੇ ਹੋਏ ਸਿਮਰਨ ਚੀਮਾ ਨੇ ਹਸਪਤਾਲ ਦੀ ਛੱਤ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਪਰ ਕੀ ਆਤਮ ਹੱਤਿਆ ਹੀ ਸੀ ਜਾਂ ਇਸ ਵਿੱਚ ਕੋਈ ਹੋਰ ਸਾਜ਼ਿਸ਼ ਹੈ? ਆਮ ਜਨਤਾ ਵਿੱਚ ਇਸ ਕੇਸ ਨੂੰ ਲੈ ਕੇ ਗੁੱਸਾ ਕਾਫੀ ਵੱਧ ਗਿਆ ਹੈ ਤੇ ਜਨਤਾ ਹੁਣ ਇਸ ਕੇਸ ਦੀ CBI ਜਾਂਚ ਕਰਾਉਣ ਦੀ ਮੰਗ ਕਰ ਰਹੀ ਹੈ। ਕਾਹਨੂੰ ਭੇਜਦੀ ਯਾਰ, ਬੜੀ ਸੋਹਣੀ ਸੀ, ਐਵੇਂ ਅੱਜ ਦੀ ਰਾਤ ਰੱਖਦੇ, ਸਾਰੀ ਰਾਤ ਆਪਣੇ ਕੋਲ ਪਈ। ਆਪਾਂ ਦਾਰੂ ਦਾ ਮਜ਼ਾ ਲਈਏ। ਕੀ ਹੋ ਗਿਆ ਜੀਬ, ਕਿਉਂ ਰੋਕੀ? ਸਰਕਾਰੀ ਬੰਦੇ ਆਮ ਜਨਤਾ ਨੂੰ ਫੁੱਦੂ ਸਮਝਦੇ? ਪਾਗਲ ਹੈ ਯਾਰ ਤੂੰ, ਸਰਕਾਰੀ ਗੱਡੀਆਂ ਭੰਨ ਕੇ ਤੂੰ ਕੀ ਸਾਬਤ ਕਰਨਾ ਚਾਹੁੰਦਾ? ਜੋ ਸਾਡੀ ਆਵਾਜ਼ ਨੂੰ ਦਬਾਉਣਾ ਚਾਹੁੰਦੇ, ਮੈਂ ਉਹਨਾਂ ਦੇ ਕੰਨਾਂ ਤੇ ਪਰਦੇ ਫਾੜ ਦੂੰਗਾ। ਕੋਈ ਕਾਲਜ ਦੀ ਲੜਾਈ ਨਹੀਂ, ਲਾਠੀਆਂ ਡੰਡੇ ਚੱਕੇ ਤੇ ਭਿੜ ਗਏ। ਉਹਨਾਂ ਦੀ ਪਹੁੰਚ ਬਹੁਤ ਉੱਪਰ ਤੱਕ ਹੈ, ਸਾਡੀ ਕਿਸੇ ਨੇ ਨਹੀਂ ਸੁਣਨੀ। ਸਿਮਰਨ ਨਾਲ ਹੋਈ ਹਵਾਨੀਅਤ ਮੈਂ ਆਪਣੀ ਅੱਖਾਂ ਨਾਲ ਦੇਖੀ ਹੈ। ਉਸ ਦੀਆਂ ਚੀਕਾਂ, ਉਸ ਦਾ ਦਰਦ ਮਹਿਸੂਸ ਕੀਤਾ ਮੈਂ। ਤੂੰ ਕੀ ਚਾਹਣਾ, ਭੁੱਲ ਜਾ ਸਾਰਾ ਕੁਝ। ਸੱਚ ਹੀ ਬੋਲਿਆ ਸੀ ਨਾ ਤੂੰ, ਕਿਸੇ ਨੇ ਸੁਣਿਆ ਤੇਰਾ ਸੱਚ? ਸਾਰੇ ਆਮ ਜੁਰਮ ਕਰਕੇ ਗੁਨੇਗਾਰ ਖੁੱਲ੍ਹਾ ਉਤਰਿਆ ਫਿਰਦਾ। ਕਾਨੂੰਨ ਸਾਡਾ ਨਹੀਂ ਉਹਨਾਂ ਦਾ ਹੈ। ਨਾਲੇ ਜਿਸ ਲਈ ਤੁਸੀਂ ਲੜਨ ਦੀ ਗੱਲ ਕਰਦੇ ਹੋ ਨਾ, ਉਹ ਖੁੱਤਾ ਪਿੱਟ ਦਿਖਾ ਕੇ ਚੱਲ ਗਈ। ਉਸਨੇ ਇਨਸਾਫ ਲਈ ਲੜਨ ਦੀ ਬਜਾਏ ਮਰਨਾ ਬਿਹਤਰ ਸਮਝਿਆ। ਨਹੀਂ ਉਹ ਮਰੀ ਨਹੀਂ, ਉਹਨੂੰ ਮਾਰਿਆ ਗਿਆ ਸਿਰਫ ਉਸਦੀ ਆਵਾਜ਼ ਨੂੰ ਦਬਾਉਣ ਲਈ। ਇਸ ਨਾਲ ਕੀ ਫਰਕ ਪੈਂਦਾ ਯਾਰ, ਉਹ ਮਰੀ ਹੈ ਜਾਂ ਮਾਰੀ ਗਈ ਹੈ? ਉਸ ਦੀ ਮੌਤ ਦੇ ਨਾਲ ਸਭ ਕੁਝ ਖਤਮ ਹੋ ਗਿਆ, ਸਭ ਕੁਝ। ਜੋਲੀ ਸਮਝਾ ਜਾ ਰਿਹਾ ਇਸ ਨੂੰ।
ਸਿਸਟਮ ਦੀਆਂ। ਹੁਣ ਵੇਖਦੇ ਹਾਂ ਕਦ ਤੱਕ ਖੈਰ ਮਨਾਉਂਦੇ ਆ ਸਾਲੇ। ਪੁਲਿਸ ਦੇ ਹੱਥ ਕੁਝ ਨਵੇਂ ਸਬੂਤ ਲੱਗੇ ਨੇ। ਉਹ ਲੜਕੀ ਸਿਮਰਤ ਚੀਮਾ ਜਿਸ ਦੇ ਨਹੁੰ ਵਿੱਚੋਂ ਕੁਝ ਬਲੱਡ ਤੇ ਸਕਿਨ ਦੇ ਸੈਂਪਲ ਮਿਲੇ ਸਨ ਜਿਹੜੇ ਜੌਲੀ ਦੇ ਸਕਿਨ ਤੇ ਬਲੱਡ ਦੇ ਸੈਂਪਲ ਨਾਲ ਮੈਚ ਕਰ ਚੁੱਕੇ ਨੇ। ਇਸ ਕਰਕੇ ਸਾਡੀ ਟੀਮ ਜੌਲੀ ਨੂੰ ਗ੍ਰਿਫਤਾਰ ਕਰਨ ਲਈ ਨਿਕਲ ਚੁੱਕੀ। ਚੀਮਾ ਗ੍ਰਿਫਤਾਰ ਕਰਨਾ ਹੈ ਮੈਂ ਤੈਨੂੰ, ਤੇਰੀ ਗ੍ਰਿਫਤਾਰੀ ਤੇ ਵਾਰੰਟ ਨੇ ਮੇਰੇ ਕੋਲ। ਮੈਨੂੰ ਗ੍ਰਿਫਤਾਰ? ਪਰ ਕਿਉਂ? ਬਲਾਤਕਾਰ ਕੀਤਾ ਤੂੰ। ਮੈਂ ਬਲਾਤਕਾਰ? ਮੈਂ ਤੈਨੂੰ ਦੱਸਿਆ ਸੀ ਨਾ ਕਾਕਾ, ਤੇਰੇ ਵਰਗੇ ਦੇ ਲੱਤਾਂ ਭਾਰ ਨਹੀਂ ਚੱਲਦੀਆਂ ਹੁੰਦੀਆਂ, ਪਰ ਤੇਰੇ ਵਰਗੇ ਫੁਕਰੇ ਮੰਨਦੇ ਕਿੱਥੇ ਨੇ? ਹੁਣ ਸਾਰੀ ਉਮਰ ਬੈਠ ਕੇ ਜੇਲ੍ਹ ਦੀਆਂ ਰੋਟੀਆਂ ਤੋੜੀ, ਮੇਰਾ ਕਿਹਾ ਮੰਨਿਆ ਹੁੰਦਾ ਨਾ, ਨਾਲੇ ਪੰਜਾਬ 'ਚ ਤੇਰੀ ਬੱਲੇ ਬੱਲੇ ਹੋਣੀ ਸੀ ਤੇ ਨਾਲੇ ਸਾਡੀ ਫੀਤੀ ਨੀਲੇ ਰੰਗ ਦੇ ਹੋ ਜਾਣੀ ਸੀ। ਸਿੱਧਾ ਕਹੋ ਨਾ, ਰਾਣੇ ਨੂੰ ਗ੍ਰਿਫਤਾਰ ਕਰਨ ਦੀ ਹਿੰਮਤ ਨਹੀਂ ਹੈ ਤੁਹਾਡੇ 'ਚ? ਚੁੱਪ, ਇੱਕ ਲਫ਼ਜ਼ ਵੀ ਹੋਰ ਨਹੀਂ ਬੋਲਣਾ। ਮੇਰੀ ਕਿੰਨੀ ਕੁ ਤਾਕਤ ਆ ਮੈਂ ਜਾਣਦਾ, ਤੇਰੇ ਸਾਰੇ ਟੈਸਟ ਮਿਲ ਗਏ ਨੇ, ਉਹਦੇ ਨਹਾਂ 'ਚੋਂ ਤੇਰੀ ਸਕਿਨ ਨਿਕਲੀ ਹੈ ਜਿਹੜੀ ਤੇਰੀ ਬਾਤ ਉਤਰੀ ਹੋਈ ਹੈ, ਦੇਖਿਆ ਨਾ, ਤੇ ਨਾਲੇ ਤੇਰੇ ਕੱਪੜਿਆਂ ਤੋਂ ਜਿੰਨਾ ਵੀ ਖੂਨ ਮਿਲਿਆ ਨਾ, ਉਹ ਵੀ ਉਹਦੇ ਖੂਨ ਨਾਲ ਮਿਲਦਾ। ਬਲਾਤਕਾਰ ਨਹੀਂ ਕੀਤਾ ਤੂੰ? ਮੈਂ ਕਹਿ ਰਿਹਾ ਮੈਂ ਤੈਨੂੰ ਦੱਸੂ, ਤੈਨੂੰ ਸਟੋ ਚੁਪਸੀ ਚ। ਹੈਲੋ ਜੀਡੀ, ਤੁਸੀਂ ਦਰਵਾਜ਼ਾ ਕਿਉਂ ਬੰਦ ਕੀਤਾ ਹੋਇਆ ਮੁੰਡਿਓ? ਦਰਵਾਜ਼ਾ ਖੋਲੋ। ਤੁਸੀਂ ਸਾਡੇ ਸਾਹਮਣੇ ਹੋਰ ਕੋਈ ਰਸਤਾ ਨਹੀਂ ਛੱਡਿਆ ਥਾਣੇਦਾਰ ਸਾਹਿਬ, ਇਸ ਲਈ ਸਾਨੂੰ ਕਾਨੂੰਨ ਆਪਣੇ ਹੱਥਾਂ 'ਚ ਲੈਣ ਲਈ ਮਜਬੂਰ ਹੋਣਾ ਪਿਆ। ਓਏ ਵਿੱਚ ਬੈਠੇ ਕੀ ਕਰਦੇ ਹੋ? ਉੱਥੋਂ ਕੇ ਦਰਵਾਜ਼ਾ ਖਲਾਓ। ਪੁਲਿਸ ਦੀ ਵਰਦੀ 'ਤੇ ਹੱਥ ਪਾ ਕੇ ਤੁਸੀਂ ਚੰਗਾ ਨਹੀਂ ਕੀਤਾ, ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕੀ ਕਰ ਰਹੇ ਹੋ, ਇਹਦੇ ਨਤੀਜੇ ਭੁਗਤਣੇ ਪੈਣਗੇ ਤੁਹਾਨੂੰ। ਹਾਲੇ ਵੀ ਮੌਕਾ ਤੁਹਾਡੇ ਕੋਲ, ਗੇਟ ਖੋਲ ਦੋ। ਤੁਸੀਂ ਕਾਨੂੰਨ ਆਪਦੇ ਹੱਥ 'ਚ ਲੈ ਰਹੇ ਹੋ, ਮੈਂ ਤੁਹਾਨੂੰ ਦੱਸਾਂ, ਖੋਲ ਇਹਨੂੰ, ਖੋਲ ਇਹਨੂੰ। ਤੁਸੀਂ ਕਾਨੂੰਨ ਆਪਦੇ ਹੱਥ 'ਚ ਲੈ ਕੇ ਬੜਾ ਗੁਨਾਹ ਕਰ ਰਹੇ ਹੋ, ਮੈਂ ਦੇਖ ਲੂ ਤੁਹਾਨੂੰ। ਸਰਜੀਤ ਚੀਮਾ ਮੇਰਾ ਨਾਂ, ਚੀਮਾ ਇੰਸਪੈਕਟਰ, ਮੈਂ ਤੁਹਾਨੂੰ ਇਕੱਲੇ ਨੂੰ ਦੇਖ ਲੂ, ਇਕੱਲੇ ਨੂੰ। ਉਹ ਤੂੰ ਛੇਤੀ ਕਰ, ਮੈਂ ਦੇਖ ਲੂ ਤੁਹਾਨੂੰ। ਦੋਸਤੋ, ਇਸ ਯੂਨੀਵਰਸਿਟੀ ਨੂੰ ਅਸੀਂ ਆਪਣਾ ਘਰ ਸਮਝਦੇ ਸੀ, ਇੱਥੇ ਜੋ ਵੀ ਬੁਰਾ ਹੋਇਆ ਉਸ ਖਿਲਾਫ ਡਟ ਕੇ ਲੜੇ ਖੜੇ ਅਸੀਂ, ਪਰ ਇਸ ਯੂਨੀਵਰਸਿਟੀ ਤੋਂ ਬਾਹਰ ਜਾ ਕੇ ਪਤਾ ਚੱਲਿਆ ਕਿ ਇਸ ਤੋਂ ਬਾਹਰ ਵੀ ਇੱਕ ਦੁਨੀਆ ਜਿੱਥੇ ਅੱਖੀ ਵੇਖੇ ਜੁਰਮ ਦੇ ਖਿਲਾਫ ਇਨਸਾਫ ਮੰਗਣ ਲਈ ਜਾਓ ਤਾਂ ਇਨਸਾਫ ਨਹੀਂ,
ਆ ਮਿਲਦਾ ਆ। ਸਾਡਾ ਨਾਂ ਇਸ ਯੂਨੀਵਰਸਿਟੀ ਦੇ ਨਾਲ ਜੁੜਿਆ ਹੋਇਆ, ਅਸੀਂ ਜੋ ਵੀ ਕਰਾਂਗੇ ਉਸਨੂੰ ਇਸ ਵਿੱਦਿਆ ਦੇ ਮੰਦਰ ਦੇ ਨਾਲ ਜੋੜ ਕੇ ਦੇਖਿਆ ਜਾਵੇਗਾ। ਇਸ ਲਈ ਅਸੀਂ ਇੱਥੋਂ ਜੋ ਵੀ ਸਿੱਖਿਆ, ਜੋ ਵੀ ਮਾਣਿਆ, ਕਦੇ ਭੁੱਲਾਂਗੇ ਨਹੀਂ, ਕਿਉਂਕਿ ਯੂਨੀਵਰਸਿਟੀ ਦਾ ਸਲੋਗਨ ਹੈ ਨਿਸ਼ਚੈ ਕਰ ਆਪਣੀ ਜੀਤ ਕਰੋ, ਅਤੇ ਅਸੀਂ ਬਸ ਉਸੇ 'ਤੇ ਚੱਲਾਂਗੇ। ਕੀ ਕਸੂਰ ਸੀ ਉਸ ਕੁੜੀ ਦਾ? ਇਹੀ ਕਿ ਸਿਰਫ ਉਹ ਕੈਨੇਡਾ ਤੋਂ ਪੰਜਾਬ ਦਾ ਕਲਚਰ ਦੇਖਣ ਆਈ ਸੀ? ਆਹ ਕਲਚਰ ਆਪਣੇ ਦੇਸ਼ ਦਾ ਕਿ ਬਲਾਤਕਾਰੀ ਅਜੇ ਵੀ ਸਰੇਆਮ ਘੁੰਮ ਰਹੇ ਨੇ? ਕੋਈ ਸਾਥ ਦੇ ਜਾਂ ਨਾ ਦੇ, ਅਸੀਂ ਮਰਦੇ ਦਮ ਤੱਕ ਲੜਾਂਗੇ। ਫਿਰ ਉਹ ਕਿਸੇ ਮਿਨਿਸਟਰ ਦਾ ਮੁੰਡਾ ਹੋਵੇ ਤੇ ਚਾਹੇ ਹੁਣ ਕਿਸੇ ਡੇਰਿਆਂ ਦੇ ਸੰਤ, ਬਖਸ਼ੇ ਨਹੀਂ ਜਾਣਗੇ। ਸਰ, ਚੌਲੀ ਦੇ ਫਰਾਰ ਹੋਣ ਬਾਰੇ ਕੀ ਕਹੋਗੇ? ਤਲਾਸ਼ ਜਾਰੀ ਹੈ। ਪੂਰੀ ਟੀਮ ਮਿਲ ਕੇ ਆਮ ਸਟੂਡੈਂਟਸ ਨੂੰ ਨਹੀਂ ਫੜ ਪਾ ਰਹੀ ਕਿ ਪੇਸ਼ੇਵਰ ਮੁਜਰਮਾਂ ਨੂੰ ਫੜ ਪਾਏਗੀ? ਮੁਜਰਮ ਪੁਰਾਣਾ ਹੋਵੇ ਜਾਂ ਨਵਾਂ, ਸਾਡਾ ਸਮਾਜ ਹੀ ਉਸ ਨੂੰ ਪੈਦਾ ਕਰਦਾ ਹੈ, ਤੇ ਸਾਡਾ ਕੰਮ ਹੈ ਮੁਜਰਮਾਂ ਨੂੰ ਕਾਨੂੰਨ ਦੇ ਖਟਾਰੇ ਵਿੱਚ ਖੜਾ ਕਰਨਾ, ਤੇ ਉਹ ਅਸੀਂ ਕਰਕੇ ਰਹਾਂਗੇ। ਦੇ ਗੱਡੀ ਤੇ ਗੱਡੀ, ਦੇ ਗੱਡੀ ਤੇ ਗੱਡੀ, ਇਹ ਮਾਮੇ ਸਾਲੇ ਜ਼ਿਆਦੇ ਤੱਤੇ ਹੋਏ ਫਿਰਦੇ ਨੇ। ਤੱਤੇ ਹੋਣਗੇ ਨਹੀਂ, ਜੇ ਅਗਲਿਆਂ ਦੇ ਬੰਦੇ ਵਰਦੀਆਂ 'ਚ ਫੈਂਟੋਂਗੇ ਉਹ ਤਾਂ ਡਾਰਾ ਬੰਨ ਬੰਨ ਆਉਣਗੇ ਹੀ। ਆਪਣੀ ਲੜਾਈ ਕੋਈ ਮੰਡੀਰ ਨਾਲ ਨਹੀਂ, ਸਿੱਧੀ ਸਰਕਾਰ ਨਾਲ ਟੱਕਰ ਲੈ ਰਹੇ ਹਾਂ। ਜੇ ਹੁਣ ਟੱਕਰ ਲੈ ਹੀ ਲਈ ਹੈ ਤਾਂ ਫਿਰ ਸੋਚਣ ਦੀ ਕੀ ਲੋੜ ਹੈ? ਸੋਚਾਂਗੇ ਨਹੀਂ ਤਾਂ ਕਰਾਂਗੇ ਕਿਵੇਂ? ਤੂੰ ਕਹਿਣਾ ਕੀ ਚਾਹੁੰਦਾ? ਮੈਂ ਇਹੀ ਕਹਿਣਾ ਚਾਹੁੰਦਾ, ਜਿਸ ਰਾਹ 'ਤੇ ਆਪਾਂ ਚੱਲ ਰਹੇ ਹਾਂ ਉਸ 'ਤੇ ਹਰ ਕਦਮ 'ਤੇ ਮੌਤ ਹੈ। ਕੀ ਗੱਲ, ਡਰ ਲੱਗਦਾ ਹੁਣ? ਉਹ ਮੈਨੂੰ ਤਾਂ ਬਚਪਨ 'ਚ ਹੀ ਮੇਰੇ ਫਾਦਰ ਸਾਹਿਬ ਨੇ ਸਿਖਾਇਆ, ਮਰਨਾ ਕਰ ਕਬੂਲ, ਜੀਵਨ ਦੀ ਛੜਾਸ। ਜੇ ਆਸਾਂ ਟੁੱਟੀਆਂ ਤਾਂ ਹੀ ਤਾਰਾ ਚੁਣਿਆ। ਸਿਮਰਨ ਸੱਚ ਕਹਿੰਦੀ ਸੀ ਕਿ ਸਾਨੂੰ ਨਹੀਂ ਪਤਾ ਭਗਤ ਸਿੰਘ ਕੌਣ ਸੀ। ਇਸ ਮੋੜ 'ਤੇ ਆ ਕੇ ਪਤਾ ਚੱਲਿਆ ਕਿ ਭਗਤ ਸਿੰਘ ਕੋਈ ਇਨਸਾਨ ਨਹੀਂ, ਇੱਕ ਸੋਚ ਸੀ, ਇੱਕ ਵਿਚਾਰ ਸੀ, ਅਤੇ ਵਿਚਾਰ ਕਦੇ ਮਰਿਆ ਨਹੀਂ ਕਰਦੇ। ਸਾਡੀ ਲੜਾਈ ਸਿਮਰਨ ਅਤੇ ਜੌਲੀ ਦੀ ਲੜਾਈ ਨਹੀਂ, ਸਗੋਂ ਹੱਕ ਅਤੇ ਸੱਚ ਦੀ ਲੜਾਈ ਹੈ। ਇਸ ਵਿੱਚ ਜੋ ਵੀ ਹੋਊਗਾ ਮਨਜ਼ੂਰ ਹੋਊ। ਕੰਵਰ ਰਾਣਾ,
ਸਮਾਨ ਆ ਗਿਆ? ਸਮਾਨ ਤਾਂ ਆਇਆ ਨਹੀਂ ਬਾਈ, ਸ਼ੈਤਾਨ ਆ ਗਏ। ਕਿਹੜੇ ਸ਼ੈਤਾਨ? ਆਹੀ ਦੀਪ ਜੋਲੀ ਤੇ ਜੀਡੀ। ਕਿੱਥੇ ਨੇ? ਬਾਹਰ ਖੜੇ ਨੇ, ਸਿਕਿਉਰਟੀਆਂ ਰੋਕਿਆ ਹੋਇਆ। ਸਿਕਿਉਰਟੀ ਤੋਂ ਚੈੱਕ ਕਰਵਾ ਕੇ ਅੰਦਰ ਭੇਜ। ਠੀਕ ਹੈ ਬਾਈ, ਚਲੋ ਆਓ। ਕਮਾਲ ਹੋ ਗਈ, ਕਮਾਲ! ਅੱਜ ਭਗਵਾਨ ਦੇ ਘਰ ਕੀੜੀਆਂ ਆਈਆਂ ਨੇ, ਆਓ ਬੈਠੋ। ਹਾਏ ਹਾਏ, ਹਾਏ ਹਾਏ, ਹਾਏ ਹਾਏ। ਛੱਡੋ, ਦੱਸੋ ਕੀ ਪੀਓਗੇ, ਵਿਸਕੀ ਜਾਂ ਸਕੋਚ? ਹੋ ਬਾਬੇ ਹੋ, ਇਹ ਤਾਂ ਦੁੱਧ ਪੀਂਦੇ ਬੱਚੇ ਨੇ। ਅੱਛਾ, ਫਿਰ ਪੁਲਿਸ ਨੂੰ ਮੰਗਵਾ ਲਈਏ ਇੱਥੇ ਜਾਂ ਥਾਣੇ ਜਾਣਾ? ਰਾਣੇ ਬਾਈ, ਬਾਈ ਬਚਾ ਲਾ ਯਾਰ ਸਾਨੂੰ। ਕਿਉਂ, ਭੂਆ ਦਾ ਪੁੱਤ ਲੱਗਦਾ? ਬਾਈ ਮੈਂ ਬਹੁਤ ਗਰੀਬ ਘਰ ਤੋਂ ਹਾਂ, ਬਹੁਤ ਅਹਿਸਾਨ ਹੋਊ ਤੇਰਾ, ਬਚਾ ਲਿਆ ਯਾਰ, ਪਲੀਜ਼। ਹਾਏ ਹਾਏ, ਹਾਏ ਹਾਏ, ਹਾਏ ਹਾਏ। ਵੈਸੇ ਪੁਲਿਸ ਨਾਲ ਪੰਗਾ ਵੀ ਤੁਸੀਂ ਤਗੜਾ ਹੀ ਲਿਆ। ਕਿਉਂ ਇੰਟਰਨੈਟ, ਤੈਨੂੰ ਨੀ ਚਾਹੀਦੀ ਮਾਫ਼ੀ? ਚਾਹੀਦੀ ਹੈ ਜੀ, ਮੈਂ ਤਾਂ ਇਹਨਾਂ ਨੂੰ ਬਹੁਤ ਸਮਝਾਇਆ ਸੀ ਵੀ ਰਾਣੇ ਬਾਈ ਨਾ ਲਓ ਪੰਗਾ, ਵੀ ਉਹਦੀ ਪਹੁੰਚ ਬੜੀ ਉੱਪਰ ਤੱਕ ਹੈ, ਹੁਣ ਵੀ ਮੈਂ ਹੀ ਲੈ ਕੇ ਆਇਆ ਇਹਨਾਂ ਨੂੰ ਇੱਥੇ। ਓ ਤੇਰੀ ਧੌਣ ਚ ਕਿੱਲਾ ਫਸਿਆ, ਤੂੰ ਨੀ ਮਾਫ਼ੀ ਮੰਗਣੀ? ਮੇਰੇ ਕੋਲੋਂ ਪੈਰ ਫੜਾ ਕੇ ਤੇਰਾ ਕੀ ਫਾਇਦਾ? ਪਰ ਹਾਂ, ਆਪਾਂ ਇੱਕ ਸੌਦਾ ਕਰ ਸਕਦੇ ਹਾਂ ਜਿਸ ਵਿੱਚ ਆਪਣਾ ਸਾਰਿਆਂ ਦਾ ਫਾਇਦਾ ਹੋਜੂ। ਸੌਦਾ? ਦੇਖ ਰਾਣੇ, ਪੈਸੇ ਦੇ ਜ਼ੋਰ ਦੀ ਤਾਕਤ 'ਤੇ ਤਾਂ ਤੂੰ ਭੱਜ ਗਿਆ, ਪਰ ਬਦਨਾਮੀ ਦਾ ਦਾਗ ਤਾਂ ਤੁਹਾਡੇ 'ਤੇ ਲੱਗ ਗਿਆ ਨਾ। ਹਾਂ, ਪਰ ਜੇ ਤੂੰ ਚਾਹੁੰਦਾ ਤਾਂ ਇਹ ਦਾਗ ਅਤੇ ਬਦਨਾਮੀ ਵਾਲੀ ਚਾਦਰ ਆਪਾਂ ਕਿਸੇ ਹੋਰ 'ਤੇ ਗੱਲ ਪਾ ਸਕਦੇ ਹਾਂ। ਉਹ ਕਿਵੇਂ? ਇਹ ਗੱਲ ਤਾਂ ਮੈਂ ਤੇਰੇ ਬਾਪ ਅਤੇ ਉਸਦੇ ਬਾਪ ਬਾਬਾ ਪ੍ਰੇਮਾਨੰਦ ਨੂੰ ਹੀ ਦੱਸੂੰਗਾ। ਇੱਕ ਮਿੰਟ, ਇੱਕ ਮਿੰਟ ਬਾਬਾ ਜੀ, ਮੈਂ ਬਹੁਤ ਪਰੇਸ਼ਾਨ ਹਾਂ, ਮੇਰਾ ਕਿਸੇ ਕੰਮ ਵਿੱਚ ਜੀ ਨਹੀਂ ਲੱਗਦਾ, ਪਲੀਜ਼ ਕੋਈ ਉਪਾਅ ਦੱਸ ਦਿਓ। ਕਾਕਾ ਤੂੰ ਸੰਤਰਾ ਖਾਂਦਾ? ਹਾਂਜੀ ਬਾਬਾ ਜੀ, ਹਫ਼ਤੇ 'ਚ ਇੱਕ ਵਾਰੀ ਖਾ ਲੈਂਦਾ ਜੀ। ਅਤੇ ਇੰਝ ਕਰ, ਹਾਂਜੀ ਬਾਬਾ ਜੀ, ਹੁਣ ਤੂੰ 7 ਦਿਨ ਹਾਂਜੀ ਸੰਤਰੇ ਦੀਆਂ 7 ਫਾੜੀਆਂ ਹਰ ਰੋਜ਼ ਖਾ। ਠੀਕ ਹੈ ਬਾਬਾ ਜੀ, ਧਿਆਨ ਲੱਗ ਜਾਏਗਾ। ਜਿਵੇਂ ਤੁਸੀਂ ਕਹੋ ਬਾਬਾ ਜੀ। ਓਮ ਰਿੰਗ ਸ਼੍ਰੀ ਪੁਰਸ਼ੋਤਮਾਏ ਨਮਃ। ਬਾਬਾ ਜੀ। ਸਤਿ ਸ਼੍ਰੀ ਅਕਾਲ ਬਾਬਾ ਜੀ। ਹੁਣ ਤੁਸੀਂ ਚਾਹੁੰਦੇ ਕੀ ਹੋ? ਬਾਬਾ ਜੀ, ਤੁਹਾਡੇ ਚਰਨਾਂ 'ਚ ਇਹੀ ਬੇਨਤੀ ਹੈ ਕਿ ਤੁਸੀਂ ਮੇਰੀ ਅਤੇ ਮੇਰੇ ਦੋਸਤਾਂ ਦੀ ਜਾਨ ਬਚਾ ਲਓ, ਪਲੀਜ਼। ਇਹਦੇ 'ਚ ਸਾਡਾ ਕੀ ਫਾਇਦਾ ਹੋਏਗਾ? ਬਾਬਾ ਜੀ, ਜੇ ਤੁਸੀਂ ਸਾਡੀ ਜਾਨ ਬਚਾਉਣ ਦਾ ਵਾਅਦਾ ਕਰਦੇ ਹੋ ਤਾਂ ਅਸੀਂ ਸਾਰੇ ਜਾਣੇ ਸਰੈਂਡਰ ਕਰਨ ਨੂੰ ਤਿਆਰ ਹਾਂ। ਯਾਰ, ਕੀ ਤੁਸੀਂ ਆਪਣੇ ਬੱਚਿਆਂ ਵਾਂਗੂ ਰੋਣੇ ਰੋ ਜਾਂਦੇ? ਜਿਹੜੀ ਤੁਸੀਂ ਮੈਨੂੰ ਗੱਲ ਕਹੀ ਸੀ ਆਪਣੇ ਉਹ ਚਾਦਰ ਛੱਟੀ ਹੋ, ਕੀ ਕਹਿੰਦੇ ਸੀ ਦਾਗ, ਗੱਲ ਕਰੋ ਨਾ ਤੁਸੀਂ। ਬਾਬਾ ਜੀ, ਸਾਡੀ ਸਾਰਿਆਂ ਦੀ ਜਾਨ ਬਚਾਉਣ ਦੇ ਬਦਲੇ ਅਸੀਂ ਇਹ ਬਿਆਨ ਦੇਵਾਂਗੇ ਕਿ ਓਪੋਜੀਸ਼ਨ ਪਾਰਟੀ ਦੇ ਕਹਿਣ 'ਤੇ ਅਸੀਂ ਇਸ ਪਵਿੱਤਰ ਆਸ਼ਰਮ ਨੂੰ ਬਦਨਾਮ ਕੀਤਾ। ਅੰਦਰ ਲੈ ਕੇ ਜਾ ਇਹਨਾਂ ਨੂੰ, ਮੈਂ ਥੋੜ੍ਹੀ ਦੇਰ ਨੂੰ ਆਉਣਾ। ਵੈਸੇ ਨਾ
ਤੁਸੀਂ ਤਿੰਨਾਂ ਨੇ ਸਾਨੂੰ ਸਤਾਇਆ ਬਹੁਤ ਆ। ਦਿਲ ਕਰਦਾ ਤੁਹਾਨੂੰ ਤਿੰਨਾਂ ਨੂੰ ਗੋਲੀ ਮਾਰ ਦਿਆਂ, ਪਰ ਛੱਡੋ ਬਾਈ। ਆ ਜੋਲੀ ਨੇ ਨਾ ਜਦੋਂ ਕੁੜੀ ਨੂੰ ਬਚਾ ਰਿਹਾ ਸੀ ਇਹੀ ਜੀ ਲੱਤ ਮਾਈ ਨਾ ਮੇਰੇ ਜੀ ਕਰਦੇ ਤੇ। ਓਏ ਬਸ ਚੁੱਪ ਕਰ ਜਾ, ਮੈਨੂੰ ਉਹ ਕੁੜੀ ਦੀ ਯਾਦ ਨਾ ਦਵਾ। ਅਜੇ ਤੱਕ ਉਸ ਕੁੜੀ ਦੀ ਖੁਸ਼ਬੂ ਮੇਰੇ ਦਿਮਾਗ 'ਚ ਆ, ਉਹਦੀਆਂ ਆਵਾਜ਼ਾਂ ਮੇਰੇ ਕੰਨਾਂ 'ਚ ਗੂੰਜਦੀਆਂ ਨੇ। ਬਾਈ ਅਸਲੀ ਆਵਾਜ਼ ਤਾਂ ਉਦੋਂ ਸੁਣਨ ਵਾਲੀ ਸੀ ਜਦੋਂ ਉਹਨੂੰ ਮੈਂ ਛੱਤ ਤੋਂ ਥੱਲੇ ਸੁੱਟਿਆ। ਸਵਾਦ ਆ ਗਿਆ। ਤੂੰ ਤਾਂ ਜਾਣਦਾ ਨਾ ਸਾਰਾ ਕੁਛ। ਬੜੇ ਪਿਆਰ ਦੇ ਨਾਲ ਚੱਕਿਆ ਮੈਂ ਉਹਨੂੰ ਆਪਣੇ ਹੱਥਾਂ ਦੇ ਵਿੱਚ। ਸਵਾਦ ਆ ਗਿਆ, ਸਵਾਦ ਬੜੀ ਗੋਰੀ ਸੀ, ਬੜੀ ਨਰਮ। ਤੂੰ ਤੇ ਆਪਣੀਆਂ ਅੱਖਾਂ ਨਾਲ ਦੇਖ ਰਹੇ ਸੀ ਨਾ ਕਰਕੇ। ਹੈ ਸਵਾਦ ਵੈਸੇ ਤੈਨੂੰ ਵੀ ਬਹੁਤ ਆ ਰਿਹਾ ਹੋਣਾ ਹੈ ਨਾ। ਤੂੰ ਤੇ ਉੱਥੇ ਹੈ ਹੀ ਨਹੀਂ ਸੀ, ਪਰ ਜੇ ਹੁੰਦਾ ਨਾ ਸੱਚੀ ਗੱਲ ਆ ਤੂੰ ਵੀਡੀਓ ਬਣਾਉਣੀ ਸੀ ਔਰ ਜ਼ਿਆਦਾ ਤੂੰ ਤੇ ਵੀਡੀਓ ਬੜੀ ਸੋਹਣੀ ਬਣਾਉਣਾ ਹੈ ਨਾ। ਇੰਨੀ ਕੈਂਟ ਸੀ ਨਾ ਕੁਝ ਕੁਝ ਕੁਝ। ਹਾਏ 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 ਹਾਏ, ਦੇਖ ਦੇਖਦਾ ਕਿਵੇਂ ਤੇਰੀ ਅੱਖਾਂ ਦੇਖ, ਇਹਨਾਂ ਅੱਖਾਂ ਨਾਲ ਤੂੰ ਨਜ਼ਾਰਾ ਦੇਖਿਆ ਹੁੰਦਾ ਨਾ ਸਵਾਦ ਆ ਜਾਂਦਾ ਪਾਪਾ ਸਵਾਦ। ਸਵਾਦ ਆ ਗਿਆ ਵਾਪਿਸ, ਕਿਆ ਮੂਮੈਂਟ ਸੀ। ਜੋ ਤੁਸੀਂ ਕੀਤਾ ਉਹਦਾ ਫਲ ਤਾਂ ਤੁਹਾਨੂੰ ਭੁਗਤਣਾ ਹੀ ਪੈਣਾ। ਇਹ ਪ੍ਰਵਚਨ ਇਸ ਕਿਤਾਬ 'ਚ ਲਿਖੇ ਆ? ਹਾਂ, ਇਹ ਜਿਹੀ ਕੁਝ ਸਮਝ। ਇਹ ਕਿਹੜੇ ਮੇਲੇ ਤੋਂ ਲੈ ਕੇ ਆ ਬੱਚਿਆਂ ਦਾ ਖੜਾਉਣਾ ਮੈਨੂੰ ਡਰਾਉਣ ਲਈ? ਓਏ ਡਰਾ ਨਹੀਂ ਰਿਹਾ ਮੈਂ ਤੈਨੂੰ, ਸਿਰਫ ਚੇਤਾਵਨੀ ਦੇ ਰਿਹਾ। ਜੇ ਤੁਹਾਡੇ ਦੋਨਾਂ 'ਚੋਂ ਕੋਈ ਹਿੱਲਿਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ। ਤੇਰੀ ਚਲੋ ਜੇ ਗੱਲ ਰਾਜਨੀਤੀ ਤੱਕ ਹੀ ਰਹਿੰਦੀ ਤਦ ਤੱਕ ਤਾਂ ਠੀਕ ਸੀ, ਪਰ ਤੁਸੀਂ ਇਹ ਛੋਟੇ ਜਿਹੇ ਕੇਸ ਵਿੱਚ ਆਸਿਫ ਦਾ ਨਾਂ ਕਸੀਰ ਕੇ ਚੰਗਾ ਨਹੀਂ ਕੀਤਾ। ਉਹ ਤੁਸੀਂ ਕੀ ਸਮਝਦੇ ਹੋ ਮੈਨੂੰ 40 ਸਾਲ ਲੱਗੇ ਆਸ਼ਰਮ ਬਣਾਉਣ ਨੂੰ, ਔਰ ਤੁਸੀਂ ਕੀ ਸਮਝਦੇ ਹੋ ਕਿ ਮੈਂ 40 ਸਾਲਾਂ ਵਿੱਚ ਕੁਛ ਨਹੀਂ ਕੀਤਾ ਹੈ? ਔਰ ਮੈਂ ਕਈ ਰੇਪ ਅਤੇ ਕਈ ਕਤਲ ਕੀਤੇ ਔਰ ਕਈ ਕਤਲ ਕਰਵਾਏ, ਪਰ ਕਿਸੇ ਨੂੰ ਖਬਰ ਤੱਕ ਨਹੀਂ ਹੋਈ।
ਔਰ ਤੁਸੀਂ ਚੀਜ਼ ਹੀ ਕੀ ਹੋ? ਬਾਬਾ ਜੀ ਉਹ ਕੀ ਬਾਬਾ ਬਾਬਾ ਲਗਾ ਰੱਖਿਆ? ਹੈ ਦੇਖੋ, ਤੁਹਾਡੇ ਕੋਲ ਸਿਰਫ ਇੱਕੋ ਹੀ ਰਸਤਾ ਹੁਣ, ਕੱਲ ਆਸ਼ਰਮ ਦਾ ਸਲਾਨਾ ਸਤਸੰਗ ਹੈ, ਉੱਥੇ ਆ ਕੇ ਤੁਸੀਂ ਮੇਰੇ ਪੈਰਾਂ 'ਚ ਗਿਰੋਗੇ ਅਤੇ ਮੇਰੇ ਕੋਲ ਮਾਫ਼ੀ ਮੰਗੋਗੇ, ਔਰ ਮੇਰੇ ਉੱਤੇ ਸਾਰੇ ਲਾਏ ਹੋਏ ਇਲਜ਼ਾਮ ਆਪਣੇ ਉੱਤੇ ਲੈ ਲਓ। ਬੜੀ ਛੇਤੀ ਡਰ ਗਏ, ਅਸੀਂ ਤਾਂ ਆਪਣੀ ਜਾਨ ਤਲੀ ਤੇ ਧਰ ਕੇ ਆਏ, ਕਿਆ ਇਹਨਾਂ ਨੂੰ ਗੰਨ ਥੱਲੇ ਕਰ, ਨਹੀਂ ਤਾਂ ਖੋਪੜੀ ਦੀਆਂ ਫਾੜੀਆਂ ਕਰ ਦੂੰ। ਉਹ ਗੰਨਾ ਸੁੱਟ ਦਿਓ, ਗੰਨਾ ਸੁੱਟ ਦਿਓ ਗੰਨਾ ਸੁੱਟੋ, ਲੈਣ ਚ ਲੱਗ ਜਾਓ। ਏ ਹੱਥ ਉੱਤੇ, ਹੱਥ ਉੱਤੇ ਬਾਬਾ ਜੀ, ਚੱਲੀਏ ਸ਼ਾਂਤੀ ਮਹਾਰਾਜ, ਸ਼ਾਂਤੀ। ਕਿਉਂ ਮੈਂ ਬੱਚੇ ਤੇ ਔਖੇ ਹੋਈ ਜਾਂਦੇ ਹੋ? ਉਹ ਦੁੱਧ ਧੋਤੇ ਤੁਸੀਂ ਵੀ ਨਹੀਂ, ਤੁਹਾਡੀ ਵੀ ਪੂਰੀ ਫੀਚਰ ਫਿਲਮ ਛਪੀ ਹੋਈ ਹੈ ਇਹਦੇ ਚ। ਆ ਚੱਕ। ਉਹ ਮੈਂ ਕਈ ਰੇਪ ਤੇ ਕਈ ਕਤਲ ਕਿਸੇ ਕਈ ਕਤਲ ਕਰਵਾਏ, ਪਰ ਕਿਸੇ ਦੀ ਖਬਰ ਤੱਕ ਨਹੀਂ ਹੋਈ। ਦਿਖਾ ਦੇ ਇਹਨਾਂ ਦੀ ਔਕਾਤ ਦੁਨੀਆ ਨੂੰ, ਪਾ ਦੇ YouTube ਤੇ Facebook ਤੇ, ਉਦੋਂ ਤੱਕ ਮੈਂ ਤੇ GD ਕਰਦੇ ਆ ਇਹਨਾਂ ਦੀ ਸੇਵਾ। ਮਾਰੋ ਸਾਲਿਆਂ ਦੇ ਦਬ ਦਬ ਕੇ। ਬੀਤੇ ਦਿਨੀ ਹੋਏ ਸਿਮਰਨ ਰੇਪ ਤੇ ਆਤਮ ਹੱਤਿਆ ਦੇ ਕੇਸ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ। ਸਿਮਰਨ ਦੇ ਦੋਸਤਾਂ ਦੇ ਦੁਆਰਾ ਕੀਤੇ ਗਏ ਸਟਿੰਗ ਆਪਰੇਸ਼ਨ ਦੇ ਵਿੱਚ ਕੁੰਵਰ ਸਿੰਘ ਰਾਣਾ ਨੇ ਆਪ ਕਬੂਲ ਕੀਤਾ ਹੈ ਕਿ ਸਿਮਰਨ ਦਾ ਰੇਪ ਉਸਨੇ ਹੀ ਕੀਤਾ ਸੀ। ਇੰਨਾ ਹੀ ਨਹੀਂ, ਸਿਮਰਨ ਦਾ ਕਤਲ ਵੀ ਉਹਨਾਂ ਨੇ ਹੀ ਕਰਵਾਇਆ ਸੀ। ਤੇ ਦੂਜੀ ਵੱਡੀ ਖਬਰ ਇਹ ਹੈ ਕਿ ਡੇਰਾ ਪ੍ਰੇਮਾਨੰਦ ਦੇ ਮੁਖੀ ਬਾਬਾ ਪ੍ਰੇਮਾਨੰਦ ਦਾ ਵੀ ਅਸਲੀ ਚਿਹਰਾ ਸਿਮਰਨ ਦੇ ਦੋਸਤਾਂ ਨੇ ਸਾਹਮਣੇ ਲਿਆਂਦਾ। ਉਹਨਾਂ ਦਾ ਆਗਾਜ਼, ਸਫ਼ਰ ਤੇ ਅੰਜਾਮ ਮੈਂ ਤੁਹਾਨੂੰ ਦੱਸ ਦਿੱਤਾ, ਹੁਣ ਇਹ ਫੈਸਲਾ ਤੁਸੀਂ ਲਓ ਕਿ ਉਹ ਸਹੀ ਸੀ ਜਾਂ ਗਲਤ। ਵੇਖ ਰਹੀ ਹੈ ਤੇਰੇ ਦੋਸਤਾਂ ਕਾਰਨ ਕੀ ਕੁਛ ਹੋ ਰਿਹਾ? ਹਾਂ, ਮੈਂ ਤਾਂ ਉਦੋਂ ਵੀ ਚੁੱਪ ਕਰਕੇ ਦੇਖ ਰਹੀ ਸੀ ਜਦੋਂ ਉਹਨਾਂ ਦੇ ਨਾਲ ਬੇਇਨਸਾਫੀ ਹੋ ਰਹੀ ਸੀ, ਤੇ ਸਭ ਕੁਝ ਜਾਣਦੇ ਹੋਏ ਵੀ ਕੋਈ ਕੁਛ ਨਹੀਂ ਕਰ ਰਿਹਾ ਸੀ। ਵੇਖ ਕੀਰਤ, ਮੈਨੂੰ ਪਤਾ ਹੈ ਤੂੰ ਉਹਨਾਂ ਦਾ ਟਿਕਾਣਾ ਜਾਣਦੀ ਹੈ, ਤੇ ਜੋ ਨੁਕਸਾਨ ਹੋ ਰਿਹਾ ਇਹ ਰੋਕ ਸਕਦੀ ਹੈ, ਤੇ ਜੋ ਨੁਕਸਾਨ ਹੋ ਚੁੱਕਿਆ ਤੇ ਹੋ ਸਕਦਾ ਹੈ ਉਸਦਾ ਕੀ? ਉਹਨਾਂ ਦੀ ਸੱਚਾਈ ਤਾਂ ਸਾਹਮਣੇ ਆ ਹੀ ਚੁੱਕੀ ਹੈ। ਇਹੋ ਜਿਹੇ ਹਾਲਾਤਾਂ 'ਚ ਜੇ ਉਹ ਸਾਹਮਣੇ ਨਾ ਆਉਣ, ਪੁਲਿਸ ਤੇ ਕਾਨੂੰਨ ਤਾਂ ਉਹਨਾਂ ਨੂੰ ਹੀ ਮੁਜਰਮ ਸਮਝੇਗਾ ਨਾ। ਹਲੇ ਵੀ ਕਿਉਂ ਪਾਪਾ, ਇੰਟਰਨੈਟ ਤੇ ਟੀਵੀ ਤੇ ਰਾਣੇ ਤੇ ਬਾਬੇ ਦੀ ਸਾਰੀ ਅਸਲੀਅਤ ਮੇਰੇ ਦੋਸਤ ਸਭ ਦੇ ਸਾਹਮਣੇ ਲੈ ਕੇ ਆਏ ਨੇ, ਤੇ ਹੁਣ ਵੀ ਕਾਨੂੰਨ ਉਹਨਾਂ ਨੂੰ ਹੀ ਮੁਜਰਮ ਸਮਝੇਗਾ? ਅੱਜ ਮੈਨੂੰ ਸ਼ਰਮ ਆ ਰਹੀ ਹੈ ਕਿ ਮੈਂ SSP ਬਰਾੜ ਦੀ ਬੇਟੀ ਹਾਂ,
ਜੋ ਸਾਰੀ ਸੱਚਾਈ ਨੂੰ ਜਾਣਦੇ ਹੋਏ ਸਮਝਦੇ ਹੋਏ ਵੀ ਕੁਛ ਨਹੀਂ ਕਰ ਰਿਹਾ। ਕਿਰਤ, ਮੈਂ ਤੇਰੀ ਹਰ ਗੱਲ ਨਾਲ ਸਹਿਮਤ ਹਾਂ। ਤੇਰੇ ਦੋਸਤਾਂ ਦੀ ਸੱਚਾਈ ਵੀ ਮੇਰੇ ਸਾਹਮਣੇ, ਮੈਂ ਤਾਂ ਖੁਦ ਉਹਨਾਂ ਦੀ ਮਦਦ ਕਰਨਾ ਚਾਹੁੰਦਾ, ਪਰ ਕਾਨੂੰਨ ਦੇ ਦਾਇਰੇ 'ਚ ਰਹਿ ਕੇ। ਪਰ ਉਹਨਾਂ ਲਈ ਕੁਛ ਤਾਂ ਹੀ ਕਰ ਸਕਾਂਗਾ ਨਾ, ਜੇ ਮੈਨੂੰ ਪਤਾ ਹੋਵੇ ਉਹ ਹੈ ਕਿੱਥੇ। ਤੇ ਇਹ ਸਿਰਫ ਤੂੰ ਮੈਨੂੰ ਦੱਸ ਸਕਦੀ ਹੈ। ਵੇਖ ਬੇਟਾ, ਜੇ ਤੂੰ ਉਹਨਾਂ ਦੀ ਸਲਾਮਤੀ ਚਾਹੁੰਦੀ ਹੈ ਤਾਂ ਪਲੀਜ਼ ਮੈਨੂੰ ਦੱਸ ਦੇ। ਗੱਲ ਸੁਣੋ ਮੁੰਡਿਓ, ਮੈਂ SSP ਜੈ ਸਿੰਘ ਬਰਾੜ ਬੋਲ ਰਿਹਾ। ਤੁਸੀਂ ਜੋ ਵੀ ਸਾਬਤ ਕਰਨਾ ਚਾਹੁੰਦੇ ਸੀ ਉਹ ਹੋ ਚੁੱਕਿਆ ਹੈ। ਸਾਰੀ ਸੱਚਾਈ ਸਾਹਮਣੇ ਆ ਚੁੱਕੀ ਹੈ। ਹੁਣ ਤੁਹਾਡੀ ਬੇਹਤਰੀ ਇਸੇ ਕੰਮ ਵਿੱਚ ਹੈ। ਬਾਬੇ ਪ੍ਰੇਮਾਨੰਦ ਨੂੰ ਤੇ ਕਮਲ ਰਾਣੇ ਨੂੰ ਛੱਡ ਦਿਓ ਤੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿਓ। ਮੈਂ ਤੁਹਾਨੂੰ ਯਕੀਨ ਦਵਾਉਣਾ ਕਿਸੇ ਦੇ ਨਾਲ ਕੋਈ ਬੇਇਨਸਾਫੀ ਨਹੀਂ ਹੋਏਗੀ। ਮੁਕੰਮਲ ਇਨਸਾਫ ਮਿਲੇਗਾ ਤੁਹਾਨੂੰ ਸਾਰਿਆਂ ਨੂੰ। ਓਏ SSP ਸਰ, ਭਾਸ਼ਣ ਦੇਣਾ ਬੰਦ ਕਰ, ਕੋਈ ਐਕਸ਼ਨ ਲੈ। ਸਰ, ਮੈਂ ਇੱਕ ਵਾਰ ਫੇਰ ਕਹਿਣਾ, ਆਪਣੇ ਸਿਰਾਂ ਤੇ ਹੱਥ ਰੱਖ ਕੇ ਬਾਹਰ ਆ ਜਾਓ। ਕੋਈ ਨਹੀਂ ਆਇਆ, ਐਵੇਂ ਕਿਸੇ ਨੇ ਬਾਹਰ ਨਹੀਂ ਆਉਣਾ। ਗੋਲੀ ਚਲਾ। ਮੈਂ ਇੱਕ ਵਾਰ ਫੇਰ ਕਹਿਣਾ, ਮੇਰੇ 5 ਗਿਣਦੇ ਬਾਹਰ ਆ ਜਾਓ, ਨਹੀਂ ਤੇ ਮਜਬੂਰਨ ਮੈਨੂੰ ਸਿਚੁਏਸ਼ਨ ਕਮਾਂਡੋਸ ਦੇ ਹੱਥ ਦੀ ਨਹੀਂ ਪਏਗੀ। ਉਹ ਲੱਗ ਗਿਆ ਸਾਡੀ ਤਾਕਤ ਦਾ ਪਤਾ। ਓਏ ਸਰਕਾਰ ਮੇਰੇ ਬਾਪੂ ਦੀ ਆ, ਸਿਸਟਮ ਵੀ ਸਾਡਾ ਤੇ ਸਰਕਾਰ ਵੀ ਸਾਡੀ। ਓਏ ਬਾਹਰ ਜਾ ਕੇ ਦੇਖੋ, ਦੇਖੋ ਜ਼ਰਾ ਦੇਖੋ, ਸਾਡੀ ਸਟੇਜ ਵਿੱਚ ਅੱਗ ਲਗਾ ਰੱਖੀ ਹੈ ਮੇਰੇ ਭਗਤਾਂ ਨੇ। ਤੁਸੀਂ ਬਿਲਕੁਲ ਇਕੱਲੇ ਹੋ, ਤੁਸੀਂ ਕੁਛ ਨਹੀਂ ਕਰ ਸਕਦੇ। ਯਾਰੋ ਤੁਹਾਡੀ ਸੋਚ ਤੇ, ਯਾਰੋ ਤੁਹਾਡੀ ਸੋਚ ਤੇ, ਯਾਰੋ ਤੁਹਾਡੀ ਸੋਚ ਤੇ, ਯਾਰੋ ਤੁਹਾਡੀ ਸੋਚ ਤੇ। ਕਿਰਤ, ਜੇ ਤੁਸੀਂ ਗੋਲੀ ਚਲਾਣੀ ਹੈ ਤੇ ਸਭ ਤੋਂ ਪਹਿਲਾਂ ਸਾਡੇ ਤੇ ਗੋਲੀ ਚਲਾਣੀ ਪਏਗੀ। ਵੇਖੋ, ਜੇ ਤੁਸੀਂ ਸਾਹਮਣੇ ਨਾ ਹਟੇ ਤਾਂ ਸਾਨੂੰ ਮਜਬੂਰਨ ਸਖਤ ਕਦਮ ਉਠਾਉਣਾ ਪਏਗਾ। ਸਾਨੂੰ ਕਿਸੇ ਚੀਜ਼ ਦਾ ਖੌਫ ਨਹੀਂ, ਅਸੀਂ ਸਿਰ ਤੇ ਕਫਨ ਬਣ ਕੇ ਆਏ ਆ। SSP ਦੇਖ ਕੀ ਰਿਹਾ, ਗੋਲੀ ਚਲਾ। ਗੋਲੀ ਚਲਦੇ ਆ, ਭੱਜ ਨੇ ਸਾਰੇ। ਐਵੇਂ ਨਹੀਂ ਮੰਨਣਾ ਤੂੰ, ਹੋਮ ਮਿਨਿਸਟਰ ਨਾਲ ਗੱਲ ਕਰਨੀ ਪਊ, ਤੇਰਾ ਤਬਾਦਲਾ ਕਰਵਾਉਣਾ ਪਊ। ਗਿੱਲ ਸਾਹਿਬ, ਸਟੂਡੈਂਟਸ ਤੇ ਕਾਬੂ ਪਾਉਣ ਵਾਸਤੇ ਗੋਲੀ ਚਲਾਉਣਾ ਨਿਹਾਇਤ ਜ਼ਰੂਰੀ ਹੈ, ਸਮਝਾਓ ਜ਼ਰਾ ਇਹਨੂੰ। ਹਾਲਾ ਕਰ ਕਰ, ਛੇਤੀ ਕਰ। ਸਰ ਦੇਖੋ, SSP ਬਰਾੜ, ਜਿਵੇਂ ਮਿਨਿਸਟਰ ਸਾਹਿਬ ਕਹਿੰਦੇ ਨੇ ਉਵੇਂ ਕਰੋ, ਇਹਨੂੰ ਤੁਸੀਂ ਮੇਰੇ ਹੀ ਹੁਕਮ ਸਮਝੋ। ਸਰ, ਮੇਰੇ ਸਾਹਮਣੇ ਕੋਈ ਮੁਜਰਮ ਨਹੀਂ ਖੜਾ, ਕਾਲਜ ਦੇ ਸਟੂਡੈਂਟ ਖੜੇ ਨੇ ਤੇ ਮਿਨਿਸਟਰ ਸਾਹਿਬ ਉਹਨਾਂ ਲਈ ਕਹਿ ਰਹੇ ਕਿ ਗੋਲੀ ਚਲਾਓ। ਦੇਖੋ ਬਾਬਾ ਜੀ ਤੇ ਮਿਨਿਸਟਰ ਸਾਹਿਬ ਦੇ ਬੇਟੇ ਨੂੰ ਜੇ ਕੁਝ ਹੁੰਦਾ ਤਾਂ ਇਸ ਗੱਲ ਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ, ਜੋ ਕਰਨਾ ਛੇਤੀ ਕਰੋ, ਸਮਝੇ? ਲਾਠੀ ਚਾਰਜ, ਲਾਠੀ ਚਾਰਜ।
ਸਭ ਬੰਦ ਕਰੋ, ਅਸੀਂ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਨ ਲਈ ਤਿਆਰ ਹਾਂ। ਆਪਣੇ ਆਪਣੇ ਹਥਿਆਰ ਥੱਲੇ ਰੱਖ ਦਿਓ ਤੇ ਹੱਥ ਉੱਤੇ ਕਰਕੇ ਖੜੇ ਹੋ ਜਾਓ। ਬਾਬਾ ਜੀ ਤੁਸੀਂ ਤਾਂ ਮੇਰੇ ਭਗਤ ਹੋ, ਮੈਨੂੰ ਬਚਾ ਲਓ, ਇਹਨਾਂ ਕੋਲੋਂ ਮੈਨੂੰ ਬਚਾ ਲਓ। ਮੈਂ ਤੁਹਾਡੇ ਸਾਰਿਆਂ ਦਾ ਮੋਤੀਆਂ ਨਾਲ ਭਰ ਦਿਆਂਗਾ, ਮਾਲਾ ਮਾਲ ਕਰ ਦਿਆਂਗਾ ਤੁਹਾਨੂੰ, ਮੈਂ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਦਿਆਂਗਾ। ਕੀ ਲੱਗਾ ਤੁਹਾਨੂੰ, ਤੁਸੀਂ ਜਿੱਤ ਗਏ ਇਸ ਕੇਸ ਲਈ? ਵਧੀਆ ਵਕੀਲ ਕਰੂੰ, ਟੋਪ ਦਾ ਘੈਂਟ ਸਿਰ ਲਾ ਦੂੰ। ਓਮ ਹਰੀ ਸ਼੍ਰੀ ਪੁਰਸ਼ੋਤਮਾਯ ਨਮਾ, ਓਮ ਹਰੀ ਸ਼੍ਰੀ ਪੁਰਸ਼ੋਤਮਾਯ ਨਮਾ। ਮੇਰੇ ਬਾਪੂ ਨੂੰ ਤੁਸੀਂ ਜਾਣਦੇ ਹੀ ਹੋ, ਸਬੂਤਾਂ ਦੀਆਂ ਧੱਜੀਆਂ ਉਡਾ ਦੂੰ, ਧੱਜੀਆਂ ਜਿਵੇਂ ਕਬੂਤਰਬਾਜ਼ੀ 'ਚ ਕਬੂਤਰ ਉਡਾਈਦੇ ਨੇ ਨਾ। ਓ ਬਸ ਕਰ ਬਾਬਿਆ, ਲੋਕਾਂ ਨੂੰ ਕਿੰਨਾ ਮੂਰਖ ਬਣਾਏਗਾ ਓਏ, ਉਹ ਤੇਰੇ ਬਾਰੇ ਅਸੀਂ ਸਭ ਕੁਝ ਜਾਣ ਚੁੱਕੇ ਆ। ਫੜ ਲੈ ਉਹਨੂੰ, ਬਸ ਫੜ ਲੈ। ਓ ਮੋਜਾਂ ਪੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆਂ, ਹੁਣ ਕਹੋ ਹਾਏ 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 ਹਾਏ। ਹੁਣ ਕੱਲੇ ਕਬੂਤਰ ਨਹੀਂ, ਤੋਤੇ ਵੀ ਉਡਾਵਾਂਗੇ। ਮੇਰੇ ਮੁੰਡੇ ਨੂੰ ਲਿਜਾ ਰਹੇ ਨੇ, ਤੂੰ ਖੜਾ ਖੜਾ ਇੱਥੇ ਤਮਾਸ਼ਾ ਦੇਖ ਰਿਹਾ, ਗੋਲੀ ਚਲਾ। ਸਾਲਿਓ ਕੱਲਾ ਕੱਲਾ ਆਓ।
ਕੱਲਾ ਕੱਲਾ ਫਿਰ ਉਹ ਸਵਾਦ ਚੋਲੀ ਖਬਰਦਾਰ ਜੇ ਕੋਈ ਆਪਣੀ ਜਗ੍ਹਾ ਤੋਂ ਹਿੱਲਿਆ ਤਾਂ ਨਹੀਂ ਤੇ ਗੋਲੀ ਮਾਰ ਦਿਆਂਗਾ। ਜੇ ਅੱਜ ਜਿਉਂਦਾ ਬਚ ਗਿਆ ਨਾ ਤਾਂ ਪਤਾ ਨਹੀਂ ਹੋਰ ਕਿੰਨੀਆਂ ਸਿਮਰਨ ਵਰਗੀਆਂ ਕੁੜੀਆਂ ਦੀ ਜ਼ਿੰਦਗੀ ਤਬਾਹ ਕਰੂ। ਕਾਰੇ ਦੀ ਕਹਾਣੀ ਨੂੰ ਖਤਮ। ਐਸਐਸਪੀ ਸਾਹਿਬ ਮੈਂ ਕੀਤਾ ਬਲਾਤਕਾਰ, ਮੈਨੂੰ ਰੱਸ ਕਰੋ। ਸਿਮਰਨ ਬਲਾਤਕਾਰ ਮੈਂ ਕੀਤਾ, ਮੈਂ ਰੇਪਿਸਤਾ। ਇਹਨੇ ਆਪਣਾ ਗੁਨਾਹ ਕਬੂਲ ਕਰ ਲਿਆ, ਹੁਣ ਇਹਨੂੰ ਛੱਡ ਦਿਓ। ਕਾਨੂੰਨ ਨੂੰ ਆਪਣੇ ਹੱਥ 'ਚ ਨਾ ਲਓ। ਮੈਂ ਵਾਅਦਾ ਕਰਦਾ ਇਹਦੇ ਕੀਤੇ ਦੀ ਸਜ਼ਾ ਮੈਂ ਇਹਨੂੰ ਜ਼ਰੂਰ ਦਵਾਵਾਂਗਾ। ਪਲੀਜ਼ ਇਹਨੂੰ ਛੱਡ ਦਿਓ। ਪਾਪਾ ਤੁਹਾਡੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਤਿਆਰ ਨੇ। ਮੈਂ ਆਪਣੀ ਇੱਕ ਬਹੁਤ ਪਿਆਰੀ ਦੋਸਤ ਗਵਾ ਚੁੱਕੀ ਹਾਂ। ਮੈਂ ਆਪਣੇ ਹੋਰ ਦੋਸਤ ਨਹੀਂ ਗਵਾਉਣਾ ਚਾਹੁੰਦੀ। ਪਲੀਜ਼ ਛੱਡ ਦਿਓ ਇਹਨੂੰ, ਪਲੀਜ਼ ਛੱਡ ਦਿਓ। ਹਾਏ 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 ਸਾਹਿਬ ਮੈਨੂੰ ਕਰੋ ਗ੍ਰਿਫਤਾਰ। ਮੈਂ ਕਿਤਾ ਰੇਪ, ਮੈਨੂੰ ਨਾ ਤਾਂ ਬਚਾਓ ਐਸਪੀ ਸਾਹਿਬ, ਮੈਨੂੰ ਕਰੋ ਗ੍ਰਿਫਤਾਰ। ਮੈਨੂੰ ਕਰੋ ਗ੍ਰਿਫਤਾਰ। ਸਾਰੇ ਸਬੂਤਾਂ ਤੇ ਗਵਾਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਅਦਾਲਤ ਜਰਨੈਲ ਸਿੰਘ ਜੌਲੀ ਤੇ ਦੀਪ ਸਿੰਘ ਢਿੱਲੋਂ ਨੂੰ ਦਫ਼ਾ 120B, 323, 341, 352 ਤੇ 365 ਦੇ ਤਹਿਤ
ਦੋਸ਼ੀ ਕਰਾਰ ਦਿੰਦੀ ਹੈ ਤੇ ਸਾਰੀ ਪਰਿਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ 6 ਮਹੀਨੇ ਦੀ ਸਜ਼ਾ ਸੁਣਾਉਂਦੀ ਹੈ। ਤੁਹਾਡੇ ਨਾਲ ਮੈਂ ਵਾਅਦਾ ਕਰਦਾ ਕਿ ਜ਼ਿੰਦਗੀ 'ਚ ਇੱਕ ਦਿਨ ਇਹੋ ਜਿਹਾ ਕੰਮ ਜ਼ਰੂਰ ਕਰੂੰਗਾ ਕਿ ਤੁਸੀਂ ਸਰ ਉਠਾ ਕੇ ਫਖਰ ਨਾ ਕਹਿ ਸਕਦੇ ਹੋ ਕਿ ਗੈਰੀ ਤੁਹਾਡਾ